现在这个来讲，你好了，就现在是哪天满路吧？ਇਮੋਸ਼ਨਲ ਕਾਫੀ ਹੋ ਗਏ ਹੋ, ਠੀਕ ਹੈ ਜੀ। ਕੀ ਕਹੋਗੇ ਤੁਸੀਂ ਲੋਕਾਂ ਨੂੰ? ਅਸੀਂ ਕਹਿੰਦੇ ਬਹੁਤ ਇਹ ਫਿਲਮਾਂ ਦੇਖੋ ਇਹ ਜੀਆਂ, ਪਾਪਾ ਪਿਆਰ 'ਚ ਪਿੱਛੇ ਹਟ ਗਏ ਜੀ, ਪੈਸਾ ਮੁੱਖ ਰੱਖੇ ਲੋਕਾਂ ਨੇ। ਸਭ ਲਾਈਫ ਮੇਂ ਬਹੁਤ ਟੈਨਸ਼ਨਸ ਲੇਤੇ ਹੈ ਔਰ ਹਮੇਂ ਵੋ ਲੇਨੀ ਨਹੀਂ ਚਾਹੀਏ, ਤੋ ਐਸੀ ਮੂਵੀਜ਼ ਹਮੇਂ ਥੋੜ੍ਹਾ ਲੈਸਨ ਵੀ ਦੇਤੀ ਹੈ, ਹਮੇਂ ਆਪਣੇ ਪੇਰੈਂਟਸ ਕਾ ਵੀ ਸੋਚਣਾ ਚਾਹੀਏ ਔਰ ਲਾਈਫ ਜਿਸੇ ਚੱਲ ਰਹੀ ਉਸਕੋ ਚਲਾਓ। ਅਤੇ ਮੈਂ ਕਹਿੰਦਾ ਮੈਨੂੰ ਪੇਪਰਾਂ 'ਚ ਇੱਦਾਂ ਕਿਤਾਬਾਂ ਤੋਂ ਪੜ੍ਹਨ ਤੋਂ ਵਧੀਆ ਤਾਂ ਇਹੀ ਦੇਖ ਲਈ, ਇਹ ਮੂਵੀ ਤੋਂ ਦੇਖ ਕੇ ਵਧੀਆ ਸਿੱਖਾਂ। ਮੈਂ ਕਹਿੰਦਾ ਵੀ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ। ਮੈਂ ਪਹਿਲੀਆਂ ਦੋ ਅਰਦਾਸ ਫਿਲਮਾਂ ਵੀ ਦੇਖੀਆਂ ਨੇ ਪਰ ਇਹ ਉਸ ਤੋਂ ਨੈਕਸਟ ਲੈਵਲ ਹੈ, ਦਿਲ ਨੂੰ ਡੁੰਬ ਕੇ ਰੱਖ ਦਿੰਦੀ ਹੈ ਇਹ ਫਿਲਮ। ਵੀ ਕਿਵੇਂ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਕੀ ਆ ਸਾਡੀ ਜ਼ਿੰਦਗੀ 'ਚ। ਹੁਣ ਤੁਸੀਂ ਕਹੋਗੇ ਵੀ ਕਹਿ ਵੀਰੇ ਪੰਮਾ ਬੋਲਦਾ, ਨਹੀਂ ਨਾ ਹੁਣ ਤਾਂ ਸਾਧੂ ਬੋਲੂ। ਗਿੱਪੀ ਗਰੇਵਾਲ ਸਾਹਿਬ ਹੁਣਾਂ ਨੇ ਫਿਲਮ ਨਹੀਂ ਬਣਾਈ, ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਭੇਜੇ ਨੇ ਇਹਨਾਂ ਨੂੰ ਉੱਥੋਂ। ਕੋਈ ਵੀ ਐਸੀ ਅੱਖ ਨਹੀਂ ਸੀ ਜਿਹੜੀ ਨਾ ਨਮ ਹੋਈ ਹੋਵੇ। ਮਹਾਰਾਜ ਨੇ ਨਜ਼ਰ ਕੀਤੀ ਬਾਈ ਗਿੱਪੀ ਗਰੇਵਾਲ 'ਤੇ, ਇੰਨੀ ਇਮੋਸ਼ਨਲ ਅਤੇ ਹਾਰਟ ਟੱਚਿੰਗ ਮੂਵੀ ਬਣਾਈ, ਜੋ ਗਿਰਾਵਟਾਂ ਆ ਰਹੀਆਂ ਉਹਨਾਂ ਰਿਸ਼ਤਿਆਂ ਨੂੰ ਇਹ ਜੋੜਨ ਦਾ ਕੰਮ ਕਰੂਗੀ। ਇਹਦਾ ਜਿਹੜਾ ਨਾਮ ਆ ਗਰੇਵਾਲ ਸਾਹਿਬ, ਉਹ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਰੱਖਿਆ ਇਸ ਫਿਲਮ ਦਾ। ਸ਼ਾਇਦ ਹੀ ਕੋਈ ਅੱਖ ਹੋਵੇ ਜਿਹੜੀ ਗਿੱਲੀ ਨਾ ਹੋਈ ਹੋਵੇ, ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਉਸ ਸਾਰੇ ਕਾਸੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ। ਮੈਂ ਪੂਰੀ ਮੂਵੀ 'ਚ ਰੋ ਹੋ ਰਹੀ ਸੀ, ਬਹੁਤ ਬਹੁਤ ਇਸ ਮੂਵੀ ਨਾਲ ਜੁੜ ਕੇ ਮੈਨੂੰ ਲੱਗਿਆ ਬਾਬਾ ਜੀ ਨੇ ਮੇਰੇ ਉੱਤੇ ਮਿਹਰ ਕਰ ਦਿੱਤੀ। ਇਸ ਦੇ ਵਿੱਚ ਇੱਕ ਵੀ ਡਾਇਲੋਗ ਆ ਜਿਹੜਾ ਉਹ ਵਲਗਰ ਨਹੀਂ ਹੈਗੇ ਆ। ਇਹ ਫਿਲਮ ਜਿਹੜੇ ਸਿਨੇਮਾ ਘਰ ਦੇ ਵਿੱਚ ਵੀ ਆ ਕੇ ਉੱਥੇ ਚੋਲ ਮੋਲ ਕਰਨ ਵਾਲੇ ਉਹਨਾਂ ਦੀ ਨਹੀਂ ਹੈ। ਗਿੱਪੀ ਨਾਲ ਮੇਰੀ ਉਦੋਂ ਤੋਂ ਨੇੜਤਾ ਜਦੋਂ ਤੋਂ ਉਹਨੇ ਪਹਿਲਾਂ ਗੀਤ ਗਾਇਆ, ਪਰ ਮੈਨੂੰ ਲੱਗਦਾ ਵੀ ਇਹ ਉਹਦੀ ਅਦਾਕਾਰੀ ਅਤੇ ਉਹਦੇ ਫਿਲਮ ਨਿਰਮਾਣ ਦਾ ਸਿਖਰ ਹੈ। ਅਰਦਾਸ ਸਰਬੱਤ ਦੇ ਭਲੇ ਦੀ ਪ੍ਰੀਮੀਅਰ ਦੇ ਉੱਤੇ ਅਸੀਂ ਪਹੁੰਚੇ ਹਾਂ ਜੀ। 13 ਸਤੰਬਰ ਨੂੰ ਫਿਲਮ ਸਿਨੇਮਾ ਘਰਾਂ ਦੇ ਵਿੱਚ ਰਿਲੀਜ਼ ਹੋ ਜਾਣੀ ਆ। ਗਿੱਪੀ ਗਰੇਵਾਲ ਨੇ ਪਹਿਲੇ 2 ਪਾਰਟ ਵੀ ਜਦੋਂ ਰਿਲੀਜ਼ ਕੀਤੇ ਸੀ, ਦਰਸ਼ਕਾਂ ਨੇ ਭਰਵਾਂ ਹੁੰਗਾਰਾ ਦਿੱਤਾ ਸੀ, ਕਾਫੀ ਇਮੋਸ਼ਨਲ ਵੀ ਹੋਏ ਸੀਗੇ ਲੋਕ ਦੇਖ ਕੇ, ਤੇ ਸਾਰਿਆਂ ਦੇ ਘਰਾਂ ਦੇ ਨਾਲ ਸਾਰਿਆਂ ਦੇ ਆਪਣਿਆਂ ਦੇ ਨਾਲ ਕਹਾਣੀਆਂ ਜੁੜੀਆਂ ਸੀ। ਤੇ ਇਹ ਫਿਲਮ ਦਰਸ਼ਕਾਂ ਦਾ ਕਿਵੇਂ ਦਾ ਦਿਲ ਜਿੱਤਦੀ ਆ, ਕਿਵੇਂ ਉਹਨਾਂ ਨੂੰ ਇਮੋਸ਼ਨਲ ਕਰਾਉਂਦੀ ਕਰਦੀ ਆ, ਜਾਂ ਫਿਰ ਕਹਿ ਲਓ ਕਿ ਕਿਹੜੇ ਉਹਨਾਂ ਦੇ ਜਿਹੜੇ ਦੁੱਖ ਦੇ ਰਾਗ ਆ ਉਹਨਾਂ ਨੂੰ ਛੇੜਦੀ ਆ, ਜਾ ਕੇ ਫਿਲਮ ਦੇਖਦੇ ਆ ਤੇ ਫਿਰ ਹੀ ਪਤਾ ਲੱਗੂਗਾ। ਗਿੱਪੀ ਗਰੇਵਾਲ ਦੀਆਂ ਪਹਿਲੀਆਂ ਫਿਲਮਾਂ ਨੂੰ ਵੀ ਪਸੰਦ ਕੀਤਾ ਸੀ, ਹੁਣ ਇਸ ਫਿਲਮ ਨੂੰ ਜਦੋਂ ਦੇ ਅਨਾਊਂਸਮੈਂਟ ਹੋਈ ਆ ਉਦੋਂ ਤੋਂ ਹੀ ਭਰਵਾਂ ਹੁੰਗਾਰਾ ਮਿਲ ਰਿਹਾ ਆ। ਪ੍ਰੀਮੀਅਰ ਜਦੋਂ ਅਸੀਂ ਦੇਖ ਕੇ ਆਉਂਦੇ ਹਾਂ ਤੇ ਲੋਕਾਂ ਦੇ ਨਾਲ ਵੀ ਗੱਲਬਾਤ ਕਰਦੇ ਹਾਂ ਕਿ ਉਹਨਾਂ ਨੂੰ ਫਿਲਮ ਕਿਵੇਂ ਦੀ ਲੱਗੀ ਆ। ਹਾਲ ਹੋ ਜਾਵੇ, ਹਾਲ ਹੋ ਜਾਵੇ।
ਪਰਿਵਾਰ ਨੂੰ ਦਿਖਾਈ ਜਾਊਗੀ, ਉਹ ਪਤਾ ਲੱਗੂਗਾ ਵੀ ਕੀ ਚੀਜ਼ ਹੈਗੀ ਆ ਜੀ। ਤੁਹਾਨੂੰ ਕੀ ਲੱਗਦਾ ਕਿੱਦਾਂ ਦੀਆਂ ਸਾਨੂੰ ਫਿਲਮਾਂ ਬਣਾਉਣ ਦੀ ਕਿਉਂ ਲੋੜ ਪੈ ਰਹੀ ਹੈ ਕਿ ਕਿਉਂ ਨਹੀਂ ਇਹਨਾਂ ਚੀਜ਼ਾਂ ਨੂੰ ਅਸੀਂ ਘਰਾਂ 'ਚ? ਪਾਪਾ ਪਿਆਰ 'ਚ ਪਿੱਛੇ ਹਟ ਗਏ ਜੀ, ਪੈਸਾ ਮੁੱਖ ਰੱਖੇ ਲੋਕਾਂ ਨੇ। ਤੁਹਾਨੂੰ ਲੱਗਦਾ ਕਿ ਬੱਚੇ ਸੁਣਦੇ ਆ ਆਪਣੇ ਮਾਂ ਪਿਓ ਦੀ? ਸੁਣਦੇ ਆ ਜੀ, ਸੁਣਦੇ ਨਹੀਂ ਹੋਏ ਜੀ, ਨਹੀਂ ਸੁਣਦੇ ਜੀ। ਉਹਨਾਂ ਨੂੰ ਇਹਨਾਂ ਫਿਲਮਾਂ ਤੁਸੀਂ ਇਮੋਸ਼ਨਲ ਕਾਫੀ ਹੋ ਗਏ ਹੋ, ਠੀਕ ਆ ਜੀ, ਕੀ ਕਹੋਗੇ ਤੁਸੀਂ ਲੋਕਾਂ ਨੂੰ? ਬਸ ਜੀ ਕਹਿੰਦੇ ਬਹੁਤ ਇਹ ਫਿਲਮਾਂ ਦੇਖੋ ਇਹ ਜੀਆਂ, ਪਤਾ ਲੱਗੇ। ਠੀਕ ਆ ਜੀ, ਠੀਕ ਆ, ਥੈਂਕ ਯੂ। ਕਿੱਦਾਂ ਦੀ ਲੱਗੀ ਜੀ ਤੁਹਾਨੂੰ? ਸੋਹਣੀ, ਬਹੁਤ ਸੋਹਣੀ ਮੂਵੀ ਹੈ ਜੀ। ਇਮੋਸ਼ਨਲ ਹੋਏ? ਹਾਂਜੀ। ਤੁਹਾਨੂੰ ਕੀ ਲੱਗਦਾ ਕਿ ਇਦਾਂ ਦੀਆਂ ਫਿਲਮਾਂ ਦੀ ਕਿਉਂ ਲੋੜ ਪੈ ਰਹੀ ਹੈ ਸਾਨੂੰ ਬਣਾਉਣ ਦੀ? ਐਕਚੁਅਲੀ ਹਮ ਲੋਕ ਸਭ ਲਾਈਫ ਮੇਂ ਬਹੁਤ ਟੈਨਸ਼ਨਸ ਲੇਤੇ ਹੈ ਔਰ ਹਮੇਂ ਵੋ ਲੇਨੀ ਨਹੀਂ ਚਾਹੀਏ, ਤੋ ਐਸੀ ਮੂਵੀਜ਼ ਹਮੇਂ ਥੋੜ੍ਹਾ ਲੈਸਨ ਵੀ ਦੇਤੀ ਹੈ, ਹਮੇਂ ਆਪਣੇ ਪੇਰੈਂਟਸ ਕਾ ਵੀ ਸੋਚਣਾ ਚਾਹੀਏ ਔਰ ਲਾਈਫ ਜੈਸੇ ਚੱਲ ਰਹੀ ਹੈ ਉਸਕੋ ਚਲਾਓ, ਟੈਨਸ਼ਨ ਮੇਂ ਲੈ ਕੇ ਕੋਈ ਫਾਇਦਾ ਨਹੀਂ ਹੈ, ਜੋ ਆਜ ਕਾ ਟਾਈਮ ਹੈ ਉਸਮੇਂ ਜੀਓ ਔਰ ਸਭ ਕੇ ਰਿਸਪੈਕਟ ਕਰੋ। ਮੂਵੀ ਬਹੁਤ ਵਧੀਆ ਸੀ, ਮੈਂ ਰਿਕਮੈਂਡ ਕਰਨਾ ਚਾਹੂੰਗੀ ਕਿ ਸਾਰੇ ਪੇਰੈਂਟਸ ਨੂੰ ਆਪਣੇ ਬੱਚਿਆਂ ਨੂੰ ਮੂਵੀ ਦਿਖਾਉਣੀ ਚਾਹੀਦੀ ਹੈ ਤਾਂ ਜੋ ਆਪਣੇ ਸੱਭਿਆਚਾਰ ਨਾਲ ਬੱਚੇ ਦੁਆਰਾ ਤੋਂ ਜੁੜਨ ਐਂਡ ਸਰਬੱਤ ਦਾ ਭਲਾ ਹੋਵੇ। ਅੱਛਾ, ਅਤੇ ਜਿੱਦਾਂ ਜਦੋਂ ਅਸੀਂ ਫਿਲਮ ਦੇਖ ਰਹੇ ਸੀਗੇ ਕਾਫੀ ਸੀਨ ਸੀਗੇ, ਵੈਸੇ ਤਾਂ ਸਾਰੀ ਫਿਲਮ ਆ ਜਿਹੜੀ ਤੁਹਾਨੂੰ ਝੰਝੋੜ ਕੇ ਰੱਖ ਦਿੰਦੀ ਆ, ਪਰ ਸੈਕਿੰਡ ਹਾਫ ਜ਼ਿਆਦਾ ਬਹੁਤ ਇਮੋਸ਼ਨਲ, ਤੁਹਾਨੂੰ ਯਾਦ ਕਰਾ ਦਿੱਤਾ ਉਹਨਾਂ ਨੇ ਕਿ ਤੁਸੀਂ ਕਿੱਥੇ ਕਿੱਥੇ ਆਪਣੇ ਮਾਂ ਪਿਓ ਦੇ ਨਾਲ ਆਰਗਿਊ ਕੀਤੇ ਅਤੇ ਤੁਹਾਨੂੰ ਉਹ ਚੀਜ਼ਾਂ ਚੇਤੇ ਆਉਂਦੀਆਂ? ਉਹ ਵੀ ਆਉਂਦੀਆਂ ਐਂਡ ਅੱਗੇ ਲਈ ਵੀ ਸਬਕ ਹੈ ਕਿ ਕਿੱਦਾਂ ਆਪਣੇ ਮਾਂ ਪਿਓ ਨੂੰ ਕਦੇ ਉਹਨਾਂ ਨੂੰ ਪਿੱਛੇ ਨਾ ਰੱਖੋ ਜੇ ਉਹ ਹੈ ਤਾਂ ਅਸੀਂ ਹਾਂ। ਅਜੇ ਤੁਹਾਨੂੰ ਕਦੀ ਹੋਇਆ ਕਿ ਆਪਣੇ ਮਾਂ ਪਿਓ ਦੇ ਨਾਲ ਤੁਸੀਂ ਕਦੀ ਗੁੱਸੇ 'ਚ ਬੋਲੇ ਹੋਵੇ ਤਾਂ ਹੁਣ ਜ਼ਿਆਦਾ ਚੀਜ਼? ਨਹੀਂ, ਮੈਨੂੰ ਉਹਦਾ ਕੋਈ ਨਹੀਂ ਲੱਗਿਆ। ਇੱਕ ਚੀਜ਼ ਜਿਹੜੀ ਇੰਪੋਰਟੈਂਟ ਸੀਗੀ ਉਹ ਪਿਓ ਧੀ ਦਾ ਰਿਸ਼ਤਾ ਜਿਹੜਾ ਇਹਦੇ ਵਿੱਚ ਵਿਖਾਇਆ ਨਾ, ਉਹ ਬਹੁਤ ਸੋਹਣੇ ਤਰੀਕੇ ਨਾਲ ਵਿਖਾਇਆ। ਮੈਂ ਕੁਝ ਜ਼ਿਆਦਾ ਇਮੋਸ਼ਨਲ ਨਹੀਂ ਹੋਇਆ, ਬਟ ਜਿੰਨਾ ਪਿਓ ਧੀ ਦੇ ਰਿਸ਼ਤੇ ਵਾਲਾ ਜਿਹੜਾ ਸੀਨ ਸੀਗਾ ਉਹਦੇ ਵਿੱਚ ਸਭ ਤੋਂ ਜ਼ਿਆਦਾ ਇਮੋਸ਼ਨਲ ਪਾਰਟ ਸੀਗਾ ਉਹ। ਜਿੱਦਾਂ ਇਹਨਾਂ ਨੇ ਪਿਓ ਧੀ ਦੇ ਰਿਸ਼ਤੇ ਦੀ ਗੱਲ ਕੀਤੀ, ਤੁਹਾਨੂੰ ਫਿਲਮ ਦੇ ਵਿੱਚ ਕਿਹੜੀ ਚੀਜ਼ਾਂ ਜਿਹਨੇ ਜ਼ਿਆਦਾ ਹਿੱਟ ਕੀਤਾ? ਵੈਸੇ ਤਾਂ ਸਾਰੀ ਫਿਲਮ ਸੋਹਣੀ ਹੈ। See, everything is important now. I don't have my dad, so I can realize and I miss him. So, is movie se mujhe unki zyada yaad aa rahi thi ki hum log jitne marzi bade ho jaye unki kami hame har time pe khalti hai. So, this is something. Tuhanu kehdi cheez zyada matlab ki chhinjodya jine? Rab na judo te sirf selfish na ho ki sirf apne bare hi tusi soch rahe ho, apni ardaas karde ho te sab de layi bhala hi mango. ਬੀਂਗ ਆਡੀਅੰਸ, ਮੈਂ ਤੁਹਾਨੂੰ ਪੁੱਛੂੰਗੀ ਕਿ ਜਿੱਦਾਂ ਇਹ ਫਿਲਮ ਆਈ ਹੈ, ਠੀਕ ਆ, ਸਮੇਂ ਦੀ ਲੋੜ ਆ ਇੱਦਾਂ ਦੀਆਂ ਫਿਲਮਾਂ ਦੀ, ਕੀ ਤੁਸੀਂ ਇਸ ਚੀਜ਼ ਸੋਚਦੇ ਹੋ ਕਿ ਸਾਨੂੰ ਇੱਦਾਂ ਦੀਆਂ ਫਿਲਮਾਂ ਬਣਾਉਣ ਦੀ ਲੋੜ ਹੀ ਨਾ ਪਵੇ ਕਿ ਇੰਨੀ ਚੀਜ਼ ਮਤਲਬ ਕਿ ਵਧੀਆ ਹੋ ਜਾਵੇ? ਲੋੜ ਹਮੇਸ਼ਾ ਪੈਣੀ ਹੈ, ਵਿਦ ਟਾਈਮ ਹਮੇਸ਼ਾ ਇਹੋ ਜਿਹੀਆਂ ਫਿਲਮਾਂ ਦੀ ਲੋੜ ਪੈਣੀ ਹੈ, ਬਿਕੋਜ਼ ਅਸੀਂ ਕਿਤੇ ਨਾ ਕਿਤੇ ਆਪਣੇ ਕੰਮਾਂ ਕਾਰਾਂ 'ਚ ਆਪਣੀ ਨੋਰਮਲ ਜ਼ਿੰਦਗੀ 'ਚ ਭੁੱਲ ਜਾਂਦੇ ਹਾਂ ਕਿ ਇਹ ਵੀ ਚੀਜ਼ਾਂ ਜ਼ਰੂਰੀ ਹੈ। ਯੂ ਨੋ, ਡਿਫਰੈਂਟ ਡਿਫਰੈਂਟ ਇਹਨਾਂ ਨੇ ਜੋ ਆਸਪੈਕਟਸ ਨੂੰ ਟੱਚ ਕੀਤਾ ਹੈ, ਬੀਟ ਬੇਟਾ ਬੇਟੀ, ਪੇਰੈਂਟਸ ਨੂੰ, ਰੱਬ ਨੂੰ ਲੈ ਕੇ, ਨਸ਼ਿਆਂ ਨੂੰ ਲੈ ਕੇ, ਜੋ ਵੀ ਸਾਰੇ ਆਸਪੈਕਟ ਸੀਗੇ, ਇਹ ਲੋੜ ਵਿਦ ਟਾਈਮ ਪੈਣੀ ਹੈ। ਆਡੀਅੰਸ ਨੂੰ ਕੀ ਕਹੋਗੇ? ਜ਼ਰੂਰ ਵੇਖੋ ਵਿਦ ਯੋਰ ਫੈਮਲੀ, ਕਮ ਵਿਦ ਯੋਰ ਫੈਮਲੀ ਐਂਡ ਬੱਚਿਆਂ ਨੂੰ ਜ਼ਰੂਰ ਦਿਖਾਓ। ਸਭ ਦੇਖੀਏ ਮੂਵੀ, ਆਪਣੇ ਪੇਰੈਂਟਸ ਕੋ ਵੀ ਦਿਖਾਈਏ, ਆਪ ਲੋਕ ਵੀ ਦੇਖੀਏ ਔਰ ਬੱਚੋਂ ਕੋ ਵੀ ਦਿਖਾਈਏ। ਮੇਰਾ ਵੀ ਇਹੀ ਕਹਿਣਾ ਜੀ। ਥੈਂਕ ਯੂ ਜੀ, ਥੈਂਕ ਯੂ, ਥੈਂਕ ਯੂ। ਬਹੁਤ ਵਧੀਆ ਮੂਵੀ ਹੈ ਜੀ, ਮੈਂ ਕਹਿੰਦਾ ਸਾਰਿਆਂ ਨੂੰ ਦੇਖਣੀ ਚਾਹੀਦੀ ਹੈ, ਇੱਕ ਸਿੱਖ ਦੇ ਦਿੰਦੀ ਹੈ, ਅਕਲ ਦੇ ਦਿੰਦੀ ਹੈ। ਕਿਹੜੀ ਚੀਜ਼ ਸੀ ਫਿਲਮ ਦੇ ਵਿੱਚ, ਕਿਹੜਾ ਸੀਨ ਸੀ ਜਿਹਨੇ ਤੁਹਾਨੂੰ ਜ਼ਿਆਦਾ ਇਮੋਸ਼ਨਲ ਕੀਤਾ, ਜ਼ਿਆਦਾ ਝੰਜੋੜ ਦਿੱਤਾ?
ਸਭ ਤੋਂ ਜ਼ਿਆਦਾ ਮੈਨੂੰ ਲੱਗਦਾ ਹੈ ਗਿੱਪੀ ਭਾਅ ਜੀ ਦਾ ਆਪਣੇ ਫਾਦਰ ਨਾਲ ਜਿਹੜੇ ਸੀਨ ਹੈਗੇ ਆ, ਮੈਨੂੰ ਲੱਗਦਾ ਕਈ ਸੀਨ ਨਾਲ ਮੈਂ ਆਪ ਰਿਲੇਟ ਕਰ ਸਕਦਾ ਸ਼ਾਇਦ। ਤਾਂ ਕਿਹੜੀਆਂ ਚੀਜ਼ਾਂ ਤੁਹਾਨੂੰ ਯਾਦ ਆ ਗਈਆਂ ਘਰ ਘਰ ਨੂੰ ਲੈ ਕੇ, ਮਾਂ ਪਿਓ ਨੂੰ ਲੈ ਕੇ? ਕਦੇ ਕਦਾਰ ਨਾ ਇੱਦਾਂ ਹੁੰਦਾ ਵੀ ਘਰਦਿਆਂ ਦੀ ਅਸੀਂ ਮੰਨਦੇ ਨਹੀਂ ਅਤੇ ਬਾਅਦ 'ਚ ਪਛਤਾਵਾ ਹੁੰਦਾ, ਅਤੇ ਉਹ ਮੈਨੂੰ ਲੱਗਦਾ ਥੋੜ੍ਹਾ ਮੈਨੂੰ ਪਤਾ ਲੱਗ ਗਿਆ ਵੀ ਬਾਅਦ 'ਚ ਪਛਤਾਵਾ ਕਰਨ ਤੋਂ ਪਹਿਲਾਂ ਨਾ ਪਹਿਲਾਂ ਹੀ ਆਪਾਂ ਮੰਨ ਜਾਈਏ ਜੇ ਸ਼ਾਇਦ ਬਾਅਦ 'ਚ ਫਿਰ ਵਧੀਆ ਰਹੂੰਗੇ। ਜਦੋਂ ਫਿਲਮ ਦੇਖਦੇ ਨੇ ਤੁਹਾਨੂੰ ਇਹ ਜ਼ਰੂਰ ਆਉਂਦਾ ਹੋਣਾ ਕਿੱਥੇ ਕਿੱਥੇ ਤੁਸੀਂ ਆਪਣੇ ਘਰਦਿਆਂ ਨਾਲ ਬਹਿਸੇ ਹੋ, ਕਿੱਥੇ ਕਿਤੇ ਬਿਨਾਂ ਗੱਲ ਤੋਂ ਆਰਗਿਊ ਕੀਤਾ, ਉਹ ਚੀਜ਼ਾਂ ਜ਼ਿਆਦਾ ਫੀਲ ਹੋਈਆਂ? ਹਰੇਕ ਚੀਜ਼ ਫੀਲ ਹੋਈ ਹੈ। ਮੈਂ ਕਹਿੰਦਾ ਸਾਰੇ ਟੋਪਿਕ ਕਵਰ ਹੋਏ ਆ ਜਿੰਨੇ ਸੋਸ਼ਲ ਟੋਪਿਕ ਹੈ। ਜੇ ਮੈਂ ਹੁਣ ਮੈਂ 12th ਦਾ ਸਟੂਡੈਂਟ ਹੈ ਵੈਸੇ, ਅਤੇ ਮੈਂ ਸੋਸ਼ੋਲੋਜੀ ਰੱਖੀ ਹੈ, ਅਤੇ ਮੈਂ ਕਹਿੰਦਾ ਮੈਨੂੰ ਪੇਪਰਾਂ 'ਚ ਇੱਦਾਂ ਕਿਤਾਬਾਂ ਤੋਂ ਪੜ੍ਹਨ ਤੋਂ ਵਧੀਆ ਤਾਂ ਇਹੀ ਦੇਖ ਲਈ, ਇਹ ਮੂਵੀ ਤੋਂ ਦੇਖ ਕੇ ਵਧੀਆ ਸਿੱਖਾਂ ਹੈ। ਸਾਰੀ ਸਿੱਖ ਕਵਰ ਹੁੰਦੀ ਹੈ, ਬਸ ਆਪਾਂ ਇੰਗਲਿਸ਼ 'ਚ ਇੱਕ ਵਾਰ ਟ੍ਰਾਂਸਲੇਟ ਕਰਕੇ ਲਿਖ ਦਈਏ। ਮੈਂ ਕਹਿੰਦਾ ਪੇਪਰ 'ਚ ਮੈਂ 100 ਲਿਆ ਵਾਂ। ਆਡੀਅੰਸ ਨੂੰ ਕੀ ਕਹੋਗੇ? ਆਡੀਅੰਸ ਨੂੰ ਮੈਂ ਇਹ ਕਹਿਣਾ ਚਾਹੂੰਗਾ ਵੀ ਸਾਰੇ ਆਓ, ਦੇਖੋ ਅਤੇ ਆਪਣੀ ਆਪਣੀ ਗਲਤੀਆਂ ਸੁਧਾਰੋ। ਕਿਤੇ ਆਪਾਂ ਗਲਤ ਹੁੰਦੇ ਹਾਂ, ਇੱਦਾਂ ਨਹੀਂ ਹੈ ਵੀ ਸਾਰੇ ਠੀਕ ਹੈ, ਦੁੱਧ ਦਾ ਧੜਾ ਕੋਈ ਨਹੀਂ। ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੇਖ ਕੇ ਆਏ ਹੋ, ਤੁਹਾਡਾ ਕੀ ਕਹਿਣਾ? ਕਿਉਂਕਿ ਜਕਾਰੇ ਵੀ ਲੱਗ ਰਹੇ ਸੀ ਜਦੋਂ ਅਸੀਂ ਫਿਲਮ ਦੇਖ ਰਹੇ ਸੀ। ਇਹ ਬਹੁਤ ਵਧੀਆ ਮੂਵੀ ਹੈ, ਲਿਸਨ ਦਿੱਤਾ ਗਿਆ ਇਹਦੇ 'ਚ ਕਿ ਬੱਚਿਆਂ ਨੂੰ ਵੀ ਸਮਝਣਾ ਚਾਹੀਦਾ ਅਤੇ ਪੇਰੈਂਟਸ ਨੂੰ ਵੀ ਸਮਝਣਾ ਚਾਹੀਦਾ ਕਿ ਬੱਚੇ ਜੇ ਪੇਰੈਂਟਸ ਬੱਚਿਆਂ ਨੂੰ ਦਿਖਾਉਣ ਆ ਰਹੇ ਹੈ ਤਾਂ ਇਹਦੇ 'ਚ ਇਹ ਲੈਸਨ ਦਿੱਤਾ ਗਿਆ ਕਿ ਪੇਰੈਂਟਸ ਜੋ ਬਿਹੇਵ ਹੈ ਉਹਨਾਂ ਦਾ, ਜੋ ਬੱਚਿਆਂ ਦਾ ਬਿਹੇਵ ਹੈ, ਉਹ ਅੱਜ ਦੀ ਡੇਟ 'ਚ ਸੇਮ ਐਸਟੀਜ਼ ਇੱਦਾਂ ਹੀ ਹੈ। ਹਾਂ, ਇਹ ਚੀਜ਼ ਹੈਗੀ ਹੈ, ਜਦੋਂ ਬੱਚੇ ਵੇਖਣਗੇ ਉਹਨਾਂ ਨੂੰ ਸਮਝ ਆਏਗੀ ਕਿ ਹਾਂ ਵੀ ਅਸੀਂ ਪੇਰੈਂਟਸ ਨਾਲ ਕੀ ਕੁਝ ਕਰਦੇ ਹਾਂ, ਅਤੇ ਬੱਚਿਆਂ ਨੂੰ ਅਤੇ ਪੇਰੈਂਟਸ ਨੂੰ ਵੀ ਆਹੀ ਸਮਝ ਆਏਗੀ ਕਿ ਅਸੀਂ ਆਪਣੇ ਬੱਚਿਆਂ ਨਾਲ ਕੀ ਕੁਝ ਕਰਦੇ ਹਾਂ। ਠੀਕ ਹੈ ਜੀ, ਅਤੇ ਇਹਦੇ 'ਚ ਇਹ ਵੀ ਦੱਸਿਆ ਗਿਆ ਕਿ ਡਰਿੰਕਿੰਗ ਵਗੈਰਾ ਇਹ ਬਹੁਤ ਗਲਤ ਚੀਜ਼ ਹੈ, ਅਤੇ ਠੀਕ ਹੈ ਜੀ, ਅਰਦਾਸ ਦੱਸੀ ਗਈ ਹੈ ਹਜ਼ੂਰ ਸਾਹਿਬ ਤਖਤ ਹਜ਼ੂਰ ਸਾਹਿਬ ਦੀ, ਅਤੇ ਉਹ ਵੀ ਬਹੁਤ ਵਧੀਆ ਲੱਗੀ, ਸਕੂਨ ਮਿਲਿਆ ਜੀ। ਹਾਂਜੀ, ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਨੈਕਸਟ ਟਾਈਮ ਜਦੋਂ ਮੂਵੀ ਆਵੇ ਤਾਂ ਇਹੋ ਜਿਹੀ ਆਵੇ, ਇਹੋ ਜਿਹੀਆਂ ਫਿਲਮਾਂ ਦੀ ਲੋੜ ਵੀ ਆ ਸਮਾਜ। ਹਾਂਜੀ ਹਾਂਜੀ, ਉਹੀ ਚੀਜ਼ ਕਹਿ ਰਿਹਾ ਕਿ ਨੈਕਸਟ ਟਾਈਮ ਆਏ ਅਤੇ ਹੋਰ ਇਵੇਂ ਦੀਆਂ ਹੀ ਆਉਣ, ਅਤੇ ਮੈਂ ਅੱਗੇ ਅਰਦਾਸ ਕਰਦਾ ਕਿ ਭਾਅ ਜੀ ਅੱਗੇ ਵੀ ਇੱਦਾਂ ਦੀਆਂ ਮੂਵੀਆਂ ਹੋਰ ਕੱਢਣ। ਬਹੁਤ ਵਧੀਆ ਮੂਵੀ ਲੱਗੀ ਹੈ, ਅਤੇ ਸਭ ਤੋਂ ਵੱਡੀ ਗੱਲ ਇਹ ਹੈ ਅਤੇ ਜਦੋਂ ਸਾਡੇ ਸੰਸਾਰ ਤੋਂ ਕੋਈ ਬਜ਼ੁਰਗ ਵੱਡਾ ਲੰਘ ਜਾਵੇ, ਕਿਸੇ ਦਾ ਮਾਂ ਪਿਓ ਚਲਾ ਜਾਵੇ, ਉਸ ਚੀਜ਼ ਦੀ ਬੜੀ ਘਾਟ ਹੁੰਦੀ ਹੈ। ਇਸ ਚੀਜ਼ ਨੂੰ ਵੇਖ ਕੇ ਬਹੁਤ ਜ਼ਿਆਦਾ ਦੁੱਖ ਲੱਗਦਾ, ਅਤੇ ਸਾਰੇ ਬੱਚਿਆਂ ਨੂੰ ਇਹ ਰਿਸਪੈਕਟ ਹੈ ਵੀ ਆਪਣੇ ਮਾਂ ਪਿਓ ਅਤੇ ਬਜ਼ੁਰਗਾਂ ਦੀ ਸੇਵਾ ਕਰਿਆ ਕਰਨ, ਰਿਕੁਐਸਟ ਹੈ ਸਾਰਿਆਂ ਨੂੰ। ਬਸ ਮੈਂ ਤਾਂ ਇਹਨੇ ਕਹਿ ਜਾਂਦਾ ਬਹੁਤ ਜ਼ਿਆਦਾ ਵਧੀਆ ਮੂਵੀ ਹੈ, ਹੁਣ ਜੋ 13 September ਨੂੰ ਮੂਵੀ ਆਏਗੀ, ਆਪਣੇ ਪਰਿਵਾਰ ਨੂੰ ਜ਼ਰੂਰ ਲੈ ਕੇ ਆਇਓ। ਮੈਂ ਤਾਂ ਅੰਦਰ ਬੈਠੇ ਗੂਜ਼ਬੰਪ ਸਾਰੇ ਸੀ। ਕਾਫੀ ਚੀਜ਼ਾਂ, ਕਾਫੀ ਸੀਨ ਇਹੋ ਜਿਹੇ ਜਿਹੜੇ ਬੰਦੇ ਨੂੰ ਇਮੋਸ਼ਨਲ ਕਰਦੇ। ਹਾਂਜੀ, ਹੁਣ ਜਿਵੇਂ ਡਰਿੰਕ ਦੀ ਵੀ ਗੱਲ ਕੀਤੀ, ਸਾਨੂੰ ਡਰਿੰਕ ਨਹੀਂ ਕਰਨੀ ਚਾਹੀਦੀ ਡਰਿੰਕ ਨਾਲ, ਜਿਵੇਂ ਘੁੱਗੀ ਬਾਗੀ ਨੇ ਇੱਕ ਕੀਤਾ ਹੋਇਆ ਰੋਲ ਕੀਤਾ ਹੋਇਆ, ਹੁਣ ਉਹਨਾਂ ਦੇ ਪਰਿਵਾਰ ਦਾ ਕੀ ਹਾਲ ਹੋਇਆ ਤੁਹਾਨੂੰ ਪਤਾ ਹੀ ਹੈ, ਮੂਵੀ ਦੇਖੀ ਹੋਏਗੀ। ਹੁਣ ਜਦੋਂ ਮੂਵੀ ਆਏਗੀ ਮੈਂ ਕਹਿੰਦਾ ਆਪਣੇ ਪਰਿਵਾਰ ਨੂੰ ਜ਼ਰੂਰ ਲੈ ਕੇ ਆਇਓ, ਆਪਣੇ ਬੱਚਿਆਂ ਨੂੰ, ਆਪਣੇ ਮਾਪਿਆਂ ਨੂੰ, ਹਾਂ ਫੈਮਿਲੀ ਨਾਲ ਜ਼ਰੂਰ ਦੇਖਣਾ ਹੈ ਮੂਵੀ। ਥੈਂਕ ਯੂ ਵੈਲਕਮ। ਭਾਅ ਜੀ ਕਿਵੇਂ ਲੱਗੀ ਫਿਲਮ ਦੇਖ ਕੇ, ਅਰਦਾਸ ਸਰਬੱਤ ਦੇ ਭਲੇ ਦੀ? ਬਹੁਤ ਵਧੀਆ ਫਿਲਮ ਲੱਗੀ ਜੀ। ਇੱਕੋ ਗੱਲ ਕਹਿਣਾ ਚਾਹੁੰਦਾ ਜੀ, ਆਪਣੇ ਪਰਿਵਾਰ ਅਤੇ ਬੱਚਿਆਂ ਨੂੰ ਲੈ ਕੇ ਆਓ, ਬਹੁਤ ਕੁਝ ਸਿੱਖਣ ਨੂੰ ਮਿਲਦਾ ਜੀ ਫਿਲਮ। ਫਿਲਮ ਦੇਖ ਕੇ ਆਏ ਹੋ ਅਰਦਾਸ ਸਰਬੱਤ ਦੇ ਭਲੇ ਦੀ, ਕਿਵੇਂ ਦੀ ਲੱਗੀ? ਮੈਮ ਬਹੁਤ ਵਧੀਆ ਮੂਵੀ ਹੈ, ਇਮੋਸ਼ਨਲ ਹੋਏ ਬਹੁਤ ਜ਼ਿਆਦਾ। ਕਿਹੜੀਆਂ ਗੱਲਾਂ ਨੇ ਇਮੋਸ਼ਨਲ ਕਰ ਦਿੱਤੇ? ਇਮੋਸ਼ਨਲ ਮੈਮ ਹਰ ਇੱਕ, ਮਤਲਬ ਜੋ ਜਿਨ੍ਹਾਂ ਨੇ ਕਿਰਦਾਰ ਆਪਣੇ ਨਿਭਾਏ ਆ ਉਹਨਾਂ ਵੱਲੋਂ, ਹਰ ਵੱਲੋਂ ਅਸੀਂ ਹੋਏ ਹਾਂ, ਹਰ ਇਨਸਾਨ ਦਾ, ਚਾਹੇ ਪਿਓ ਪੁੱਤ ਦਾ, ਬਾਪ ਬੇਟੀ ਦਾ, ਮਾਂ ਧੀਆਂ ਦਾ, ਜੋ ਵੀ ਹੈ, ਜੋ ਵੀ ਉਹਨਾਂ ਨੇ ਕਿਰਦਾਰ ਦਿਖਾਇਆ। ਬਟ ਮੈਮ ਬਹੁਤ ਵਧੀਆ ਮੂਵੀ ਹੈ, ਸਾਰਿਆਂ ਨੇ ਦੇਖਣੀ ਚਾਹੀਦੀ ਹੈ, ਨਿੱਕੇ ਤੋਂ ਲੈ ਕੇ ਵੱਡੇ ਤੱਕ। ਮੈਂ ਇਹ ਕਹਿੰਦੀ ਹਾਂ ਵੀ ਕੋਈ ਵੀ ਨਾ ਰਹੇ ਫਿਲਮ ਵੇਖਣ ਤੋਂ, ਬਹੁਤ ਵਧੀਆ। ਤੁਹਾਨੂੰ ਕਿਵੇਂ ਲੱਗੀ ਫਿਲਮ? ਬਹੁਤ ਵਧੀਆ। ਸਭ ਤੋਂ ਵਧੀਆ ਕਿਹੜਾ ਸੀਨ ਲੱਗਾ ਜਿਹਨੇ ਤੁਹਾਨੂੰ ਇਮੋਸ਼ਨਲ ਵੀ ਕੀਤਾ, ਤੁਹਾਨੂੰ ਵੀ ਰਿਅਲਾਈਜ਼ ਹੋਇਆ ਕਿ ਮੈਂ ਆਪਣੇ ਪੇਰੈਂਟਸ ਨਾਲ ਇੱਦਾਂ ਕਦੀ ਨਹੀਂ ਗੁੱਸੇ 'ਚ ਬੋਲਣਾ ਜਾਂ ਕੁਛ ਵੀ ਫੀਲ ਹੁੰਦੀ ਹੈ ਨਾ ਕਈ ਚੀਜ਼ਾਂ? ਜਦੋਂ ਉਹ ਆਪਣੇ ਫਰੈਂਡਸ ਦੀ ਬਰਥਡੇ ਪਾਰਟੀ 'ਤੇ ਚੱਲਦਾ ਸੀ, ਉਦੋਂ
ਹਾਂਜੀ ਉਹ ਆਪਣੇ ਪੇਰੈਂਟਸ ਨੂੰ ਇਗਨੋਰ ਕਰਕੇ ਚੱਲਾ ਸੀ ਐਂਡ ਵਾਪਸ ਆਇਆ ਤਾਂ ਮੰਮਾ ਨੇ ਹਾਂਜੀ ਹਾਂਜੀ ਅੱਛਾ ਕਿੰਨੀ ਵਾਰੀ ਫਿਰ ਮੰਮਾ ਵੱਲ ਦੇਖਿਆ ਕਿ ਮੈਂ ਵੀ ਇੱਦਾਂ ਤਾਂ ਨਹੀਂ ਬੋਲਦੀ ਗੁੱਸੇ 'ਚ ਬਹੁਤ ਵਾਰੀ ਦੇਖਿਆ ਜਿਹੜੇ ਤੁਹਾਡੀ ਉਮਰ ਦੇ ਇਸ ਵੇਲੇ ਦੇਖ ਰਹੇ ਨੇ ਵੀਡੀਓ ਨੂੰ ਤੁਸੀਂ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਇਸ ਫਿਲਮ ਦੇ ਬਾਰੇ ਉਹਨਾਂ ਨੂੰ ਇਹੀ ਮੈਸੇਜ ਦੇਵਾਂਗੀ ਉਹ ਵੀ ਸਾਰੇ ਫਿਲਮ ਦੇਖਣ ਬਹੁਤ ਵਧੀਆ ਨਿੱਕੇ ਤੋਂ ਲੈ ਕੇ ਛੋਟੇ ਵੱਡੇ ਤੱਕ ਸਭ ਨੂੰ ਦੇਖਣੀ ਚਾਹੀਦੀ ਹੈ ਬਹੁਤ ਵਧੀਆ ਫਿਲਮ ਹੈ ਸਭ ਨੂੰ ਬਹੁਤ ਚੰਗਾ ਮੈਸੇਜ ਮਿਲਦਾ ਫਿਲਮ ਦੇਖ ਕੇ ਫਿਲਮ ਦੇਖ ਕੇ ਆਏ ਹੋ ਅਰਦਾਸ ਸਰਬੱਤ ਦੇ ਭਲੇ ਦੀ ਕਿਵੇਂ ਦੀ ਲੱਗੀ ਕਿੰਨੇ ਕੁ ਇਮੋਸ਼ਨਲ ਹੋਏ ਬੜੀ ਸੋਹਣੀ ਮੂਵੀ ਹੈ ਇਮੋਸ਼ਨਲ ਬਹੁਤ ਜ਼ਿਆਦਾ ਹੋ ਗਏ ਥੇ ਲਾਸਟ ਮੇਂ ਕਿਹੜੀਆਂ ਗੱਲਾਂ ਕਿਹੜੇ ਸੀਨ ਨੇ ਤੁਹਾਨੂੰ ਇਮੋਸ਼ਨਲ ਕੀਤਾ ਉਹ ਐਕਸੀਡੈਂਟ ਵਾਲੇ ਸੀਨ ਆਏ ਥੇ ਵਿੱਚ ਮੇਂ ਉਹ ਵੀ ਇਮੋਸ਼ਨਲ ਹੋ ਗਏ ਥੇ ਲਾਸਟ ਮੇਂ ਜਬ ਅਰਦਾਸ ਹੋਈ ਤਬ ਵੀ ਬਹੁਤ ਜ਼ਿਆਦਾ ਇਮੋਸ਼ਨਲ ਹੋ ਗਏ ਤੁਸੀਂ ਫਾਦਰ ਡਾਟਰ ਕਾ ਜੋ ਡਿਊ ਦਿਖਾਇਆ ਥਾ ਉਸਮੇਂ ਬਾਕੀ ਆਈ ਐਮ ਬਲੈਸਡ ਟੂ ਬੀ ਪਾਰਟ ਆਫ ਦਿਸ ਫਿਲਮ ਯਾ ਸੋ ਯਾ ਸੱਚ ਅ ਨਾਈਸ ਇਸ ਦੇ ਵਿੱਚ ਉਹੀ ਜਿਹੜੇ ਫਾਦਰ ਡਾਟਰ ਬਾਰੇ ਬੋਲ ਰਹੇ ਸੀਗੇ ਉਹ ਅਤੇ ਉਹੀ ਅੱਜ ਕੱਲ੍ਹ ਪੇਰੈਂਟਸ ਜਿੱਦਾਂ ਆਪਾਂ ਰਿਸਪੈਕਟ ਨਹੀਂ ਕਰ ਪਾਉਂਦੇ ਕਿ ਸਿੱਖਿਆ ਮਿਲੀ ਘਰ ਜਾ ਕੇ ਪਹਿਲੇ ਤਾਂ ਪੇਰੈਂਟਸ ਨੂੰ ਸੋਰੀ ਬੋਲਾਂਗੇ ਜੋ ਗਲਤੀਆਂ ਕੀਤੀਆਂ ਉਸ ਤੋਂ ਬਾਅਦ ਜਾ ਕੇ ਆਪਣੇ ਉੱਤੇ ਕਰਾਂਗੇ ਕਿ ਅੱਗੇ ਜਾ ਕੇ ਆਪਾਂ ਆਪਣੇ ਪੇਰੈਂਟਸ ਨੂੰ ਨਾ ਕਰ ਪਾਈਏ ਉੱਦਾਂ ਡਿਸਰਿਸਪੈਕਟ ਤੁਸੀਂ ਜਿੱਦਾਂ ਫਿਲਮ ਦਾ ਪਾਰਟ ਹੋ ਹੈਨਾ ਕਿਹੜੀਆਂ ਚੀਜ਼ਾਂ ਆ ਜਿਹੜੀਆਂ ਤੁਹਾਨੂੰ ਲੱਗੀਆਂ ਕਿ ਇਹ ਚੀਜ਼ਾਂ ਹੋਣੀਆਂ ਨਹੀਂ ਚਾਹੀਦੀਆਂ ਅਤੇ ਸਾਨੂੰ ਲੋੜ ਨਾ ਪਵੇ ਇੱਦਾਂ ਦੀਆਂ ਫਿਲਮਾਂ ਬਣਾਉਣ ਦੀ ਵੈਸੇ ਤਾਂ ਠੀਕ ਆ ਮੈਸੇਜ ਵਧੀਆ ਦਿੰਦੀਆਂ ਪਰ ਕਿਉਂ ਬਟ ਇਹ ਜ਼ਰੂਰੀ ਹੈ ਫੋਰ ਸੋਸਾਇਟੀ ਲਾਈਕ ਹਮਾਰੀ ਜਨਰੇਸ਼ਨ ਕੇ ਲਈ ਅਸੀਂ ਐਸੀ ਮੂਵੀਜ਼ ਬਹੁਤ ਇੰਪੋਰਟੈਂਟ ਹੈ ਹਮੇ ਵਾਪਸ ਟੱਚ ਯਾਦ ਕਰਾਨੇ ਕੇ ਲੀਏ ਤੋ ਮੁਝੇ ਜਬ ਮੈਂ ਮੂਵੀ ਕਰ ਰਹੀ ਥੀ ਨਾ ਤਬ ਵੀ ਹਮ ਇਤਨਾ ਜ਼ਿਆਦਾ ਰੋਏ ਥੇ ਸੀਨਸ ਕਰਤੇ ਹੋਏ ਲਾਈਕ ਕਰੂ ਇਤਨਾ ਜ਼ਿਆਦਾ ਰੋਇਆ ਥਾ ਤੋ ਹਮੇ ਪਤਾ ਥਾ ਕਿ ਆਡੀਅੰਸ ਵੀ ਐਸਾ ਹੋਗਾ ਔਰ ਪਿਕਚਰ ਦੇਖ ਕੇ ਤੋ ਸਾਰੇ ਖੜੇ ਹੋ ਗਏ ਸੀ ਜਕਾਰੇ ਲੱਗ ਰਹੇ ਸੀ ਸਾਰੇ ਇਮੋਸ਼ਨਲ ਵੀ ਸੀ ਅਰਦਾਸ ਸੀ ਸਭ ਨੇ ਇਤਨਾ ਰਿਸਪੈਕਟ ਕਰ ਕੇ ਖੜੇ ਹੋ ਕੇ ਬਿਲਕੁਲ 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 ਬਸ ਦੇਖੋ ਇਹ ਮੂਵੀ ਦੋ ਵਾਚ ਆਪਣੇ ਪੇਰੈਂਟਸ ਕੇ ਸਾਥ ਔਰ ਬੱਚੇ ਪੇਰੈਂਟਸ ਆਪਣੇ ਬੱਚੋਂ ਕੇ ਸਾਥ ਇਹ ਮੂਵੀ ਮਸਟ ਦੇਖੇ ਇਕੱਲੇ ਨਾ ਦੇਖਣਾ ਫੈਮਿਲੀ ਨਾਲ ਫੈਮਿਲੀ ਕੇ ਸਾਥ ਦੇਖੇ ਹਾਂਜੀ ਮੈਂ ਇਹ ਬੋਲੂੰਗੀ ਆਪਣੀ ਫੈਮਿਲੀ ਨਾਲ ਆਓ ਆਪਣੇ ਬੱਚਿਆਂ ਨੂੰ ਸਿਖਾਓ ਜੋ ਉਹਨਾਂ ਨੇ ਨਹੀਂ ਸਿੱਖਿਆ ਇਹ ਮੂਵੀ ਤਾਂ ਜ਼ਰੂਰ ਸਿੱਖੋਗੇ ਕਿਉਂਕਿ ਅੱਜ ਕੱਲ੍ਹ ਮੋਬਾਈਲ ਔਰ ਮੂਵੀ ਤੋਂ ਹੀ ਸਿੱਖ ਸਕਦੇ ਹਾਂ ਪੇਰੈਂਟਸ ਦੀ ਗੱਲ ਤਾਂ ਕੋਈ ਵੀ ਨਹੀਂ ਸੁਣਦਾ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦਾ ਪ੍ਰੀਮੀਅਰ ਦੇਖਿਆ ਜੀ ਔਰ ਇੰਨਾ ਆਨੰਦ ਆਇਆ ਕਿ ਇੰਨੀ ਵਧੀਆ ਇਕੱਲਾ ਇਕੱਲਾ ਡਾਇਲੋਗ ਜਦੋਂ ਤੁਸੀਂ ਸੁਣਦੇ ਹੋ ਤੁਹਾਡੇ ਐਂ ਲੱਗਦਾ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਕੋਈ ਨਾ ਕੋਈ ਬਦਲਾਅ ਆ ਰਿਹਾ ਔਰ ਇੰਨਾ ਅੱਛਾ ਕੌਨਸੈਪਟ ਔਰ ਇੰਨੀ ਅੱਛੀ ਕਾਸਟ ਸਟਾਰ ਕਾਸਟ ਹੈ ਜਿੰਨੀ ਵੀ ਔਰ ਕਿਹੜਾ ਬੰਦਾ ਹੈ ਜਿਹਦੇ ਬੋਲਾਂ 'ਤੇ ਜਿਹਦੇ ਡਾਇਲੋਗ 'ਤੇ ਤਾੜੀਆਂ ਨਹੀਂ ਪਈਆਂ ਕਿਹੜਾ ਉਹ ਆਰਟਿਸਟ ਹੈ ਜਿਹਦੀ ਪਰਫੋਰਮੈਂਸ ਨੇ ਰਵਾਇਆ ਨਹੀਂ ਔਰ ਮੈਂ ਕਹਿੰਦਾ ਵੀ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ ਮੈਂ ਪਹਿਲੀਆਂ ਦੋ ਅਰਦਾਸ ਫਿਲਮਾਂ ਵੀ ਦੇਖੀਆਂ ਨੇ ਪਰ ਇਹ ਉਸ ਤੋਂ ਨੈਕਸਟ ਲੈਵਲ ਹੈ ਇਹ ਹੋਰ ਵੀ ਜ਼ਿਆਦਾ ਵਧੀਆ ਮੈਨੂੰ ਲੱਗਦਾ ਜਿਹੜੀ ਚੌਥੀ ਉਸ ਤੋਂ ਵੀ ਵਧੀਆ ਹੋਊਗੀ ਔਰ ਗਿੱਪੀ ਬਾਈ ਅਤੇ ਸਾਰੀ ਟੀਮ ਵਧਾਈ ਦੇ ਪਾਤਰ ਨੇ ਜੀ ਘੁੱਗੀ ਭਾਅ ਜੀ ਵਧਾਈ ਦੇ ਪਾਤਰ ਨੇ ਸਾਰੇ ਕਮਲਜੀਤ ਹੋਣੀ ਜੈਸਮੀਨ ਬੋਲੀ ਐਂਡ ਆ ਸਾਡਾ ਜੱਗੀ ਸਾਰੇ ਵਧਾਈ ਦੇ ਪਾਤਰ ਨੇ ਜੀ ਸਾਡੇ ਨਿਰਮਲ ਰਿਸ਼ੀ ਜੀ ਸਾਡੀਆਂ ਭੈਣਾਂ ਸਾਰੀਆਂ ਬਹੁਤ ਬਹੁਤ ਮਿਹਰਬਾਨੀ ਤੁਸੀਂ ਸਾਰੇ ਆਏ ਦੇਖਣ ਔਰ ਸਾਰਿਆਂ ਨੂੰ ਬੇਨਤੀ ਕਰਦਾ ਕਿ ਹਰ ਕੋਈ ਆਪਣੇ ਬੱਚਿਆਂ ਨੂੰ ਜ਼ਰੂਰ ਲੈ ਕੇ ਆਓ ਫਿਲਮ ਦੇਖਣ ਦੇ ਲਈ ਕਿਉਂਕਿ ਫਿਲਮ ਬਹੁਤ ਕੁਝ ਸਿਖਾਉਂਦੀ ਹੈ ਇਹ ਫਿਲਮ ਆਪਣੇ ਜਵਾਕਾਂ ਨੂੰ ਨਾਲ ਲੈ ਕੇ ਦੇਖਣਾ ਮੈਂ ਪਹਿਲਾਂ ਵਾਲੀਆਂ ਦੋ ਫਿਲਮਾਂ ਜਿਹੜੀਆਂ ਇਹਨਾਂ ਨੇ ਬਣਾਈਆਂ ਸਮੁੱਚੀ ਟੀਮ ਨੇ ਉਹ ਨਹੀਂ ਦੇਖੀਆਂ ਅਰਦਾਸ ਦੇ ਉੱਤੇ ਪਰ ਆਹ ਤੀਜੀ ਫਿਲਮ ਦੇਖੀ ਆ ਜਿਸ ਤਰ੍ਹਾਂ ਸਾਡੇ ਪਰਿਵਾਰਕ ਰਿਸ਼ਤੇ ਟੁੱਟਦੇ ਜਾ ਰਹੇ ਨੇ ਸਾਡਾ ਮੋਹ ਮੁਹੱਬਤ ਰਿਸ਼ਤਿਆਂ 'ਚੋਂ ਖਤਮ ਹੁੰਦਾ ਤੁਰਿਆ ਜਾ ਰਿਹਾ ਦਿਲ ਨੂੰ ਟੁੰਬ ਕੇ ਰੱਖ ਦਿੰਦੀ ਹੈ ਇਹ ਫਿਲਮ ਵੀ ਕਿਵੇਂ ਉਹਨਾਂ ਰਿਸ਼ਤਿਆਂ ਦੀ ਅਹਿਮੀਅਤ ਕੀ ਆ ਸਾਡੀ ਜ਼ਿੰਦਗੀ 'ਚ
ਉਹ ਦਿਖਾਇਆ ਗਿਆ। ਇਸ ਤੋਂ ਇਲਾਵਾ ਹੋਰ ਬਹੁਤ ਵਧੀਆ ਸੁਨੇਹੇ ਜਿਹੜੇ ਇਹਨਾਂ ਨੇ ਦਿੱਤੇ ਆ ਬਾ ਕਮਾਲ ਨੇ। ਸਮੁੱਚੀ ਟੀਮ ਗਿੱਪੀ ਗਰੇਵਾਲ ਜੀ, ਬਾਈ ਘੁੱਗੀ ਜੀ ਜਾਂ ਹੋਰ ਜਿੰਨੇ ਵੀ ਕਲਾਕਾਰ ਨੇ, ਸਾਰਿਆਂ ਨੇ ਬਹੁਤ ਵਧੀਆ ਕੰਮ ਕੀਤਾ। ਸੋ ਮੈਂ ਤਾਂ ਸਮੁੱਚੇ ਪੰਜਾਬੀਆਂ ਨੂੰ ਅਪੀਲ ਕਰਦਾ ਕਿ ਸਾਨੂੰ ਇਹੋ ਜਿਹੀਆਂ ਫਿਲਮਾਂ ਸੁਪਰ ਡੁਪਰ ਹਿੱਟ ਕਰਨੀਆਂ ਚਾਹੀਦੀਆਂ ਨੇ, ਤਾਂ ਕਿ ਜਿਹੜੇ ਇਹਨਾਂ ਫਿਲਮਾਂ ਦੇ ਪ੍ਰੋਡਿਊਸਰ ਨੇ, ਡਾਇਰੈਕਟਰ ਨੇ, ਕਲਾਕਾਰ ਨੇ, ਉਹ ਇਹੋ ਜਿਹੇ ਵਿਸ਼ਿਆਂ ਦੇ ਉੱਤੇ ਹੋਰ ਵੀ ਬਹੁਤ ਵਧੀਆ ਫਿਲਮਾਂ ਜਿਹੜੀਆਂ ਉਹ ਬਣਾਉਣ, ਤਾਂ ਕਿ ਚੰਗੇ ਵਿਸ਼ਿਆਂ ਦੇ ਉੱਤੇ ਜਦੋਂ ਫਿਲਮਾਂ ਬਣਨਗੀਆਂ ਸਮਾਜ ਦੇ ਵਿੱਚ ਬਹੁਤ ਵਧੀਆ ਸੁਨੇਹਾ ਜਿਹੜਾ ਉਹ ਜਾਂਦਾ। ਸੋ ਇਸ ਲਈ ਸਾਨੂੰ ਇਹ ਫਿਲਮ, ਮੈਂ ਕਹਿੰਦਾ ਕੋਈ ਬੰਦਾ ਪੰਜਾਬੀ ਮਿਸ ਨਾ ਕਰੇ, ਹਰ ਬੰਦੇ ਨੂੰ ਇਹ ਫਿਲਮ ਦੇਖਣੀ ਚਾਹੀਦੀ ਹੈ। ਅਤੇ ਮੈਂ ਇਸ ਤੋਂ ਇਲਾਵਾ ਸਾਰੇ ਕਲਾਕਾਰ ਭਰਾਵਾਂ ਨੂੰ ਅਤੇ ਹੋਰ ਜਿੰਨੇ ਡਾਇਰੈਕਟਰ ਪ੍ਰੋਡਿਊਸਰਾਂ ਨੂੰ ਕਹਿਣਾ ਚਾਹੁੰਦਾ ਕਿ ਇਸ ਤੋਂ ਇਲਾਵਾ ਸਾਡੇ ਕੋਲ ਸਾਡੀ ਵਿਰਾਸਤ ਦੇ ਵਿੱਚ, ਸਾਡੇ ਸੱਭਿਆਚਾਰ ਦੇ ਵਿੱਚ, ਸਾਡੇ ਇਤਿਹਾਸ ਦੇ ਵਿੱਚ ਬਹੁਤ ਕਮਾਲ ਦੇ ਕਿਰਦਾਰ ਪਏ ਨੇ। ਉਹਨਾਂ ਕਿਰਦਾਰਾਂ 'ਤੇ, ਉਹਨਾਂ ਸੂਰਮਿਆਂ 'ਤੇ, ਉਹਨਾਂ ਯੋਧਿਆਂ 'ਤੇ ਵੀ ਫਿਲਮਾਂ ਬਣਨੀਆਂ ਚਾਹੀਦੀਆਂ ਨੇ, ਤਾਂ ਕਿ ਸਾਡੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਨੇ ਉਹਨਾਂ ਨੂੰ ਪਤਾ ਲੱਗ ਸਕੇ ਕਿ ਸਾਡਾ ਇਤਿਹਾਸ ਕਿੰਨਾ ਕਮਾਲ ਦਾ ਔਰ ਕਿੰਨਾ ਲਾਭਸ਼ਾਲ ਹੈ। ਸੋ ਇਸ ਤੋਂ ਇਲਾਵਾ ਮੈਂ ਇਹੀ ਅਪੀਲ ਕਰਦਾ ਬਾਈ, ਇਹ ਫਿਲਮ ਦੇਖਣੀ ਤੁਸੀਂ ਨਾ ਭੁੱਲੋ ਜ਼ਰੂਰ। ਵੱਧ ਤੋਂ ਵੱਧ 13 ਤਰੀਕ ਨੂੰ ਇਹ ਫਿਲਮ ਸਿਨੇਮਾਘਰਾਂ 'ਚ ਲੱਗ ਰਹੀ ਆ। ਸੋ ਸਾਰੇ ਆਪਣੇ ਪਰਿਵਾਰਾਂ ਨੂੰ, ਆਪਣੇ ਜਵਾਕਾਂ ਨੂੰ ਮੈਂ ਫਿਰ ਅਪੀਲ ਕਰਦਾ, ਲਾਜ਼ਮੀ ਲੈ ਕੇ ਆਓ। ਜਿਹੜਾ ਪਿਓ ਪੁੱਤ ਦਾ ਰਿਸ਼ਤਾ, ਪਿਓ ਧੀ ਦਾ ਰਿਸ਼ਤਾ, ਉਹ ਸਾਰੇ ਰਿਸ਼ਤੇ ਇਹਨਾਂ ਨੇ ਬਿਲਕੁਲ ਬਹੁਤ ਵਧੀਆ ਤਰੀਕੇ ਨਾਲ ਦਿਖਾਏ ਨੇ। ਸੋ ਸਾਰੀ ਟੀਮ ਦਾ ਧੰਨਵਾਦ ਹੈ, ਬਹੁਤ ਧੰਨਵਾਦ ਜੀ ਸਾਰੇ ਮੀਡੀਆ ਦਾ। ਤੁਹਾਡਾ ਇਹ ਪਿਆਰ, ਤੁਹਾਡੀ ਇਹ ਜੋ ਸਾਡੇ ਲਈ ਇੱਕ ਇੰਨੀ ਖੂਬਸੂਰਤ ਘੜੀ ਸਾਨੂੰ ਬਖਸ਼ੀ ਹੈ, ਤੁਸੀਂ ਪਤਾ ਲੱਗ ਰਿਹਾ ਕਿ ਤੁਸੀਂ ਫਿਲਮ ਨੂੰ ਕਿੰਨਾ ਪਿਆਰ ਕੀਤਾ, ਕਿੰਨਾ ਪਿਆਰ ਦਿੱਤਾ। ਮੈਂ ਅੱਗੇ ਵੀ ਕਹਿੰਦਾ ਹੁੰਦਾ ਕਿ ਸਾਡੀ ਜੌਬ ਅੱਜ ਤੱਕ ਹੁੰਦੀ ਹੈ ਜਦ ਤੱਕ ਅਸੀਂ ਤੁਹਾਨੂੰ ਦਿਖਾ ਨਹੀਂ ਦਿੰਦੇ। ਸਾਡੀ ਉਦੋਂ ਤੱਕ ਹਾਲਤ ਸਟੂਡੈਂਟ ਵਾਲੀ ਹੁੰਦੀ ਹੈ ਕਿ ਅਸੀਂ ਆਪਣਾ ਇਮਤਿਹਾਨ ਅੰਦਰ ਦੇਤਾ। ਆਡੀਅੰਸ ਦਾ ਤਾਂ ਮੈਂ ਧੰਨਵਾਦ ਕਰਦਾ ਹੀ ਹਾਂ, ਜਿਨ੍ਹਾਂ ਨੇ ਜੋ ਜੋ ਸਾਨੂੰ ਕਿਹਾ ਉਹਦੇ ਨਾਲ ਸਾਡਾ ਕੱਦ ਹੋਰ ਦੂਣਾ ਹੋਇਆ। ਪਰ ਮੈਂ ਮੀਡੀਆ ਨੂੰ ਬੇਨਤੀ ਕਰਦਾ ਕਿ ਜੇ ਫਿਲਮ ਚੰਗੀ ਲੱਗੀ ਹੈ, ਮੈਂ ਨਾਲ ਜੇਲ ਆ ਰਿਹਾ, ਜੇ ਚੰਗੀ ਲੱਗੀ ਹੈ ਤਾਂ ਇਹਨੂੰ ਜ਼ਰੂਰ ਸਾਰਿਆਂ ਤੱਕ ਇਹ ਮੈਸੇਜ ਪਹੁੰਚਾਓ ਕਿ ਇਹ ਫਿਲਮ ਪਰਿਵਾਰਾਂ ਨੂੰ ਜੋੜਨ ਵਾਲੀ ਫਿਲਮ ਹੈ। ਇਹ ਟੁੱਟਦੀ ਬਿਖਰਦੀ ਜਾਂਦੀ ਦੁਨੀਆ ਨੂੰ ਫਿਰ ਇੱਕ ਗਲੋਬ 'ਚ ਬੰਦ ਕਰਨ ਵਾਲੀ ਫਿਲਮ ਹੈ। ਇੱਕ ਦੂਜੇ ਤੋਂ ਬੇਮੁੱਖ ਹੋ ਕੇ ਤੁਰੇ ਜਾਂਦੇ ਰਿਸ਼ਤਿਆਂ ਨੂੰ ਵਾਪਸ ਖਿੱਚ ਕੇ ਲਿਆਉਣ ਵਾਲੀ ਫਿਲਮ ਹੈ। ਇਹ ਸਾਨੂੰ ਆਪਣੇ ਪੈਰਾਂ ਤੋਂ ਥਿੜਕਦੇ ਜਾਂਦਿਆਂ ਨੂੰ ਸਟੇਬਲ ਕਰਨ ਵਾਲੀ ਫਿਲਮ ਹੈ। ਇਹ ਸਾਨੂੰ ਆਪਣੇ ਮਰਦੇ ਜਾਂਦੇ ਅਖਲਾਕ ਨੂੰ ਦੁਬਾਰਾ ਜਿਉਂਦੇ ਕਰਨ ਵਾਲੀ ਫਿਲਮ ਹੈ। ਅਸੀਂ ਆਪਣਾ ਤਨ, ਮਨ ਅਤੇ ਧਨ ਵੀ ਲਾਇਆ ਫਿਲਮ ਦੇ ਵਿੱਚ। ਹੁਣ ਇਸ ਤੋਂ ਬਾਅਦ ਤੁਸੀਂ ਆਪਣਾ ਆਸ਼ੀਰਵਾਦ ਪਿਆਰ ਦੇਣਾ। ਔਰ ਇੱਕ ਵਾਰੀ ਮੈਂ ਚਾਹਾਂਗਾ ਕਿ ਗਿੱਪੀ ਗਰੇਵਾਲ, ਹਾਲਾਂਕਿ ਮੀਡੀਆ ਨੂੰ ਸੰਬੋਧਨ ਕਰ ਰਹੇ, ਕੋਈ ਪਰਸਨਲ ਈਵੈਂਟ ਨਹੀਂ, ਪਰ ਮੇਰੀ ਸਾਡੀ ਪੂਰੀ ਟੀਮ ਹੈ ਸਾਰੀ, ਗਿੱਪੀ ਲਈ ਇੱਕ ਵਾਰੀ ਅਸੀਂ ਤਾਲੀਆਂ ਸਾਰੇ ਜ਼ਰੂਰ ਮਾਰੀਏ, ਕਿਉਂਕਿ ਕਮਰਸ਼ੀਅਲ ਯੁੱਗ ਦੇ ਵਿੱਚ ਜਦੋਂ ਸਿਰਫ ਨੰਬਰਾਂ ਦੀ ਗੇਮ ਹੈ ਕਿ ਕਿਹੜੀ ਫਿਲਮ 100 ਕਰ ਗਈ, ਕਿਹੜੀ 200 ਕਰ ਗਈ, ਕਿਹੜੀ 400, ਕਿਹਨੇ 1000 ਕਰੋੜ ਕੀਤਾ, ਉਹਦੇ ਵਿੱਚ ਇਹੋ ਜਿਹਾ ਕੰਟੈਂਟ ਲੈ ਕੇ ਆਉਣਾ ਜਿਹੜਾ ਪਰਿਵਾਰਾਂ ਨੂੰ ਦੁਬਾਰਾ ਜਿਉਂਦਿਆਂ ਕਰ ਸਕੇ, ਜਿਹੜੇ ਫੈਮਲੀਜ਼ ਨੂੰ ਆਪਣੀਆਂ ਵੈਲਿਊਜ਼ ਸਮਝਾ ਸਕੇ ਕਿ ਪਿਓ ਪੁੱਤ ਦੇ ਰਿਸ਼ਤੇ ਦੀ, ਪਿਓ ਧੀ ਦੇ, ਮਾਂ ਧੀ ਦੇ ਰਿਸ਼ਤੇ ਦੀ, ਗਲੀ ਗੁਆਂਢ ਦੀ,
ਯਾਰੀ ਦੋਸਤੀ ਜੀ ਆਪਣੀ ਸਰ ਜ਼ਮੀਨ ਨਾਲ ਤੁਹਾਡੇ ਰਿਸ਼ਤੇ ਦੀ ਕੀ ਅਹਿਮੀਅਤ ਹੈ। ਇਹੋ ਜਿਹਾ ਕੰਟੈਂਟ ਬਣਾਉਣਾ ਆਪਣੇ ਆਪ 'ਚ ਬਹੁਤ ਵੱਡਾ ਕੰਮ ਹੈ। ਕਲਾਕਾਰ ਸਾਰੀ ਉਮਰ ਆਡੀਅੰਸ ਦਾ ਦੇਣਾ ਤਾਂ ਦੇ ਹੀ ਨਹੀਂ ਸਕਦਾ, ਪਰ ਉਸ ਕੁਦਰਤ ਦਾ ਵੀ ਅਸੀਂ ਦੇਣਾ ਨਹੀਂ ਦੇ ਸਕਦੇ ਕਿ ਉਹਨੇ ਸਾਡੇ ਤੋਂ ਇੱਦਾਂ ਦੇ ਕਿਰਦਾਰ ਵੀ ਕਰਾਏ। ਇਹਦੇ ਨਾਲ ਸਮਾਜ ਨੂੰ ਅਸੀਂ 1% 2% ਵੀ ਕੰਟਰੀਬਿਊਟ ਕਰ ਪਾਏ ਤਾਂ ਸਮਝਾਂਗੇ ਕਿ ਸਾਡਾ ਇਸ ਧਰਤੀ 'ਤੇ ਆਉਣਾ ਸਫਲ ਹੋ ਗਿਆ ਜੀ। ਮੈਨੂੰ ਜਦੋਂ ਬਾਈ ਜੀ ਨੇ ਆਵਾਜ਼ ਮਾਰੀ ਸੀ ਨਾ ਵੀ ਕਿੱਥੇ ਆ ਜਾ, ਵੀ ਇੱਕ ਕਰੈਕਟਰ ਹੈ ਪੇਪਰ ਪਾਉਣ ਲੱਗੇ ਹਾਂ ਤੈਨੂੰ, ਅਤੇ ਮੈਨੂੰ ਜਦੋਂ ਸੁਣਾਇਆ ਮੈਂ ਕਿਹਾ ਬਾਈ ਪੇਪਰ ਔਖਾ ਜੀ, ਕਹਿੰਦੇ ਕਰ ਲੇਗਾ। ਬਸ ਉਹ ਪਤਾ ਹੀ ਨਹੀਂ ਕਿਵੇਂ ਹੋ ਗਿਆ ਕਿ ਵਾਹਿਗੁਰੂ ਦੀ ਮਿਹਰ, ਇੱਧਰੋਂ ਸਾਰਿਆਂ ਦੀ ਇਮਾਨਦਾਰੀ, ਘੁੱਗੀ ਭਾਅ ਜੀ ਸੀਗੇ, ਬਾਈ ਸੀਗੇ, ਸਾਰੇ ਜਣੇ, ਸੋਈ ਸਾਹਿਬ, ਮਲਕੀਤ ਰਾਣੀ ਬਾਈ, ਜੈਸਮੀਨ, ਜੱਗੀ ਭਾਨਾ ਬਾਈ, ਸਾਰੇ ਅਸੀਂ ਉੱਥੇ ਇੱਕ ਮਾਹੌਲ ਐਸਾ ਬਣਿਆ ਹੋਇਆ ਸੀ ਵੀ ਉਹ ਆਪੇ ਹੀ ਹੋਈ ਜਾਂਦਾ ਸੀ। ਔਰ ਉਹ ਕਰੈਕਟਰ ਜਿਹੜਾ ਸੀਗਾ ਉਹ ਵਾਕਈ ਤੁਹਾਨੂੰ ਲੱਗਿਆ ਵੀ ਮੈਂ ਪਹਿਲਾਂ ਝੂਠ ਬੋਲਦਾ ਸੀਗਾ ਵੀ ਭਾਈ ਇਹੋ ਜਿਹਾ ਦੁਬਾਰਾ ਨਹੀਂ ਹੋਣਾ ਮੇਰੇ ਤੋਂ ਅਤੇ ਇਹੋ ਜਿਹਾ ਦੁਬਾਰਾ ਕਦੇ ਨਹੀਂ ਹੋਣਾ। ਹੁਣ ਤੁਸੀਂ ਕਹੋਗੇ ਵੀ ਕਹਿ ਵੀਰੇ ਪੰਮਾ ਬੋਲਦਾ, ਨਹੀਂ ਨਾ ਹੁਣ ਤਾਂ ਸਾਧੂ ਬੋਲੂ। ਪਾਲਸ਼ਾਲੀ ਡੱਬੀ ਤਾਂ ਇੱਧਰ ਦਫ਼ਤਰ 'ਚ ਪਈ ਹੈ ਵੀ ਉਹ ਜਾਂਦਾ ਹੀ ਪਿਆ, ਬੁਰਸ਼ ਵਜਾ ਓਕੇ ਰਿਪੋਰਟ ਹੋ ਜਾਂਦੀ ਹੈ। ਬਰੱਸ਼ੋ ਨਹੀਂ ਮਾਰਦੇ ਹੁੰਦੇ ਸੀ, ਜਦੋਂ ਗੱਡੀ ਦਾ ਸ਼ੋ ਚਮਕਾਉਣੀ ਹੁੰਦੀ ਨਾ ਤੇ ਬਰੱਸ਼ੋ ਮਾਰਦੇ ਸੀ, ਬਰੱਸ਼ੋ ਵੱਜਦੀ ਆ। ਪਹਿਲੀ ਅਰਦਾਸ ਤੋਂ ਇਸ ਅਰਦਾਸ ਤੱਕ ਗਿੱਪੀ ਗਰੇਵਾਲ ਸਾਹਿਬ ਦੇ ਫਾਦਰ ਦਾ ਰੋਲ ਕਰਦਾ ਰਿਹਾ ਇਹਦੇ ਵਿੱਚ, ਬਹੁਤ ਅੱਛੇ ਬੋਲੀ ਫਾਦਰ ਦਾ ਰੋਲ ਨਹੀਂ ਕੀਤਾ ਤੇ ਇਹ ਫਿਲਮ 'ਚ ਜਿਹੜਾ ਕੈਰੈਕਟਰ ਮੈਨੂੰ ਦਿੱਤਾ ਗਿਆ ਬਹੁਤ ਚੈਲੰਜਿੰਗ, ਇਹੋ ਜਿਹੇ ਕਰੈਕਟਰ ਕਰਨੇ ਮੈਂ ਬਹੁਤ ਕਿਸਮਤ ਵਾਲਾ ਕਿ ਪਹਿਲਾਂ ਤਾਂ ਇਸ ਫਿਲਮ ਦਾ ਮੈਂ ਇੱਕ ਹਿੱਸਾ ਬਣਿਆ, ਫਿਰ ਜਿਹੜਾ ਮੈਨੂੰ ਕਿਰਦਾਰ ਦਿੱਤਾ ਗਿਆ ਉਹ ਬਹੁਤ ਪੋਜ਼ਿਟਿਵ ਕੈਰੈਕਟਰ, ਇੱਕੋ ਹੀ ਕੈਰੈਕਟਰ ਸੀ ਜਿਹੜਾ ਐਂਡ ਤੱਕ ਹੱਸਦਾ ਹੀ ਰਹਿੰਦਾ, ਮੁੰਡੇ ਨਾਲ ਫੋਨ 'ਤੇ ਗੱਲ ਹੁੰਦੀ ਹੈ ਤਾਂ ਵੀ ਬਹੁਤ ਜਿਉਂਦਾ ਜਾਗਦਾ ਕੈਰੈਕਟਰ, ਪੰਜਾਬੀ ਸੁਭਾਅ ਵਾਲਾ, ਘਰੋਂ ਘਰਵਾਲੀ ਨਾਲ ਜੋ ਸੀਨ ਜੋ ਲਿਖੇ ਗਏ ਉਹ ਨਿਭਾਉਣੇ ਬਹੁਤ ਔਖੇ ਸੀ, ਜਿਹੜੀ ਪਿੱਛੋਂ ਥੋੜ੍ਹਾ ਥੋੜ੍ਹਾ ਹਰ ਵੇਲੇ ਕੰਨ 'ਚ ਪੈਂਦਾ ਰਹਿੰਦਾ ਸੀਗੇ ਸੋਈ ਸਾਹਿਬ ਆਹ ਆਹ ਚਾਹੀਦਾ, ਆਹ ਚਾਹੀਦਾ, ਆਹ ਚਾਹੀਦਾ, ਨਿਭਾ ਸਕੇ ਵਾਹਿਗੁਰੂ ਦੀ ਕਿਰਪਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੇ ਸਤਿਕਾਰਯੋਗ ਗਿੱਪੀ ਗਰੇਵਾਲ ਸਾਹਿਬ ਹੋਣਾ ਨੇ ਅਰਦਾਸ 3 ਜਿਹੜੀ ਫਿਲਮ ਆ ਉਹ ਰਿਲੀਜ਼ ਕੀਤੀ ਆ, ਸਾਰੇ ਮਹਾਂਪੁਰਸ਼ਾਂ ਨੇ, ਸਾਰੇ ਸਤਿਪੁਰਸ਼ਾਂ ਨੇ, ਸਾਰੇ ਸੂਝਵਾਨ ਸਰੋਤਿਆਂ ਨੇ ਔਰ ਪੰਥ ਦੀਆਂ ਮਾਇਆਨਾਜ ਹਸਤੀਆਂ ਸ਼ਖਸੀਅਤਾਂ ਨੇ ਆ ਕੇ ਇਸ ਫਿਲਮ ਨੂੰ ਦੇਖਿਆ। ਸੋ ਜਦੋਂ ਆਪਾਂ ਫਿਲਮ ਦੇਖ ਰਹੇ ਸੀ ਜਿੱਥੇ ਬ੍ਰੇਕ ਆਈ ਆ, ਬ੍ਰੇਕ ਤੋਂ ਬਾਅਦ ਰੋਣਾ ਸ਼ੁਰੂ ਹੋ ਜਾਂਦਾ ਅਤੇ ਅਖੀਰਲੇ ਦਮ ਤੱਕ, ਮਤਲਬ ਤੁਸੀਂ, ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀਆਂ ਕਰਦਾ ਔਰ ਸਾਰੇ ਦੇਸ਼ਾਂ ਵਿਦੇਸ਼ਾਂ ਦੇ ਸਿੱਖਾਂ ਦੇ ਚਰਨਾਂ 'ਚ ਬੇਨਤੀ ਕਰਦਾ ਵੀ ਤੁਸੀਂ ਜੇ ਇਸ ਫਿਲਮ ਨੂੰ ਆਪਣੇ ਬੱਚਿਆਂ ਤੱਕ, ਆਪਣੀਆਂ ਫੈਮਿਲੀਆਂ ਤੱਕ, ਆਪਣੇ ਪਰਿਵਾਰਾਂ ਤੱਕ ਨਾ ਪਹੁੰਚਾ ਸਕੇ ਤਾਂ ਸਾਡੀ ਇਹ ਬਹੁਤ ਵੱਡੀ ਮੂਰਖਤਾ ਹੀ ਹੋਊਗੀ। ਸੋ ਗਰੇਵਾਲ ਸਾਹਿਬ ਹੋਣਾ ਨੇ ਬੜਾ ਵੱਡਾ ਉਪਰਾਲਾ ਕੀਤਾ ਜਦੋਂ ਨਾ ਫਿਲਮ ਸ਼ੁਰੂ ਹੁੰਦੀ ਆ, ਜਦੋਂ ਉਹ ਪ੍ਰਿੰਸ ਭਾਅ ਜੀ ਆਪਣੀ ਬੱਚੀ ਨੂੰ ਜ਼ਹਿਰ ਦਿੰਦੇ ਆ ਔਰ ਗੁਰਪ੍ਰੀਤ ਘੁੱਗੀ ਭਾਅ ਜੀ ਜਦੋਂ ਉਹ ਆਪਣੀ ਮਾਤਾ ਰੋਕਦੀ ਆ ਅਤੇ ਉਹ ਜਾਂਦੇ ਆ ਅਤੇ ਉਦੋਂ ਬਾਅਦ ਜਿਹੜੀ ਉਹਨਾਂ ਦੀ ਫਰੈਂਡ ਹੁੰਦੀ ਆ ਉਹ ਵੀ ਚੜ੍ਹਾਈ ਕਰ ਜਾਂਦੀ ਆ ਅਤੇ ਫਿਰ ਹੋਸਪਿਟਲ 'ਚ ਉੱਠ ਕੇ ਆਉਂਦੇ ਆ ਅਤੇ ਜਦੋਂ ਉਹਨਾਂ ਨੂੰ ਪਤਾ ਲੱਗਦਾ ਵੀ ਮਾਂ ਬਾਪ ਵੀ ਨਹੀਂ ਰਹੇ
ਤਾਂ ਉੱਥੇ ਤਾਂ ਤੁਸੀਂ ਇਹ ਦੇਖ ਲਓ ਵੀ ਸਾਹ ਹੀ ਰੁਕ ਗਏ ਨਾ ਸਾਰੀ ਸੰਗਤ ਦੇ, ਜਿੰਨੇ ਸਰੋਤੇ ਬੈਠੇ ਸੀ, ਜਦੋਂ ਇਹ ਪਤਾ ਲੱਗਿਆ ਵੀ ਮਾਂ ਬਾਪ ਨਹੀਂ ਰਹੇ ਘੁੱਗੀ ਭਾਅ ਜੀ ਦੇ, ਉੱਥੇ ਗੁਰਮੁਖ ਸਿੰਘ ਸੀ ਨਾ ਉਹਨਾਂ ਦਾ, ਅਤੇ ਉਦੋਂ ਸਾਹ ਰੁਕ ਕੇ ਸਾਰਿਆਂ ਨੇ ਇਹ ਜਿਹੜੀ ਫਿਲਮ, ਮਤਲਬ ਅੱਖਾਂ 'ਚ ਹੰਝੂ ਅਤੇ ਗਰੇਵਾਲ ਸਾਹਿਬ ਹੋਣਾ ਨੇ ਫਿਲਮ ਨਹੀਂ ਉਲੀਕੀ, ਜਿਹੜੀਆਂ ਇਹ ਫਿਲਮਾਂ ਨੇ, ਮੈਂ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਕਰਦਾ, ਜਿਨ੍ਹਾਂ ਨੇ ਹਜ਼ੂਰ ਸਾਹਿਬ ਦੇ ਦਰਸ਼ਨ ਨਹੀਂ ਕੀਤੇ ਅਜੇ ਤੱਕ, ਉਸ ਫਿਲਮ ਵਿੱਚ ਹਜ਼ੂਰ ਸਾਹਿਬ ਦੇ ਦਰਸ਼ਨ ਹੋਣਗੇ। ਔਰ ਗਿੱਪੀ ਗਰੇਵਾਲ ਸਾਹਿਬ ਹੋਣਾ ਨੇ ਫਿਲਮ ਨਹੀਂ ਬਣਾਈ, ਇਹ ਸਾਹਿਬ ਕਲਗੀਧਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਹੀ ਸੱਦੇ ਭੇਜੇ ਨੇ ਇਹਨਾਂ ਨੂੰ ਉੱਥੋਂ। ਸੋ ਇਸ ਕਰਕੇ ਸਾਰੀ ਟੀਮ ਘੁੱਗੀ ਭਾਅ ਜੀ ਦਾ ਤਾਂ ਆਪਾਂ ਕਹਿ ਹੀ ਨਹੀਂ ਸਕਦੇ, ਮਤਲਬ ਮੇਰੇ ਕੋਲ ਕੋਈ ਅਲਫਾਜ਼ ਨਹੀਂ, ਮਤਲਬ ਮੈਂ ਆਪਣੇ ਦੀਵਾਨਾਂ 'ਚ ਪਹਿਲਾਂ ਵੀ ਕਹਿੰਦਾ ਆਇਆ, ਦੀਵਾਨਾਂ 'ਚ ਜਦੋਂ ਮੈਂ ਬੋਲਦਾ ਸੀਗਾ ਤਾਂ ਮੈਨੂੰ ਇਹ ਲੱਗਦਾ ਸੀ ਵੀ ਪਤਾ ਨਹੀਂ ਇਹ ਸੰਗਤ ਦੀਆਂ ਉਮੀਦਾਂ 'ਤੇ ਖਰੀ ਉਤਰੂਗੀ ਵੀ ਕਿ ਨਹੀਂ ਉਤਰੂ, ਕੋਈ ਵਿੱਚ ਇੱਦਾਂ ਦਾ ਸੀਨ ਨਾ ਹੋਵੇ। ਪਰ ਸਾਡੇ ਮਿੰਟੂ ਭਾਅ ਜੀ ਔਰ ਗਿਆਨੀ ਗੁਰਪ੍ਰੀਤ ਸਿੰਘ ਜੀ, ਲਾਂਡਰਾਂ ਵਾਲੇ ਬਾਬਾ ਪਰਵਾਨਾ ਜੀ, ਸਰਦਾਰ ਜਰਨੈਲ ਸਿੰਘ ਜੀ, ਜਿਹੜੇ ਇਸ ਇੰਡਸਟਰੀ ਦੇ ਬਹੁਤ ਸੂਝਵਾਨ ਸਰੋਤੇ ਨੇ, ਕੋਈ ਵੀ ਐਸੀ ਅੱਖ ਨਹੀਂ ਸੀ ਜਿਹੜੀ ਨਾ ਨਾਮ ਹੋਈ ਹੋਵੇ। ਸੋ ਮੈਂ ਸਾਰੇ ਪ੍ਰਚਾਰਕਾਂ ਨੂੰ, ਸਾਰੇ ਮਹਾਂਪੁਰਸ਼ਾਂ ਨੂੰ ਬੇਨਤੀ ਕਰਦਾ, ਐਸੀਆਂ ਫਿਲਮਾਂ ਸਾਲ 'ਚ ਇੱਕ ਵਾਰੀ ਨਹੀਂ, ਇਹ ਹਰ ਮਹੀਨੇ ਇੱਕ ਫਿਲਮ ਆਉਣੀ ਚਾਹੀਦੀ ਆ, ਤਾਂ ਜੋ ਸਾਨੂੰ ਆਪਣੇ ਫਰਜ਼ ਔਰ ਸਾਨੂੰ ਆਪਣੇ ਜਿਹੜੇ ਬਣਦੇ ਹੱਕ ਨੇ, ਆਪਣੇ ਮਾਤਾ ਪਿਤਾ ਦਾ ਬਣਦਾ ਸਤਿਕਾਰ ਜਿਹੜਾ, ਉਹ ਸਾਨੂੰ ਯਾਦ ਕਰਾਇਆ ਜਾਵੇ। ਅਤੇ ਬਾਬਾ ਜੀ ਜਕਾਰਾ ਕਹਿੰਦੇ ਛੱਡਣਾ ਖੁਸ਼ੀ ਬਹੁਤ ਆ, ਹਾਂ ਛੱਡੋ ਬੋਲੇ ਸੋਨੇਹਾ। ਸਮੁੱਚੇ ਮੀਡੀਏ ਜ਼ਰੀਏ ਜਿੱਥੋਂ ਤੱਕ ਆਵਾਜ਼ ਪਹੁੰਚਦੀ ਆ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੇਰੇ ਤੋਂ ਪਹਿਲਾਂ ਸਤਿਕਾਰਯੋਗ ਬਾਬਾ ਗੁਲਾਬ ਸਿੰਘ ਜੀ, ਜੋ ਬੜੇ ਡੂੰਘੇ ਵਿਚਾਰ ਦੇ ਕੇ ਗਏ ਆ, ਅਤੇ ਜਦੋਂ ਅਰਦਾਸ, ਜਦੋਂ ਫਿਲਮ ਦੇ ਵਿੱਚ ਅਰਦਾਸ ਬਾਬਾ ਜੀ ਹੋਰਾਂ ਕੀਤੀ ਆ, ਬਹੁਤ ਭਿੱਜ ਕੇ ਅਰਦਾਸ ਕੀਤੀ ਆ, ਅਤੇ ਜਿਹੜੀ ਇਹ ਮੂਵੀ ਬਣੀ ਆ, ਜਿਵੇਂ ਉਹ ਬੋਲਨੇ ਕਿ ਚਿੜੀ ਕੂਕ ਦੀ ਅੰਮ੍ਰਿਤ ਵੇਲੇ ਆਪ ਉਠਾਉਣਾ ਏ, ਸਤਿਨਾਮ ਸ਼੍ਰੀ ਵਾਹਿਗੁਰੂ ਜੀ ਦਾ ਪਾਠ ਪੜਾਉਣਾ ਏ, ਕਦਮ ਪੁੱਟਾਂ ਤਾਂ ਆਏ ਆਵਾਜ਼ਾਂ, ਸੱਚ ਵੱਲ ਪੈਰ ਧਰੀ, ਅਰਦਾਸ ਕਰਾਂ ਗੁਰਪੂਰੇ ਅੱਗੇ ਸਭ ਦਾ ਭਲਾ ਕਰੀ। ਜਦੋਂ ਇਸ ਮੂਵੀ ਦੇ ਵਿੱਚ ਗ੍ਰੰਥੀ ਸਿੰਘ ਸਾਹਿਬਾਨ ਨੇ ਪੁੱਛਿਆ ਕਿ ਭਾਈ ਸਾਹਿਬ ਜੀ ਅਰਦਾਸ ਕਿਹਦੀ ਕਰਵਾਉਣੀ ਆ, ਆਪਾਂ ਰੋਜ਼ ਗੁਰੂ ਘਰਾਂ 'ਚ ਜਾਂਦੇ ਹਾਂ, ਆਪਣੇ ਪਰਿਵਾਰਾਂ ਲਈ ਅਰਦਾਸਾਂ ਕਰਵਾਉਂਦੇ ਹਾਂ, ਸਾਨੂੰ ਆਹ ਚਾਹੀਦਾ ਉਹ ਚਾਹੀਦਾ, ਪਰ ਅਸਲ 'ਚ ਅਰਦਾਸ ਦੇ ਚਾਰ ਅੱਖਰ ਨੇ ਐੜਾ ਰਾਰਾ ਦੱਦਾ ਅਤੇ ਸੱਸਾ। ਗੁਰਪ੍ਰੀਤ ਘੁੱਗੀ ਜੀ ਬਹੁਤ ਵਿਦਵਾਨ ਨੇ, ਅਤੇ ਕਲਗੀਧਰ ਦਸ਼ਮੇਸ਼ ਪਿਤਾ ਨੇ ਬੇਅੰਤ ਕਿਰਪਾ ਕਰਕੇ, ਨਦਰ ਕਰਕੇ, ਕਿਉਂਕਿ ਉਹਨਾਂ ਦੀ ਨਜ਼ਰ ਤੋਂ ਬਿਨਾਂ ਕੋਈ ਵੀ ਕਾਰਜ ਸਿਰੇ ਨਹੀਂ ਚੜ੍ਹ ਸਕਦਾ, ਜਿਨ ਕੋ ਨਦਰ ਕਰਮ ਤਿਨਕਾਰ ਨਾਨਕ ਨਦਰੀ ਨਦਰ ਨਿਹਾਲ। ਮਹਾਰਾਜ ਨੇ ਨਦਰ ਕੀਤੀ ਬਾਈ ਗਿੱਪੀ ਗਰੇਵਾਲ 'ਤੇ, ਇੰਨੀ ਇਮੋਸ਼ਨਲ ਅਤੇ ਹਾਰਟ ਟੱਚਿੰਗ ਮੂਵੀ ਬਣਾਈ ਵੀ ਇੱਦਾਂ ਦੇ ਸੀਨ ਜਦੋਂ ਆਏ ਜੋ ਸਮਾਜਿਕ ਰਿਸ਼ਤਿਆਂ ਦੇ ਵਿੱਚ ਅੱਜ ਦਰਾੜਾਂ ਪੈ ਰਹੀਆਂ, ਜੋ ਗਿਰਾਵਟਾਂ ਆ ਰਹੀਆਂ, ਉਹਨਾਂ ਰਿਸ਼ਤਿਆਂ ਨੂੰ ਇਹ ਜੋੜਨ ਦਾ ਕੰਮ ਕਰੂਗੀ। ਗ੍ਰੰਥੀ ਸਿੰਘ ਜੀ ਪੁੱਛਦੇ ਆ ਕਾਹਦੀ ਅਰਦਾਸ ਕਰਵਾਉਣੀ ਆ, ਅਤੇ ਬਾਈ ਗੁਰਪ੍ਰੀਤ ਘੁੱਗੀ ਜੀ ਉੱਥੇ ਬੋਲਦੇ ਆ ਅਰਦਾਸ ਸਰਬੱਤ ਦੇ ਭਲੇ ਦੀ। ਇਹ ਬਹੁਤ ਵੱਡਾ ਸੰਦੇਸ਼, ਜੋ ਗੁਰੂ ਨਾਨਕ ਦੇ ਦਰ ਦਾ ਸੰਦੇਸ਼ ਆ, ਜੋ ਇਸ ਮੂਵੀ ਦੇ ਵਿੱਚ ਦਿੱਤਾ ਗਿਆ, ਕਿਉਂਕਿ ਆਪਾਂ ਰੋਜ਼ ਅਰਦਾਸ ਕਰਦੇ ਹਾਂ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ ਮੰਗਣ ਵਾਲੀ ਕੌਮ ਆ। ਅਤੇ ਜਦੋਂ ਇਹ ਅਰਦਾਸ ਬਾਬਾ ਗੁਲਾਬ ਸਿੰਘ ਹੋਰਾਂ ਮੂਵੀ ਦੇ ਵਿੱਚ ਕੀਤੀ, ਬਹੁਤ ਇਮੋਸ਼ਨਲ ਹੋਏ, ਅਤੇ ਜਦੋਂ ਉਹ ਦੋ ਤਿੰਨ ਸੀਨ ਇੱਦਾਂ ਦੇ ਜਦੋਂ ਉਹ ਕਹਿੰਦੇ ਆ ਵੀ ਅਸੀਂ ਬੱਚੇ ਦੀ ਦਾਤ ਲੈਣ ਵਾਸਤੇ ਆਏ ਸੀ, ਪਰ ਮਹਾਰਾਜ ਕਿਰਪਾ ਕਰੀ ਬੱਚਾ ਚਾਹੇ ਕੁੜੀ ਹੋਵੇ ਅਤੇ ਚਾਹੇ ਮੁੰਡਾ ਹੋਵੇ, ਬਸ ਸੁੱਖਾਂ ਉਹ ਚੜ੍ਹਦੀ ਕਲਾ 'ਚ ਹੋਵੇ ਅਤੇ ਤੰਦਰੁਸਤ ਹੋਵੇ। ਅਤੇ ਦੂਜੀ ਗੱਲ, ਜਦੋਂ ਭੈਣ ਨੇ ਕਹੀ ਵੀ ਸਾਡੇ ਘਰ ਬੱਚਾ ਨਹੀਂ ਪੈਦਾ ਹੋ ਸਕਦਾ, ਅਤੇ ਬਾਈ ਗਿੱਪੀ ਗਰੇਵਾਲ ਨੇ ਉੱਥੇ ਡਾਇਲੋਗ ਬੋਲਿਆ ਵੀ ਉਹ ਵੀ ਅਨਾਥ ਬੱਚੇ ਨੇ ਜਿਨ੍ਹਾਂ ਨੂੰ ਪਾਲਣ ਵਾਲਾ ਵੀ ਕੋਈ ਚਾਹੀਦਾ, ਅਤੇ ਉੱਥੇ ਅੱਖਾਂ ਨਮ ਹੋ ਗਈਆਂ। ਅਤੇ ਮੈਂ ਸਾਰਿਆਂ ਨੂੰ ਇਹੋ ਬੇਨਤੀ ਕਰਦਾ ਕਿ ਪਰਿਵਾਰਾਂ ਸਮੇਤ ਇਸ ਮੂਵੀ ਨੂੰ ਜ਼ਰੂਰ ਦੇਖਣ ਆਇਓ,
ਅਤੇ ਮੈਨੂੰ ਉਮੀਦ ਆ ਮਹਾਰਾਜ ਦੇ ਚਰਨਾਂ 'ਚ ਅਰਦਾਸ ਬੇਨਤੀ ਵੀ ਕਰਦਾ ਕਿ ਇਹ ਮੂਵੀ ਇੱਕ ਨਵਾਂ ਮੀਲ ਪੱਥਰ ਕੱਢ ਕੇ ਜਾਊਗੀ। ਬਹੁਤ ਚੜ੍ਹਦੀ ਕਲਾ ਵਾਲੀਆਂ ਸਾਰੀਆਂ ਸ਼ਖਸੀਅਤਾਂ ਪਹੁੰਚੀਆਂ ਨੇ ਬਾਈ ਗੁਰਪ੍ਰੀਤ ਸਿੰਘ ਜੀ, ਮਿੰਟੂ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ, ਕਿਉਂਕਿ ਜੇ ਅੱਜ ਭਗਤ ਪੂਰਨ ਸਿੰਘ ਨੂੰ ਵੇਖਣਾ ਤਾਂ ਬਾਈ ਗੁਰਪ੍ਰੀਤ ਸਿੰਘ ਹੋਰਾਂ ਵਿੱਚੋਂ ਵੇਖਿਆ ਜਾ ਸਕਦਾ। ਐਸੀਆਂ ਸ਼ਖਸੀਅਤਾਂ ਇਸ ਮੂਵੀ ਦੇ ਵਿੱਚ ਪਹੁੰਚੀਆਂ ਅਤੇ ਜਿੰਨੇ ਵੀ ਕਰੈਕਟਰ ਨੇ ਸਾਰਿਆਂ ਨੇ ਬਹੁਤ ਬਖੂਬੀ ਢੰਗ ਦੇ ਨਾਲ ਰੋਲ ਨਿਭਾਇਆ ਔਰ ਸਾਰੀ ਸੰਗਤ ਨੂੰ ਇਹ ਜਾਣ ਕੇ ਖੁਸ਼ੀ ਹੋਊਗੀ ਜਿੱਥੇ ਇੰਨੀਆਂ ਸ਼ਖਸੀਅਤਾਂ ਇਸ ਫਿਲਮ ਦਾ ਹਿੱਸਾ ਨੇ, ਉੱਥੇ ਸਾਡੇ ਪੰਥ ਦੇ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ ਉਹ ਵੀ ਇਸ ਫਿਲਮ ਦਾ ਹਿੱਸਾ ਨੇ। ਇਹਦਾ ਜਿਹੜਾ ਨਾਮ ਅਗਰੇਵਾਲ ਸਾਹਿਬ ਉਹ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਰੱਖਿਆ ਇਸ ਫਿਲਮ ਦਾ। ਸੋ ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਮਿਹਰ ਕਰਨ, ਜਦੋਂ ਐਡੀਆਂ ਐਡੀਆਂ ਸ਼ਖਸੀਅਤਾਂ ਤੁਹਾਡੇ ਨਾਲ ਨੇ ਤੁਹਾਨੂੰ ਪਿਆਰ ਦੇ ਰਹੀਆਂ ਨੇ ਅਤੇ ਤੁਸੀਂ ਦੇਖੋ ਵੀ ਇਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ, ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਹੋਰ ਵੀ ਵੱਲ ਉੱਦਮ ਬਖਸ਼ਣ ਅਤੇ ਹਮੇਸ਼ਾ ਚੜ੍ਹਦੀ ਕਲਾ ਹੀ ਹੋਣੀ ਆ। ਇੱਦਾਂ ਦੀਆਂ ਫਿਲਮਾਂ ਸਾਡੀ ਝੋਲੀ ਪਾਉਂਦੇ ਰਹੋ ਅਤੇ ਬਹੁਤ ਬਹੁਤ ਸਾਰੇ ਮੀਡੀਆ ਦਾ ਔਰ ਮੀਡੀਆ ਵਾਲੇ ਵੀਰਾਂ ਨੂੰ ਮੈਂ ਖਾਸ ਕਰਕੇ ਬੇਨਤੀ ਕਰਦਾ, ਤੁਸੀਂ ਬਹੁਤ ਵੱਡੀ ਗਿਣਤੀ 'ਚ ਪਹੁੰਚੇ ਹੋ, ਆਏ ਹੋ, ਤੁਹਾਡਾ ਬਹੁਤ ਬਹੁਤ ਧੰਨਵਾਦ। ਜਿੱਥੇ ਇਹਨਾਂ ਨੇ ਆਪਣੀ ਮਿਹਨਤ ਨਿਭਾਈ ਆ, ਇੱਕ ਫਿਲਮ 'ਤੇ ਇੱਕ 3 ਮਿੰਟ ਦਾ ਜਿਹੜਾ ਗੀਤ ਆ ਉਹਨੂੰ ਬਣਾਉਣ ਵਾਸਤੇ ਬਹੁਤ ਮਿਹਨਤ ਲੱਗਦੀ ਆ, ਅਤੇ ਮੈਂ ਮੇਰੇ ਨਾਲ ਭਾਈ ਸਾਹਿਬ ਬੈਠੇ ਸੀ, ਮੈਂ ਉਹਨਾਂ ਨੂੰ ਪੁੱਛ ਰਿਹਾ ਸੀ, ਮੈਂ ਇਹ ਤਾਂ ਬਹੁਤ ਜ਼ਿਆਦਾ ਮਿਹਨਤ ਦਾ ਕੰਮ ਆ, ਜਿੱਥੇ ਇਹਨਾਂ ਨੇ ਮਿਹਨਤ ਕਰਕੇ ਤੁਹਾਡੇ ਅੱਗੇ ਰੱਖਤੀ ਅਤੇ ਹੁਣ ਅਸੀਂ ਇਹਨਾਂ ਦੀ ਮਿਹਨਤ ਨੂੰ ਭਾਗ ਲਾਉਣਾ। ਸੋ ਸਾਰੀ ਸੰਗਤ ਦੇ ਚਰਨਾਂ 'ਚ ਬੇਨਤੀ ਹੈ, ਜਿੱਥੇ ਜਿੰਨੇ ਮੀਡੀਆ ਕਰਮਚਾਰੀ ਵੀਰ ਆਏ ਨੇ ਆਪਣਾ ਫਰਜ਼ ਸਮਝਦੇ ਹੋਏ ਆਪਾਂ ਲੋਕਾਂ ਤੱਕ ਇਸ ਫਿਲਮ ਦੀ ਆਵਾਜ਼ ਨੂੰ ਪਹੁੰਚਾਈਏ ਤਾਂ ਜੋ ਫਿਲਮਾਂ ਨੂੰ ਹੁੰਗਾਰਾ ਮਿਲੇ। ਜੇ ਅਰਦਾਸਾਂ ਤਾਂ ਕਬੂਲ ਪਹਿਲਾਂ ਵੀ 2 ਫਿਲਮਾਂ 'ਚ ਹੋਈਆਂ ਹੀ ਨੇ, ਇਹ ਵੀ ਹੋਣੀ ਆ। ਸੋ ਜਦੋਂ ਅਗਲੀ ਵਾਰ ਹੋਰ ਫਿਲਮ ਜਿਹੜੀ ਆ 4th number ਵਾਲੀ ਫਿਲਮ ਜਿਹੜੀ ਆ ਅਰਦਾਸ ਗਰੇਵਾਲ ਸਾਹਿਬ ਕਰਨਗੇ ਤਾਂ ਉਹ ਕਿੱਦਾਂ ਦੀ ਹੋਊਗੀ, ਕਿਉਂਕਿ ਹਰ ਵਾਰੀ ਇਹਨਾਂ ਨੂੰ ਬਹੁਤ ਵੱਡਾ ਤੁਸੀਂ ਚੈਲੰਜ ਦਿੰਦੇ ਹੋ ਅਤੇ ਉਹ ਚੈਲੰਜ ਨੂੰ ਇਹ ਪਾਰ ਕਰ ਜਾਂਦੇ ਆ। ਸਤਿਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਦੀ ਮਿਹਰ ਨਾਲ ਮੀਡੀਆ ਕਰਮਚਾਰੀ ਵੀਰਾਂ ਦੇ ਚਰਨਾਂ 'ਚ, ਕੋਈ ਆਪਦਾ ਪੇਜ ਚਲਾਉਂਦਾ, ਕੋਈ ਇੰਸਟਾਗ੍ਰਾਮ ਚਲਾਉਂਦਾ, ਜਿੰਨੇ ਵੀ ਆਪਾਂ ਸਾਰੇ ਆਏ ਹਾਂ, ਵੱਧ ਚੜ੍ਹ ਕੇ ਫਿਲਮ ਦੀ ਸਪੋਰਟ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗਿੱਪੀ ਵੀਰ ਦਾ ਬਹੁਤ ਬਹੁਤ ਸ਼ੁਕਰੀਆ, ਗੁਰਪ੍ਰੀਤ ਵੀਰ ਦਾ, ਪੂਰੀ ਟੀਮ ਦਾ, ਸਾਰੇ ਜਿੰਨੇ ਵੀ ਵੀਰਾਂ ਨੇ ਇਸ ਫਿਲਮ ਦੇ ਵਿੱਚ ਰੋਲ ਅਦਾ ਕੀਤਾ। ਇੱਕ ਇੱਕ ਰੋਲ ਸਾਨੂੰ ਇੰਝ ਲੱਗਦਾ ਸੀ ਜਿਵੇਂ ਸੱਚ ਦੇ ਵਿੱਚ ਸਾਡੇ ਸੁਪਨਿਆਂ ਦੇ ਘਰ ਵਿੱਚ ਦੀ ਵਿਚਰਦਾ ਹੋਵੇ। ਸਾਡੇ ਸੁਪਨਿਆਂ ਦੇ ਘਰ 'ਚ ਇਸ ਤਰ੍ਹਾਂ ਦੇ ਬਹੁਤ ਸਾਰੇ ਪਰਿਵਾਰ ਜਾਂ ਪਰਿਵਾਰਕ ਮੈਂਬਰ ਨੇ ਜਿਨ੍ਹਾਂ ਨੇ ਅੱਜ ਦੀ ਇਸ ਮੂਵੀ ਨੂੰ ਦੇਖਿਆ ਅਤੇ ਉਹਨਾਂ ਕਿਰਦਾਰਾਂ ਨਾਲ ਜੇ ਆਪਾਂ ਜੋੜ ਕੇ ਦੇਖੀਏ ਸਾਡੇ ਸਮਾਜ 'ਚ ਸੱਚੀਓ ਹੀ ਸਭ ਕੁਛ ਹੋ ਰਿਹਾ ਵਾ। ਅਤੇ ਇਸ ਮੂਵੀ ਨੂੰ ਦੇਖ ਕੇ ਜੇ ਕਿਸੇ ਇੱਕ ਬੰਦੇ ਦੀ ਵੀ ਜ਼ਿੰਦਗੀ 'ਚ ਤਬਦੀਲੀ ਆ ਜਾਵੇ ਤਾਂ ਵੀਰੇ ਉਹਨਾਂ ਦਾ ਬਣਾਇਆ ਹੋਇਆ ਕੰਟੈਂਟ ਸਫਲ ਆ। ਅੱਜ ਜਿੱਥੇ ਬਹੁਤ ਸਾਰੇ ਵਿਦਵਾਨ ਵੀਰਾਂ ਨੇ ਆਪਣੇ ਮੁਖਾਰਬਿੰਦ ਤੋਂ ਇਸ ਫਿਲਮ ਦੇ ਬਾਰੇ ਚੰਗਾ ਬੋਲਿਆ, ਮੈਂ ਕੋਈ ਜ਼ਿਆਦਾ ਕੁਛ ਨਾ ਕਹਿੰਦਾ ਹੋਇਆ ਸੰਗਤ ਨੂੰ ਇਹੀ ਅਪੀਲ ਕਰਦਾ, ਇਸ ਫਿਲਮ ਨੂੰ ਆਪਾਂ ਵੱਧ ਕੇ ਸਾਥ ਦੇਈਏ, ਕਿਉਂਕਿ ਜੇ ਇੱਦਾਂ ਦੀਆਂ ਮੂਵੀਆਂ ਬਣਨਗੀਆਂ ਸਾਡੇ ਆਉਣ ਵਾਲੀਆਂ ਪੀੜ੍ਹੀਆਂ ਵਾਸਤੇ, ਆਉਣ ਵਾਲੀਆਂ ਜਨਰੇਸ਼ਨਾਂ ਵਾਸਤੇ, ਪੰਜਾਬ ਦੀ ਬਿਹਤਰੀ ਵਾਸਤੇ ਇਹ ਇੱਕ ਵੱਡਾ ਪਹਿਲਾ ਕਦਮ ਹੋਊ, ਇੱਕ ਵੱਡਾ ਉਪਰਾਲਾ ਹੋਊ। ਤੁਸੀਂ ਇੱਕ ਮੂਵੀ ਦੇਖ ਕੇ ਆਪਣੇ ਪਰਿਵਾਰ ਦੇ ਨਾਲ ਇਸ ਕੰਟਰੀਬਿਊਸ਼ਨ ਦੇ ਵਿੱਚ ਆਪਣਾ ਯੋਗਦਾਨ ਪਾ ਸਕਦੇ ਹੋ, ਇੱਕ ਆਪਣਾ ਹਿੱਸਾ ਪਾ ਸਕਦੇ ਹੋ। ਪੰਜਾਬ ਦੇ ਸੁਨਹਿਰੇ ਭਵਿੱਖ ਦੀ ਗੱਲ ਕਰੀ, ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਦੇ ਸੁਨਹਿਰੇ ਭਵਿੱਖ ਦੀ ਗੱਲ ਕਰੀ, ਜੋ ਕਰੈਕਟਰ ਬਾਰੇ ਗੱਲ ਕੀਤੀ ਆ ਉਹ ਸਾਰਿਆਂ ਨੇ ਦੱਸਿਆ, ਤੁਸੀਂ ਖੁਦ ਆ ਕੇ ਦੇਖੋਗੇ ਕਿ ਅਰਦਾਸ 3 ਦੇ ਵਿੱਚ ਇੱਕ ਇਸ ਤਰ੍ਹਾਂ ਦੀ ਮੈਸੇਜ ਭਰਪੂਰ ਫਿਲਮ ਆ, ਤੁਹਾਡੇ ਬੱਚੇ ਤੁਹਾਡੀ ਰਿਸਪੈਕਟ ਕਰਨਗੇ, ਤੁਸੀਂ ਆਪਣੇ ਬਜ਼ੁਰਗਾਂ ਦੀ ਖੁਦ ਰਿਸਪੈਕਟ ਕਰੋਗੇ, ਤੁਹਾਨੂੰ ਇਹ ਕਰੈਕਟਰ ਆਪਣੇ ਘਰ ਦੇ ਵਿੱਚ ਨਜ਼ਰ ਆਉਣਗੇ। ਬਸ ਇੰਨੀਆਂ ਕਿ ਮੇਰੀਆਂ ਬੇਨਤੀਆਂ, ਪਲੀਜ਼ ਵੱਧ ਤੋਂ ਵੱਧ ਗਿਣਤੀ 'ਚ ਆਪਾਂ, ਸਾਡਾ ਇੱਕ ਭਰਾਵਾਂ ਨਾਲ ਪਿਆਰ ਆ,
ਅਸੀਂ ਇਸ ਮੂਵੀ ਨੂੰ ਦੇਖ ਕੇ ਅੱਜ ਆਪਣੇ ਜਜ਼ਬਾਤਾਂ ਨੂੰ ਰੋਕ ਨਹੀਂ ਸਕੇ। ਮੈਂ ਇਕੱਲਾ ਨਹੀਂ, ਥੀਏਟਰ ਦੇ ਵਿੱਚ ਬੈਠਾ ਸ਼ਾਇਦ ਹੀ ਕੋਈ ਅੱਖ ਹੋਵੇ ਜਿਹੜੀ ਗਿੱਲੀ ਨਾ ਹੋਈ ਹੋਵੇ। ਇੰਨੀ ਜ਼ਿਆਦਾ ਵਧੀਆ ਤਰੀਕੇ ਨਾਲ ਉਸ ਸਾਰੇ ਕਾਸੇ ਨੂੰ ਸਾਡੇ ਸਾਹਮਣੇ ਪੇਸ਼ ਕੀਤਾ। ਉਹ ਮਾਂ ਦਾ ਕਰੈਕਟਰ, ਉਹ ਬੱਚੇ ਦਾ, ਉਹ ਧੀ ਦਾ, ਉਹ ਪੁੱਤ ਦਾ, ਹਰ ਤਰ੍ਹਾਂ ਦਾ ਕਰੈਕਟਰ ਸਾਡੇ ਸਮਾਜ 'ਚ ਅੱਜ ਸਾਡੀ ਹੀਣਤਾ ਨੂੰ ਦਰਸਾਉਂਦਾ, ਅੱਜ ਸਾਡੇ ਸਮਾਜ ਦੀ ਨਿਗਰਦੀ ਹੋਈ ਸੋਚ ਨੂੰ ਦਰਸਾਉਂਦਾ, ਅਤੇ ਨਾਲ ਦੀ ਨਾਲ ਸਾਨੂੰ ਸਿੱਖਿਆ ਵੀ ਦੇ ਰਿਹਾ ਵੀ ਅੱਜ ਸਾਡੇ ਘਰ ਦੇ ਵਿੱਚ ਕਿੱਦਾਂ ਦੇ ਹਾਲਾਤ ਨੇ। ਅੱਜ ਸਾਡੇ ਪੰਜਾਬ 'ਚ ਜੇ ਸੁਪਨਿਆਂ ਦਾ ਘਰ ਬਣਿਆ, ਮਨੁੱਖਤਾ ਦੀ ਸੇਵਾ ਵਰਗੀ ਇੱਕ ਸੰਸਥਾ ਹੋਣ ਦੇ ਵਿੱਚ ਆਈ ਆ, ਇਹ ਸਾਡੇ ਵਾਸਤੇ ਨਮੋਸ਼ੀ ਦੀ ਗੱਲ ਆ। ਇਹ ਹੋਣੀਆਂ ਨਹੀਂ ਚਾਹੀਦੀਆਂ ਇੱਦਾਂ ਦੀਆਂ ਸੰਸਥਾਵਾਂ ਸਾਡੇ ਪੰਜਾਬ 'ਚ, ਲੋੜ ਨਹੀਂ ਪੈਣੀ ਚਾਹੀਦੀ। ਜੇ ਇੱਦਾਂ ਦੀਆਂ ਮੈਸੇਜ ਭਰਪੂਰ ਮੂਵੀਆਂ ਬਣਨ ਤਾਂ ਸਾਡੇ ਉਹ ਸਰਪਣ ਪੁੱਤ ਦੁਬਾਰਾ ਸਰਪਣ ਬਣ ਸਕਦੇ ਨੇ ਜਿਹੜੇ ਆਪਣੇ ਮਾਂ ਪਿਓ ਨੂੰ ਤਤਕਾਰ ਕੇ ਇਹਨਾਂ ਆਸ਼ਰਮਾਂ 'ਚ ਭੇਜ ਦਿੰਦੇ ਨੇ। ਬਹੁਤ ਬਹੁਤ ਸ਼ੁਕਰੀਆ, ਮੈਂ ਪੂਰੀ ਟੀਮ ਦਾ ਧੰਨਵਾਦ ਕਰਦਾ। ਬਹੁਤ ਹੀ ਜ਼ਿਆਦਾ ਵਧੀਆ ਵੀਰ ਜੀ ਤੁਸੀਂ ਕੰਮ ਕੀਤਾ, ਜੋ ਐਕਟਿੰਗ ਆ ਉਹ ਤਾਂ ਹੈ ਹੀ, ਪਰ ਰੀਅਲ ਦੇ ਵਿੱਚ ਤੁਹਾਡੇ ਘਰਾਂ 'ਚ ਤੁਹਾਨੂੰ ਨਜ਼ਰ ਆਊਗੀ ਫਿਲਮ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬਹੁਤ ਬਹੁਤ ਸ਼ੁਕਰੀਆ। ਹੁਣ ਤੁਹਾਡੇ ਹਵਾਲੇ ਆ ਫਿਲਮ, ਅੱਗੇ ਤੁਸੀਂ ਜਾ ਕੇ ਆਪਦਾ ਆਪਣੇ ਰਿਵਿਊਜ਼ ਆਪਣੀ ਬਸ ਤੁਸੀਂ ਜ਼ਿੰਮੇਵਾਰੀ ਆ, ਹੁਣ ਤੁਹਾਡੀ ਜ਼ਿੰਮੇਵਾਰੀ ਆ, ਤੁਸੀਂ ਦੇਖ ਲਈ ਫਿਲਮ ਅਤੇ ਅਸੀਂ ਆਪਣਾ ਕੰਮ ਕਰਤਾ ਜੀ। ਸੋ ਮੈਂ ਘੁੱਗੀ ਭਾਅ ਜੀ ਨੂੰ ਪੁੱਛਦਾ ਜੀ, ਮੈਂ ਕਿਹਾ ਭਾਅ ਜੀ ਦੋ ਪਹਿਲਾਂ ਬਣਾਈਆਂ ਨੇ ਅਤੇ ਹੁਣ ਤੀਜੀ ਬਣਾਈ ਹੈ ਤਾਂ ਉਹਦੇ ਨਾਲੋਂ ਬੈਟਰ ਬਣਨੀ ਚਾਹੀਦੀ ਆ, ਅਤੇ ਅਸੀਂ ਤਾਂ ਉਹੀ ਕੋਸ਼ਿਸ਼ ਕੀਤੀ ਆ, ਬਾਕੀ ਹੁਣ ਤੁਸੀਂ ਦੇਖ ਲਈ ਆ ਜੀ। ਮੇਰੇ ਦਿਨ 'ਚ ਹਾਲੇ ਕੁਛ ਨਹੀਂ ਚੱਲ ਰਿਹਾ ਹੈਗਾ ਐਕਚੁਅਲੀ, ਮੈਨੂੰ ਇਹ ਸੀ ਅੱਜ ਪਹਿਲੀ ਸਕਰੀਨਿੰਗ ਸੀ ਕਿਉਂਕਿ ਮੈਂ ਤਾਂ ਬਹੁਤ ਵਾਰੀ ਹੁਣ ਫਿਲਮ ਦੇਖ ਲੈਣਾ ਜਦੋਂ ਬਣਾਉਣ ਤੋਂ ਪਹਿਲਾਂ ਐਜ਼ ਆ ਡਾਇਰੈਕਟਰ, ਮੈਂ ਪਤਾ ਨਹੀਂ ਕਿੰਨੀ ਵਾਰੀ ਦੇਖ ਲਈ। ਸੋ ਮੈਨੂੰ ਪਤਾ ਨਹੀਂ ਲੱਗਦਾ ਹੁਣ ਆ ਕੇ ਐਂਡ ਦੇ ਉੱਤੇ, ਮੈਂ ਤਾਂ ਆਪਦੇ ਜਿਹੜੇ ਜੀ ਬੈਸਟ ਕਰਨ ਦੀ ਕੋਸ਼ਿਸ਼ ਕੀਤੀ ਸੀ ਵੀ ਕੀ ਹੋ ਸਕਦਾ। ਮੈਂ ਘੁੱਗੀ ਭਾਅ ਜੀ ਨੂੰ ਦਿਖਾਈ ਸੀ, ਇਹ ਮੈਨੂੰ ਕਹਿੰਦੇ ਵੀ ਤੂੰ ਪਹਿਲੀ ਵਾਲੇ ਨਾਲੋਂ ਬਹੁਤ ਜ਼ਿਆਦਾ ਵਧੀਆ ਬਣਾਈ ਆ। ਮੈਂ ਕਿਹਾ ਮੈਂ ਇਹਨਾਂ ਦਾ ਡਾਇਰੈਕਟਰ ਹਾਂ, ਸ਼ਾਇਦ ਮੈਨੂੰ ਪੰਪ ਵੀ ਦੇ ਸਕਦੇ। ਮੈਨੂੰ ਐਂ ਸੀਗਾ ਵੀ ਅੱਜ ਪਤਾ ਲੱਗੂਗਾ ਐਕਚੁਅਲੀ, ਹੈ ਨਾ। ਸੋ ਅੱਜ ਹੁਣ ਪਤਾ ਲੱਗਿਆ ਜੀ, ਮੈਨੂੰ ਤਾਂ ਆਪ ਤੁਹਾਡੇ ਨਾਲ ਹੀ ਪਤਾ ਲੱਗਿਆ। ਮੈਨੂੰ ਸੀਗਾ ਜੀ ਕਿਉਂਕਿ ਮੈਂ ਬਣਾਈ ਆਪਣੇ ਅਕੋਰਡਿੰਗ ਉਵੇਂ ਸੀਗੀ ਕਿ ਯਾਰ ਮੈਂ ਇੱਦਾਂ ਬਣਾਵਾਂ ਕਿ ਲੋਕਾਂ ਨੂੰ ਇੱਦਾਂ, ਕਿਉਂਕਿ ਮੈਨੂੰ ਲੱਗਦਾ ਚੀਜ਼ ਉਹੀ ਬਣਾਉਣ ਦਾ ਉਹੀ ਬਣਾਉਣੀ ਚਾਹੀਦੀ ਹੈ ਜਿਹਦਾ ਇੰਪੈਕਟ ਆਵੇ ਪੂਰੇ ਦਾ ਪੂਰਾ। ਸੋ ਮੇਰੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਇਸ ਫਿਲਮ ਨੂੰ ਬਣਾਉਣਾ ਥੋੜ੍ਹਾ ਔਖਾ ਵਾ, ਕਿਉਂਕਿ ਤੁਸੀਂ ਵਧੀਆ ਗੱਲਾਂ ਕਰ ਰਹੇ ਹੋ, ਸਿਆਣੀਆਂ ਗੱਲਾਂ ਕਰ ਰਹੇ ਹੋ, ਔਰ ਅੱਜ ਦੀ ਡੇਟ 'ਚ ਕੋਈ ਸਿਆਣੀ ਗੱਲ ਸੁਣਨੀ ਨਹੀਂ ਚਾਹੁੰਦਾ। ਜੇ ਤੁਸੀਂ ਇੰਟਰਟੇਨਿੰਗ ਨਹੀਂ ਕਹਿੰਦੇ, ਇੰਟਰਟੇਨਮੈਂਟ ਨਹੀਂ ਦਿੰਦੇ ਹੈਗੇ ਤਾਂ ਗੜਬੜ ਹੋ ਜਾਂਦੀ ਆ। ਸੋ ਬੜਾ ਬੰਨ ਕੇ ਰੱਖਣਾ ਪੈਂਦਾ ਕਿ ਸੀਨ ਹੋਲਡ ਵੀ ਕਰੇ, ਤੁਹਾਨੂੰ ਇੰਟਰਟੇਨ ਵੀ ਕਰੇ, ਅਤੇ ਤੁਹਾਨੂੰ ਵਧੀਆ ਗੱਲਾਂ ਵੀ ਦੱਸੇ, ਤੁਹਾਨੂੰ ਚੰਗੇ ਸੁਨੇਹੇ ਵੀ ਦੇਵੇ। ਸੋ ਕਿਉਂਕਿ ਲਾਈਨ ਜਦੋਂ ਤੁਸੀਂ ਲਿਖਦੇ ਹੋ ਤੁਹਾਡੇ ਮਨ 'ਚ ਬੜੀਆਂ ਚੀਜ਼ਾਂ ਆਉਂਦੀਆਂ, ਇੱਕ ਇੱਕ ਅੱਖਰ ਪਿੱਛੇ ਕਈ ਵਾਰੀ ਲੜਾਈ ਹੁੰਦੀ ਆ, ਬਟ ਅੱਜ ਜਦੋਂ ਇੱਕ ਇੱਕ ਲਾਈਨ 'ਤੇ ਤਾੜੀਆਂ ਵੱਜਦੀਆਂ ਸੀ ਤਾਂ ਮੈਨੂੰ ਐਂ ਲੱਗਿਆ, ਮੈਂ ਕਿਹਾ ਯਾਰ ਠੀਕ ਹੋਇਆ ਕੰਮ। ਬਿਲਕੁਲ, ਮੈਨੂੰ ਤਾਂ ਸਾਰਾ ਹੀ ਈਜ਼ੀ ਹੋ ਜਾਂਦਾ ਜੀ, ਤੁਸੀਂ ਦੇਖੋ ਤਾਂ ਸਹੀ ਪਿੱਛੇ ਕਿੰਨੇ ਬੰਦੇ ਖਤਰਨਾਕ ਨੇ ਮੇਰੇ ਕੋਲ ਸਾਰੇ ਦੇ ਸਾਰੇ। ਸੋ ਸਾਰਿਆਂ ਨੇ ਪਰਫੋਰਮੈਂਸ ਵਾਲੀ ਤਾਂ, ਔਰ ਘੁੱਗੀ ਭਾਅ ਜੀ ਤਾਂ ਹਮੇਸ਼ਾ ਹੀ ਮੈਂ ਅੱਗੇ ਵੀ ਕਹਿੰਦਾ ਹੁੰਦਾ ਮੈਂ ਥੋੜ੍ਹਾ ਸੇਫ ਹੋ ਜਾਂਦਾ, ਕਿਉਂਕਿ ਇਸ ਸਬਜੈਕਟ ਲਈ ਮੈਨੂੰ ਇੱਕ ਹਮੇਸ਼ਾ ਗਾਈਡੈਂਸ ਚਾਹੀਦੀ ਆ, ਜਿਹੜੀ ਘੁੱਗੀ ਭਾਅ ਜੀ ਤੋਂ ਬਿਨਾਂ ਕਦੇ ਵੀ ਨਹੀਂ ਹੋ ਸਕਦੀ, ਔਰ ਇਹ ਫਿਲਮ ਘੁੱਗੀ ਭਾਅ ਜੀ ਤੋਂ ਬਿਨਾਂ ਕਦੇ ਜ਼ਿੰਦਗੀ 'ਚ ਬਣੀ ਨਹੀਂ ਸਕਦੀ। ਇਹਦੇ 'ਚ ਸਬਜੈਕਟ ਹੀ ਹੀਰੋ ਹੈ, ਬਿਲਕੁਲ, ਪਰ ਹੀਰੋ ਸ਼ਬਦ ਵੀ ਇਸ ਫਿਲਮ ਲਈ ਸੂਟੇਬਲ ਹੀ ਨਹੀਂ, ਕਿਉਂਕਿ ਇਹਦੇ ਅਰਦਾਸ ਹੀ ਲੀਡ ਕਰ ਰਹੀ ਸਾਨੂੰ ਸਾਰਿਆਂ। ਮੈਂ ਪੂਰੀ ਮੂਵੀ 'ਚ ਰੋਵ ਹੋ ਰਹੀ ਸੀ, ਬਹੁਤ ਬਹੁਤ ਇਸ ਮੂਵੀ ਨਾਲ ਜੁੜ ਕੇ ਮੈਨੂੰ ਲੱਗਿਆ ਬਾਬਾ ਜੀ ਨੇ ਮੇਰੇ ਉੱਤੇ ਮਿਹਰ ਕਰ ਦਿੱਤੀ, ਤੇ ਆਈ ਵਿਲ ਆਲਵੇਸ ਬੀ ਪ੍ਰਾਊਡ ਆਫ ਇਟ। ਥੈਂਕ ਯੂ। ਸੱਲੇ ਕਰਾ ਦੇਣੀ ਤੇਰੀ ਮੂਵੀ ਨੇ, ਵੇਖੀ ਸਹੀ ਆ, ਜਦ ਤੇਰੇ ਸੀਸਾਂ ਦੇਣੀਆਂ। ਆਸ਼ੀਰਵਾਦ, ਮਾਲਕ ਤੁਹਾਨੂੰ ਲੰਬੀ ਉਮਰ ਦੇਵੇ, ਲੰਬੀ ਸਾਰੀ ਉਮਰ ਤੁਹਾਨੂੰ। ਥੈਂਕ ਯੂ, ਥੈਂਕ ਯੂ, ਥੈਂਕ ਯੂ। ਇੱਕ ਵਾਰ ਦੇਖਿਆ ਸੀ ਜੈਸਮੀਨ
ਬਿਲਕੁਲ ਜੀ, ਦੋ ਬੰਦਿਆਂ ਨੂੰ ਮੈਂ ਐਤਕੀ ਡਾਇਲੋਗ ਘੱਟ ਦਿੱਤੇ ਸੀ ਇਹਨਾਂ ਦੋਨਾਂ ਨੂੰ। ਜਦੋਂ ਸਾਇਲੈਂਸ ਬੋਲਦੀ ਹੈ ਨਾ ਉਦੋਂ ਪੂਰੀ ਕਾਇਨਾਤ ਸੁਣਦੀ ਹੈ। ਲੋਕ ਆਹ ਫਿਲਮ ਦੇਖ ਕੇ ਨਿਕਲਦੇ ਆ ਤਾਂ ਉਹ ਆਪਣੀਆਂ ਕਹਾਣੀਆਂ ਡਿਸਕਸ ਕਰਦੇ ਆ, ਕਈ ਵਾਰੀ ਸਾਨੂੰ ਦੱਸਦੇ ਆ। ਮਿੰਟੂ ਵੀਰ ਆਏ ਹੋਏ ਸੀਗੇ ਇਹਨਾਂ ਦੇ, ਉੱਥੇ ਕੱਲ੍ਹ ਗਏ ਸੀਗੇ ਅਸੀਂ ਸੁਪਨਿਆਂ ਦੇ ਘਰ 'ਚ, ਉੱਥੇ ਹਜ਼ਾਰਾਂ ਕਹਾਣੀਆਂ ਨੇ ਜੀ। ਸੋ ਬਹੁਤ ਕਹਾਣੀਆਂ ਇੱਥੋਂ ਹੀ ਮਿਲਦੀਆਂ ਨੇ, ਔਰ ਇਹ ਫਿਲਮ ਤਾਂ ਹੈ ਹੀ ਲੋਕਾਂ ਦੀ, ਲੋਕਾਂ 'ਚੋਂ ਨਿਕਲਦੀ ਆ। ਇੱਕ ਵੀ ਚੀਜ਼ ਮੈਂ ਇਹ ਨਹੀਂ ਕਹਿ ਸਕਦਾ ਕਿ ਅਸੀਂ ਫਿਕਸ਼ਨ ਬਣਾ ਦਈ ਆ, ਸੁਣ ਸੁਣਾ ਕੇ ਗੱਲਾਂ ਕੀਤੀਆਂ ਹੋਈਆਂ, ਉਹਨੂੰ ਬਸ ਸਕਰੀਨ ਪਲੇਅ ਦੇ ਹਿਸਾਬ ਨਾਲ ਸੈੱਟ ਕਰ ਲਈ ਜੀ। ਸਾਰਿਆਂ ਨਾਲ ਬਹੁਤ ਪਿਆਰ ਹੈ ਜੀ। ਅੱਜ ਵੀ ਐਕਚੁਅਲੀ ਕੀ ਆ, ਮੇਰਾ ਤਾਂ ਸਾਰਿਆਂ ਦੀ ਸ਼ੂਟਿੰਗ ਹੈ। ਅਮਰਿੰਦਰ ਦਾ ਵੀ ਪਹਿਲਾਂ ਪਲਾਨ ਬਣਦਾ ਸੀਗਾ ਪਰ ਉਹਨਾਂ ਦੀ ਸ਼ੂਟਿੰਗ ਲੇਟ ਹੋਣੀ ਸੀ, ਐਮੀ ਉਹਨਾਂ ਦੀ ਵੀ ਸ਼ੂਟਿੰਗ ਆ, ਬੱਬੂ ਬਾਈ ਹੋਰਾਂ ਦੀ ਵੀ ਸ਼ੂਟਿੰਗ ਹੈ। ਸੋ ਸਾਰਿਆਂ ਦੀ ਸ਼ੂਟਿੰਗ ਸੀਗੀ, ਬਟ ਅਸੀਂ ਸੋਮਵਾਰ ਰੱਖਿਆ ਹੋਇਆ ਸੀਗਾ ਕਿਉਂਕਿ ਅੱਗੇ ਪ੍ਰੀਮੀਅਰ ਅੱਗੇ ਕਰਨੇ ਸੀਗੇ, ਤਾਂ ਕਰਕੇ ਨਹੀਂ, ਨਹੀਂ ਤਾਂ ਸਾਰੇ ਬੰਦੇ। ਔਰ ਮੈਂ ਹਮੇਸ਼ਾ ਇਹ ਗੱਲ ਕਹਿਣਾ ਕਿ ਇਹੋ ਜਿਹਾ ਬਿਲਕੁਲ ਕੁਛ ਨਹੀਂ ਹੈਗਾ, ਸਾਰੀ ਇੰਡਸਟਰੀ ਇਕੱਠੀ ਹੈ, ਸਾਰੇ ਇੱਕ ਦੂਜੇ ਦੀ ਸਪੋਰਟ ਕਰਦੇ ਆ, ਤੁਸੀਂ ਸਾਰੀਆਂ ਵਧੀਆ ਫਿਲਮਾਂ ਦੇਖਿਆ ਕਰੋ, ਅਸੀਂ ਆਪਸ ਦੇ ਵਿੱਚ ਸਾਡਾ ਬਹੁਤ ਪਿਆਰ। ਸ਼ਾਨਦਾਰ ਕਲਾਕਾਰ ਤੁਹਾਡੇ ਆਲੇ ਦੁਆਲੇ ਹੋਣ ਨਾ ਤੁਹਾਡੇ ਲਈ ਬਹੁਤ ਸੌਖਾ ਜਾਂਦਾ, ਮੇਰੇ ਲਈ ਤਾਂ ਵਰਕਸ਼ਾਪ ਹੁੰਦੀ ਆ ਹਮੇਸ਼ਾ ਜਦੋਂ ਮੈਂ ਬਾਈ ਹੋਰਾਂ ਨਾਲ ਕੰਮ ਕਰਦਾ, ਘੁੱਗੀ ਭਾਜੀ ਆਲੇ ਦੁਆਲੇ ਹੁੰਦੇ ਆ, ਇਹ ਥਾਪੜੇ ਦਿੰਦੇ ਆ, ਬਾਈ ਹੋਰੀ ਇੰਨਾ ਸੋਹਣਾ ਕਰੈਕਟਰ ਲਿਖਿਆ ਤਾਂ ਤੁਸੀਂ ਚਾਹੇ ਬੋਲ ਦਿਉ ਤਾਂ ਵੀ ਵਧੀਆ ਹੋ ਜਾਂਦਾ ਕਿਉਂਕਿ ਉਹ ਬੁਣਿਆ ਇੰਨਾ ਸੋਹਣਾ ਹੁੰਦਾ। ਤਾਂ ਸਾਰੇ ਜਿੰਨੇ ਵੀ ਐਕਟਰ ਸੀਗੇ ਆਲੇ ਦੁਆਲੇ, ਮੈਂ ਤਾਂ ਸਭ ਤੋਂ ਛੋਟਾ, ਸਾਰੇ ਪਿਆਰ ਦੁਲਾਰ ਨਾਲ ਹੀ ਕਰਾ ਲੈਂਦੇ ਆ ਕੰਮ, ਔਰ ਮੇਰੇ ਸਾਹਮਣੇ ਇੰਨੇ ਵਧੀਆ ਖੜ੍ਹੇ ਹੁੰਦੇ ਨੇ, ਮੇਰਾ ਜੇ ਰਿਐਕਸ਼ਨ ਵੀ ਆ ਜਾਏ ਤਾਂ ਵੀ ਠੀਕ ਹੋ ਜਾਂਦਾ। ਸੋ ਇਹਦਾ ਸਿਰਾ ਗਿੱਪੀ ਬਾਈ ਨੂੰ ਜਾਂਦਾ ਕਿ ਐਡੀ ਸ਼ਾਨਦਾਰ ਫਿਲਮ ਜਿਹੜੀ ਮਾਸਟਰਪੀਸ ਹੈ ਪੰਜਾਬੀ ਸਿਨੇਮੇ ਦੀ, ਉਹਦੇ 'ਚ ਮੈਨੂੰ ਮੌਕਾ ਮਿਲਿਆ, ਪਹਿਲੀ ਜੀ ਕੈਮਿਓ ਸੀਗਾ, ਸੋ ਮੈਂ ਤਾਂ ਬਹੁਤ ਭਾਗਾਂ ਸਮਝਦਾ ਆਪਣੇ ਆਪ ਨੂੰ। ਸੋ ਇਸੇ ਤਰ੍ਹਾਂ ਪਿਆਰ ਬਣਿਆ ਰਹੇ, ਥੈਂਕ ਯੂ ਵੀਰੇ, ਸ਼ੁਕਰੀਆ, ਹਮੇਸ਼ਾ ਮੈਨੂੰ ਬਹੁਤ ਵਧੀਆ ਕੰਮ ਕਰਵਾਉਂਦੇ ਆ, ਸੋ ਸਾਰੀ ਟੀਮ ਦਾ ਬਹੁਤ ਬਹੁਤ ਧੰਨਵਾਦ। ਉਹ ਇੰਨਾ ਵਧੀਆ ਕਰ ਰਿਹਾ ਸੀ, ਮੇਰੀਆਂ ਵੀ ਦੋ ਲਾਈਨਾਂ ਸੀ ਇਹਨੂੰ ਦੇਤੀਆਂ। ਮੈਂ ਉਹੀ ਗੱਲ ਕਰਦਾ, ਮੈਂ ਜਦੋਂ ਸਾਹਮਣੇ ਇੱਦਾਂ ਦੇ ਖੜ੍ਹੇ ਹੋਣ ਤੁਹਾਡਾ ਆਪੇ ਕਰਵਾ ਲੈਂਦੇ ਆ, ਅਤੇ ਬਾਈ ਵਰਗੇ ਡਾਇਰੈਕਟਰ ਰਾਈਟਰ ਜਦੋਂ ਲਿਖਿਆ ਹੋਵੇ ਉਹ ਆਪੇ ਹੋ ਜਾਂਦਾ, ਬਸ ਨੈਚੁਰਲੀ ਆ ਜਾਂਦਾ ਚੀਜ਼। ਸਭ ਤੋਂ ਪਹਿਲਾਂ ਤਾਂ ਸਾਰਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਮੈਂ ਤਾਂ ਸਾਰੀ ਗੱਲ ਭਾਜੀ ਉਹਨਾਂ ਨੇ ਕਹਿ ਦਿੱਤੀ, ਮੈਂ ਸਿਰਫ ਇੰਨੀ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਜਿਹੜੇ ਫਿਲਮਾਂ ਹੁੰਦੀਆਂ ਨੇ ਉਹ ਸਮਾਜ ਦਾ ਸ਼ੀਸ਼ਾ ਹੁੰਦੇ ਨੇ, ਜਿੱਦਾਂ ਅਸੀਂ ਸ਼ੀਸ਼ੇ 'ਚ ਵੇਖ ਕੇ ਤਿਆਰ ਹੁੰਦੇ ਹਾਂ, ਇਹ ਫਿਲਮਾਂ ਜਿਹੜੀਆਂ ਨੇ ਸਮਾਜ ਦਾ ਸ਼ੀਸ਼ਾ ਆ, ਸਮਾਜ ਦੀਆਂ ਚੰਗੀਆਂ ਮਾੜੀਆਂ ਚੀਜ਼ਾਂ ਨੂੰ ਸੁਧਾਰਨ ਵਾਸਤੇ ਉਹ ਫਿਲਮਾਂ ਬਣਾਈਆਂ ਜਾਂਦੀਆਂ। ਸੋ ਮੈਨੂੰ ਲੱਗਦਾ ਤੁਸੀਂ ਫਿਲਮ ਵੇਖਣ ਜਦੋਂ ਆਓਗੇ ਤੁਹਾਨੂੰ ਹਰ ਸੀਨ ਦੇ ਵਿੱਚ ਆਪਣੇ ਆਲੇ ਦੁਆਲੇ ਦਾ ਕੋਈ ਕਿਰਦਾਰ ਦਿਖੂਗਾ, ਆਪਣੇ ਆਲੇ ਦੁਆਲੇ ਦੀ ਚੰਗੀਆਂ ਮਾੜੀਆਂ ਚੀਜ਼ਾਂ ਤੁਹਾਨੂੰ ਦਿਖਣਗੀਆਂ, ਤੁਸੀਂ ਸੇਹ ਲੈ ਕੇ ਜਾਓਗੇ, ਸਿੱਖ ਕੇ ਜਾਓਗੇ। ਔਰ ਮੈਂ ਇੱਕ ਗੱਲ ਬੜੀ ਦਾਅਵੇ ਨਾਲ ਕਹਿਣੀ ਚਾਹੁੰਦਾ ਕਿ ਇਸ ਫਿਲਮ ਨੂੰ ਵੇਖਣ ਤੋਂ ਬਾਅਦ ਮੈਨੂੰ ਲੱਗਦਾ ਕਿ ਜਿਹੜੇ ਸਾਡੇ ਔਰਫਨੇਜ ਹੋਮਸ ਨੇ, ਬਿਰਧ ਆਸ਼ਰਮ ਨੇ, ਉਹ ਖਾਲੀ ਹੋਣਗੇ। ਜਿਨ੍ਹਾਂ ਨੇ ਆਪਣੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਹੁਣ ਤੱਕ ਸਮਝਿਆ ਹੀ ਨਹੀਂ, ਜਿਹਨੇ ਰਿਸ਼ਤਿਆਂ ਦੀ ਅਹਿਮੀਅਤ ਨੂੰ ਸਮਝਣਾ ਆ, ਮੈਨੂੰ ਲੱਗਦਾ ਉਹਦੇ ਲਈ ਉਹ ਫਿਲਮ ਵੇਖਣੀ ਬਹੁਤ ਜ਼ਰੂਰੀ ਆ। ਪਰਿਵਾਰ ਕੀ ਹੁੰਦਾ ਆ, ਪਿਓ ਪੁੱਤ ਦਾ ਰਿਲੇਸ਼ਨ ਕੀ ਹੁੰਦਾ ਆ, ਪਿਓ ਧੀ ਦਾ ਰਿਲੇਸ਼ਨ ਕੀ ਹੁੰਦਾ ਆ, ਹੈ ਨਾ, ਕਿੱਦਾਂ ਅਸੀਂ ਬਜ਼ੁਰਗਾਂ ਨੂੰ ਇਗਨੋਰ ਨਹੀਂ ਕਰਦੇ ਬਟ ਅਣਜਾਣ ਪੁਣੇ ਵਿੱਚ ਅਸੀਂ ਕਰ ਜਾਂਦੇ ਹਾਂ। ਸੋ ਮੈਨੂੰ ਲੱਗਦਾ ਵਾ ਕਿ ਕਹਿੰਦੇ ਨਾ ਕਾਦਰ ਦੀ ਕਲਮ ਚੱਲਦੀ ਅਤੇ ਇੱਕ ਤਸਵੀਰ ਬਣ ਜਾਂਦੀ, ਕੜੀ ਨਾਲ ਜੇ ਕੜੀ ਜੁੜ ਜੇ ਤਾਂ ਫਿਰ ਜੰਜੀਰ ਬਣ ਜਾਂਦੀ, ਇਹ ਉਸ ਜੰਜੀਰ ਦਾ ਹਿੱਸਾ ਆ। ਅਰਦਾਸ ਔਰ ਅਰਦਾਸ ਕਰਾਂ ਦਾ ਨਿਚੋੜ ਜੇ ਵੇਖੀਏ ਅਤੇ ਅਰਦਾਸ ਸਰਬੱਤ ਦੇ ਭਲੇ ਦੀ, ਸੋ ਸਾਹਿਬ ਹੱਥ ਵਡਿਆਈਆਂ ਜਿਸ ਭਾਵ ਹੈ ਤਿਸ ਦੇ, ਹੰਬਲ ਮੋਸ਼ਨ ਦੇ ਪਿੱਛੇ ਹਿੱਸੇ ਇਹ ਮਾਲਕ ਨੇ ਦਾਤ ਬਖਸ਼ੀ ਆ। ਸੋ ਇੱਦਾਂ ਹੀ ਚੜ੍ਹਦੀ ਕਲਾ 'ਚ ਰਹਿਣ ਔਰ ਫਿਲਮਾਂ ਬਣਾਉਂਦੇ ਰਹੋ, ਔਰ ਫਿਲਮ ਵੇਖਣ ਜ਼ਰੂਰ ਆਓ, ਫਿਲਮ ਵੇਖਣ ਜ਼ਰੂਰ ਆਓ, ਤੁਹਾਡੇ ਕਈ ਭਰਮ ਟੁੱਟਣਗੇ ਇਸ ਫਿਲਮ ਨੂੰ ਵੇਖ ਕੇ, ਸਾਡੀ ਇਹੋ ਬੇਨਤੀ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਬਹੁਤ ਬਹੁਤ ਮਿਹਰਬਾਨੀ ਜੀ ਤੁਹਾਡੀ, ਸਾਡੇ ਮਰਹੂਮ ਕਵੀ ਸੁਰਜੀਤ ਪਾਤਰ ਦੀਆਂ ਲਾਈਨਾਂ ਜੀ, ਇਹ ਮੈਂ ਰਾਹਾਂ 'ਤੇ ਨਹੀਂ ਤੁਰਦਾ, ਮੈਂ ਤਾਂ ਤੁਰਦਾ ਤਾਂ ਰਾਹ ਬਣ ਜਾਂਦੇ ਨੇ। ਸੋ ਸਾਡੇ ਲਈ ਇਹ ਸੰਬਲ ਮੋਸ਼ਨ ਇੱਕ ਰਾਹ ਬਣਾਏ ਨੇ ਇਹੋ ਜਿਹੇ,
ਜਿਹੜੀ ਇਹ ਅਰਦਾਸ ਵਰਗੀ ਸੀਰੀਜ਼ ਸਾਨੂੰ ਦਿੱਤੀ ਹੈ। ਪਹਿਲਾਂ 16 ਦੇ ਵਿੱਚ ਸਾਡੀ ਅਰਦਾਸ ਫਿਲਮ ਆਈ, ਫਿਰ ਅਰਦਾਸ ਕਰਾਂ 19 ਦੇ ਵਿੱਚ ਆਈ, ਅਤੇ ਹੁਣ 5 ਸਾਲਾਂ ਬਾਅਦ 24 ਦੇ ਵਿੱਚ ਅਰਦਾਸ ਵੱਧਦੇ ਪੜਦੇ ਲੈ ਕੇ ਆਇਆ। ਜ਼ਿੰਦਗੀ ਦੀਆਂ ਮੋਰਲ ਵੈਲਿਊਜ਼ ਕੀ ਨੇ ਸਾਨੂੰ ਸਿਨੇਮਾ ਜਦੋਂ ਇਹ ਦਿਖਾਉਂਦਾ, ਮੈਂ ਸਮਝਦਾ ਕਿ ਸਿਨੇਮਾ ਸਾਡੇ ਬੱਚਿਆਂ ਲਈ ਬਣਦਾ, ਸਾਡੇ ਸਾਰਿਆਂ ਲਈ ਬਣਦਾ। ਸੋ ਇਹੋ ਜਿਹਾ ਸਿਨੇਮਾ ਨੂੰ ਵੈਲਕਮ ਹੋਣਾ ਚਾਹੀਦਾ ਜਿੱਥੇ ਅਸੀਂ ਹੋਰ ਸਾਰਾ ਕੁਝ ਦੇਖਦੇ ਹਾਂ। ਸੋ ਮੈਨੂੰ ਲੱਗਦਾ ਕਿ ਇਹ ਫਿਲਮ ਦੇਖ ਕੇ ਅਸੀਂ ਇਹ ਦੱਸਾਂਗੇ ਕਿ ਅਸੀਂ ਚੰਗੀਆਂ ਚੀਜ਼ਾਂ ਦੀ ਕਦਰ ਕਰਦੇ ਹਾਂ, ਕਿ ਪੰਜਾਬੀ ਲੋਕ ਆ ਸਾਰੇ ਆਪਣੀ ਵਿਰਾਸਤ ਦੀ ਕਦਰ ਕਰਦੇ ਨੇ, ਅਸੀਂ ਆਪਣੇ ਵਿਰਸੇ ਦੀ ਕਦਰ ਕਰਦੇ ਹਾਂ। ਮੈਂ ਸਿਰਫ ਇੱਕ ਮਿੰਟ ਤੁਹਾਨੂੰ ਇੱਕ ਗੱਲ ਦੱਸਣੀ ਚਾਹੁੰਦਾ ਕਿ ਅੱਜ ਮੈਂ ਅਤੇ ਸੋਹੀ ਸਾਹਿਬ ਬਠਿੰਡੇ ਤੋਂ ਅੱਗੇ ਇੱਕ ਕਾਲਜ ਵਿੱਚ ਗਏ ਹੋਏ ਸੀਗੇ, ਪਤਾ ਲੱਗਿਆ ਕਿ ਫਿਲਮ ਦਾ ਅੱਜ ਪ੍ਰੀਮੀਅਰ ਹੋਣਾ ਹੈ, ਤਾਂ ਉੱਥੇ ਦੋ ਕੁੜੀਆਂ ਨੇ ਇੱਕ ਗਿਫਟ ਸਾਨੂੰ ਕੱਢ ਕੇ ਦਿੱਤਾ, ਇਹ ਡੀਪੀ ਗਰ ਗਰੇਵਾਲ ਸਾਹਿਬ ਵਾਸਤੇ ਅਤੇ ਗੁਰਪ੍ਰੀਤ ਘੁੱਗੀ ਜੀ ਵਾਸਤੇ, ਆ ਪਿੱਛੇ ਨਾਂ ਲਿਖ ਕੇ ਭਾਜੀ ਹੋਰਾਂ ਦਾ, ਆਹ ਸਾਡੇ ਹੱਥ ਭੇਜਿਆ, ਮੈਂ ਅਤੇ ਸੋਹੀ ਸਾਹਿਬ ਗਏ ਸੀ ਜੀ। ਔਰ ਅਸੀਂ ਮੀਡੀਆ ਦੇ ਮਾਰਫਤ ਇਹਨਾਂ ਬੱਚੀਆਂ ਦਾ, ਇਹਨਾਂ ਭੈਣਾਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਬੇਟੀਆਂ ਨੇ ਅਰਦਾਸ ਦੇਖੋ ਹੱਥ ਨਾਲ ਕੱਢ ਕੇ ਭੇਜੀ ਹੈ ਸਾਨੂੰ। ਇਹ ਅੱਜ ਕੱਲ੍ਹ ਤਾਂ ਵੈਸੇ ਕੰਮ ਹੀ ਨਹੀਂ ਵੇਖਣ ਨੂੰ ਮਿਲਦਾ, ਫਿਰ ਇੰਨੀ ਮੁਹੱਬਤ ਇੰਨੀ ਸ਼ਿੱਦਤ। ਗੋਡ ਬਲੈਸ ਯੂ, ਚੜ੍ਹਦੀ ਕਲਾ ਚ ਰਹੋ ਬੱਚਿਓ, ਸ਼ਾਬਾਸ਼। ਸੇਖੋ ਸਾਹਿਬ ਅਰਦਾਸ ਸਰਬੱਤ ਦੇ ਭਲੇ ਦੀ, ਪਹਿਲਾਂ ਦੋ ਪਾਰਟ ਆਏ ਸੀ ਅਰਦਾਸ ਅਰਦਾਸ ਕਰਾਂ, ਹੁਣ ਥਰਡ ਪਾਰਟ ਆਇਆ। ਪਹਿਲੀਆਂ ਫਿਲਮਾਂ ਨੇ ਵੀ ਬਹੁਤ ਹੀ ਇਮੋਸ਼ਨਲ ਕੀਤਾ ਸੀ ਹਰ ਕਿਸੇ ਨੂੰ, ਹੁਣ ਵੀ ਬਹੁਤ ਸੋਹਣੇ ਮੈਸੇਜ ਸੀਗੇ, ਰਿਐਲਿਟੀ ਬੇਸਡ ਫਿਲਮ ਸੀਗੀ, ਅਤੇ ਮੈਨੂੰ ਲੱਗਦਾ ਕਿ ਕੋਈ ਕੋਈ ਸੀ ਜਿਹੜਾ ਨਹੀਂ ਇਮੋਸ਼ਨਲ ਹੋਇਆ ਸੀ, ਲਗਭਗ ਸਾਰੇ ਇਮੋਸ਼ਨਲ ਹੋਏ, ਖੜ੍ਹੇ ਵੀ ਹੋ ਗਏ, ਤੁਸੀਂ ਵੀ ਇਮੋਸ਼ਨਲ ਹੋਏ, ਕੀ ਕਹਿਣਾ ਇਸ ਫਿਲਮ ਦੇ ਬਾਰੇ ਤੁਹਾਡਾ? ਮੈਂ ਇਹ ਕਹਾਂਗਾ ਵੀ ਜਿਹੜੀ ਇਹ ਫਿਲਮ ਆ, ਇਸ ਫਿਲਮ ਨੇ ਜਿਹੜਾ ਪੰਜਾਬੀ ਜੀਵਨ ਦੇ ਵਿੱਚ ਆਧੁਨਿਕਤਾ ਤੋਂ ਬਾਅਦ ਆਧੁਨਿਕ ਜੀਵਨ, ਆਧੁਨਿਕਤਾ ਨੇ ਜਿਹੜਾ ਕਿ ਸਿਖਰ 'ਤੇ ਜਾ ਰਿਹਾ, ਜਿਸ ਨੂੰ ਪੰਜਾਬੀ ਜੀਵਨ, ਪੰਜਾਬੀ ਨੌਜਵਾਨ, ਮੁੰਡੇ ਕੁੜੀਆਂ ਸਭ ਕੁਛ ਮੰਨੀ ਬੈਠੇ ਨੇ, ਉਸ ਆਧੁਨਿਕਤਾ ਨੇ ਪੰਜਾਬੀ ਜੀਵਨ ਦੇ ਵਿੱਚ ਜੋ ਦਿਖਾਂਤ ਪੈਦਾ ਕੀਤਾ, ਜੋ ਪੰਜਾਬੀ ਜੀਵਨ ਦੇ ਵਿੱਚ ਵੱਖ ਵੱਖ ਸਮਿਆਂ ਦੇ ਉੱਤੇ ਆਧੁਨਿਕਤਾ ਨੇ, ਚਾਹੇ ਉਹ ਰਿਸ਼ਤਿਆਂ ਦਾ ਰਿਸ਼ਤਿਆਂ ਨਾਤਿਆਂ ਦੇ ਵਿੱਚ ਫਰਕ ਲਿਆਂਦਾ ਹੋਵੇ, ਚਾਹੇ ਇੱਥੋਂ ਦਾ ਵਾਤਾਵਰਨ ਖਰਾਬ ਕੀਤਾ ਹੋਵੇ, ਚਾਹੇ ਇੱਥੋਂ ਦੇ ਜਿਹੜੇ ਟੋਟਲ ਮੈਂ ਕਹਾਂਗਾ ਵੀ ਇਕੋਨਮੀ ਖਤਮ ਕੀਤੀ ਹੈਗੀ ਆ, ਵੀ ਅਸੀਂ ਪ੍ਰਵਾਸ ਵੱਲ ਜਾ ਰਹੇ ਹੈਗੇ ਹਾਂ, ਇਸ ਇਹ ਫਿਲਮ ਸਾਰੀ ਦੁਖਾਂਤ ਦੇ ਦੁਆਲੇ ਘੁੰਮਦੀ ਹੈਗੀ ਆ। ਜਿੰਨੇ ਇਹਦੇ ਵਿੱਚ ਪਾਤਰ ਨੇ, ਚਾਹੇ ਸਹਿਜ ਆ, ਚਾਹੇ ਸਾਧੂ ਸਿੰਘ ਆ, ਚਾਹੇ ਗੁਰਮੁਖ ਸਿੰਘ ਆ, ਚਾਹੇ ਬਾਣੀ ਆ, ਚਾਹੇ ਮੈਂ ਕਹਾਂਗਾ ਵੀ ਇੱਕ ਹੋਰ ਪਾਤਰ ਆ, ਜਿੰਨੇ ਵੀ ਪਾਤਰ ਆ, ਉਹ ਸਾਰੇ ਪਾਤਰ ਨੇ ਜਿਹੜੇ ਉਹ ਕਿਸੇ ਨਾ ਕਿਸੇ ਦਿਖਾਂਤ ਵਿੱਚੋਂ ਲੰਘ ਰਹੇ ਹੈਗੇ ਆ। ਪਰ ਸਵਾਲ ਇਹ ਆ ਵੀ ਦਿਖਾਂਤ ਦਾ ਇਸ ਫਿਲਮ ਦੇ ਵਿੱਚ ਇੱਕ ਹੋਰ ਦੇਖਿਆ ਵੀ ਦਿਖਾਂਤ ਨੂੰ ਜਿਹੜਾ ਸਿਖਰ ਦਿਖਾਇਆ ਦਿਖਾਉਣ ਦਾ, ਉਸ ਵੇਲੇ ਸਭ ਤੋਂ ਵੱਧ ਇਮੋਸ਼ਨਲ ਹੋਏ ਲੋਕ, ਵੀ ਜਦੋਂ ਇੱਕ ਪਿਓ ਆਪਣੀ ਜਵਾਨ ਧੀ ਨੂੰ ਜਿਹੜਾ ਹੈਗਾ ਜ਼ਹਿਰ ਦਿੰਦਾ, ਜ਼ਹਿਰ ਕਿਉਂ ਦਿੰਦਾ ਹੈਗਾ, ਕਿਉਂ? ਕਾਰਨ ਉਹਦਾ ਇਹ ਸੀ ਵੀ ਉਹ ਜਵਾਨ ਹੋ ਗਈ ਸੀ, ਘਰ ਦੇ ਵਿੱਚ ਕੋਈ ਉਸਨੂੰ ਉਹਦੀ ਸਾਂਭ ਸੰਭਾਲ ਕਰਨ ਵਾਲਾ ਹੈ ਨਹੀਂ ਸੀ। ਇੱਕ ਪਿਓ ਆਪਣੀ ਧੀ ਨੂੰ ਕਿਵੇਂ ਉਹਦੇ ਕੱਪੜੇ ਬਦਲੇ, ਉਹ ਸਾਰੀ ਧੀ ਜਿਹੜੀ ਹੈਗੀ ਸੀ ਮਹਿਸੂਸ ਕਰਦੀ ਸੀ, ਫਿਰ ਉਹ ਜ਼ਹਿਰ ਮੰਨਦੀ ਹੈਗੀ ਆ ਅਤੇ ਉਹਦੀ ਡੈਥ ਹੋ ਜਾਂਦੀ ਹੈਗੀ ਆ, ਅਤੇ ਉਸਦੇ ਬਦਲੇ ਉਸਨੂੰ ਮੌਤ ਮਿਲਦੀ ਹੈਗੀ ਆ, ਤਾਂ ਉਹਨੂੰ ਮੌਤ ਮਿਲ ਜਾਂਦੀ ਆ ਅਤੇ ਉਹਦੇ ਪਿਓ ਨੂੰ ਕੀ ਮਿਲਦੀ ਆ? ਸਜ਼ਾ ਮਿਲ ਜਾਂਦੀ ਹੈਗੀ ਆ। ਇਹ ਇੰਟਰਵਲ ਤੱਕ ਇਹ ਲਗਾਤਾਰ ਇੱਕ ਡੂੰਘੇ ਦਿਖਾਂਤ ਵੱਲ ਜਾਂਦੀ ਹੈਗੀ ਆ ਫਿਲਮ, ਇੰਟਰਵਲ ਤੋਂ ਬਾਅਦ ਫਿਰ ਦਿਖਾਂਤ ਚੱਲਦਾ ਤਾਂ ਹੈਗਾ, ਪਰ ਐਂਡ ਜਿਹੜੇ ਜਾ ਕੇ ਇਹਦਾ ਕਿਤੇ ਨਾ ਕਿਤੇ ਜਿਹੜਾ ਸਿਖਾਂਤ ਦੇ ਵਿੱਚ ਹੋ ਜਾਂਦਾ, ਜਦੋਂ ਬਾਣੀ ਅਤੇ ਸਹਿਜ ਦਾ ਵਿਆਹ ਹੋ ਜਾਂਦਾ ਹੈਗਾ, ਉਹ ਇੱਕ ਸਿਖਾਂਤ ਪੱਖ ਹੈਗਾ। ਅਤੇ ਇਹ ਫਿਲਮ ਮੈਂ ਕਹਾਂਗਾ ਵੀ ਸਾਰੇ ਪੰਜਾਬੀ ਸਮਾਜ ਨੂੰ, ਇੱਕ ਸਮਾਜਿਕ ਫਿਲਮ ਆ, ਇੱਕ ਪਰਿਵਾਰਕ ਫਿਲਮ ਆ, ਇਸ ਦੇ ਵਿੱਚ ਇੱਕ ਵੀ ਡਾਇਆਲੋਗ ਆ ਜਿਹੜਾ ਉਹ ਵਲਗਰ ਨਹੀਂ ਹੈਗੇ ਆ, ਵੀ ਟਾਈਟਲ ਨਾ
ਟਾਈਟਲ ਜਿਹੜਾ ਇਹਦਾ ਅਰਦਾਸ ਆ ਹਨ ਅਤੇ ਸਰਬੱਤ ਦੇ ਭਲੇ ਦੀ ਅਰਦਾਸ ਲਿਖਿਆ ਗਿਆ। ਇਹ ਇੱਕ ਤਾਕਤ ਦਿੰਦਾ ਸਾਨੂੰ ਪੰਜਾਬੀ ਜਿਹੜਾ ਜੀਵਨ ਆ, ਜੇਕਰ ਇਹ ਆਪਣੀਆਂ ਮੂਲ ਜੜ੍ਹਾਂ ਨਾਲ ਟੁੱਟਿਆ, ਚਾਹੇ ਕੈਨੇਡਾ 'ਚ ਵਗੇ, ਚਾਹੇ ਅਮਰੀਕਾ 'ਚ ਵਗੇ, ਚਾਹੇ ਆਸਟ੍ਰੇਲੀਆ ਵਗੇ, ਪੰਜਾਬੀ ਜਿੱਥੇ ਮਰਜ਼ੀ ਚਲੇ ਗਏ, ਪਰ ਉਹ ਉੱਥੋਂ ਦੇ ਸਮਾਜ ਦੇ ਵਿੱਚ ਜਾ ਕੇ, ਕਲਚਰ ਦੇ ਵਿੱਚ ਜਾ ਕੇ, ਵਾਤਾਵਰਨ ਦੇ ਵਿੱਚ ਜਾ ਕੇ ਵੀ ਉਹ ਪੂਰਨ ਤੌਰ 'ਤੇ ਉਹਨਾਂ ਕੋਲ ਕੀ ਨਹੀਂ ਹੈਗੀ, ਸੰਤੁਸ਼ਟੀ ਨਹੀਂ ਹੈਗੀ। ਦੇਖੋ ਸਾਹਿਬ, ਜਿੱਦਾਂ ਫਿਲਮ ਆ, ਸਮਾਜ ਨੂੰ ਲੋੜ ਆ ਇੱਦਾਂ ਦੀਆਂ ਫਿਲਮਾਂ ਦੀ, ਇੱਦਾਂ ਦੇ ਵਿਸ਼ਿਆਂ ਦੀ, ਪਰ ਕੀ ਇਹ ਵਿਸ਼ੇ ਫਿਲਮਾਂ 'ਚ ਦਿਖਾਉਣੇ ਬੰਦ ਕਰਾਂਗੇ, ਲਾਈਕ ਸਮਾਜ 'ਚ ਸੁਧਾਰ ਆਵੇਗਾ ਤੁਹਾਨੂੰ ਕੀ ਲੱਗਦਾ? ਬਿਲਕੁਲ, ਬਹੁਤ ਅੱਜ ਦੇ ਜ਼ਮਾਨੇ ਦੇ ਵਿੱਚ, ਆਧੁਨਿਕਤਾ ਦੇ ਜ਼ਮਾਨੇ ਦੇ ਵਿੱਚ ਇਹ ਪਲੇਟਫਾਰਮ ਨੇ ਜਿਹੜੇ, ਚਾਹੇ ਉਹ ਸਿਨੇਮਾ ਹੋਵੇ, ਚਾਹੇ ਸੋਸ਼ਲ ਮੀਡੀਆ ਹੋਵੇ, ਅਤੇ ਇਹਨਾਂ ਦੇ ਰਾਹੀਂ ਸਿੱਖ ਇਤਿਹਾਸ ਦੇ ਵਿੱਚ, ਮੈਂ ਤਾਂ ਕਹਾਂਗਾ ਜਿੱਥੋਂ ਇਹ ਫਿਲਮ ਲਿਖਤੀ ਹੈਗੀ ਆ, ਜਾਂ ਪੰਜਾਬੀ ਸਮਾਜ ਦੇ ਵਿੱਚ ਇੰਨੀ ਵੱਡੀ ਅਮੀਰੀ ਪਈ ਆ ਸਾਡੇ ਕੋਲ ਸਬਜੈਕਟਾਂ ਦੀ, ਜੇਕਰ ਉਹਨਾਂ ਨੂੰ ਸਹੀ ਢੰਗ ਦੇ ਨਾਲ ਇਹਨਾਂ ਮੰਚਾਂ ਦੇ ਰਾਹੀਂ, ਪਲੇਟਫਾਰਮਾਂ ਦੇ ਰਾਹੀਂ ਲੋਕਾਂ ਤੱਕ ਗੱਲ ਲੈ ਕੇ ਜਾਵੇਗੀ ਤਾਂ ਬਿਲਕੁਲ ਸੁਧਾਰ ਆਉਣ ਦੀ ਸੰਭਾਵਨਾ ਹੈਗੀ ਆ। ਜਿਵੇਂ ਇਹਦੇ ਵਿੱਚ ਨਸ਼ਿਆਂ ਦੀ ਗੱਲ ਕਰ ਲਈਏ, ਹੁਣ ਜਿਹੜਾ ਗੁਰਮੁਖ ਸਿੰਘ ਸੀ, ਜਿਸ ਨੂੰ ਅਸੀਂ ਐਂਡ ਤੱਕ ਇਹੀ ਮੰਨਦੇ ਰਹੇ ਵੀ ਬਹੁਤ ਵਧੀਆ ਪਾਤਰ ਆ, ਇਹ ਬਹੁਤ ਵਧੀਆ ਰੋਲ ਆ, ਪਰ ਐਂਡ ਦੇ ਵਿੱਚ ਜਾ ਕੇ ਤੁਹਾਨੂੰ ਪਤਾ ਲੱਗਦਾ ਵੀ ਸਭ ਤੋਂ ਜਿਹੜਾ ਮਾੜਾ ਸੁਭਾਅ ਸੀ, ਮਾੜਾ ਜੀਵਨ ਸੀ, ਉਹ ਗੁਰਮੁਖ ਸਿੰਘ ਦਾ ਸੀ, ਅਤੇ ਗੁਰਮੁਖ ਸਿੰਘ ਦੀ ਸ਼ਰਾਬ ਨੇ ਸਾਰੇ ਪਰਿਵਾਰ ਨੂੰ ਖਤਮ ਕਰਤਾ, ਇੱਕ ਕੁੜੀ ਦੇ ਜੀਵਨ ਨੂੰ ਖਤਮ ਕਰ ਦਿੱਤਾ। ਇੱਕ ਮੈਸੇਜ ਆ ਨੌਜਵਾਨਾਂ ਦੇ ਲਈ ਵੀ ਜਿਹੜੀ ਖੁਸ਼ੀ ਆ ਨਾ, ਉਹ ਦੁਨਿਆਵੀ ਚੀਜ਼ਾਂ 'ਚ ਨਹੀਂ ਹੈਗੀ, ਪਦਾਰਥ ਦੇ ਵਿੱਚ ਨਹੀਂ ਹੈਗੀ, ਖੁਸ਼ੀ ਹੈਗੀ ਆ ਤੁਹਾਡੇ ਆਪਣੇ ਓਰੀਜਨਲਿਟੀ ਦੇ ਵਿੱਚ, ਪਵਿੱਤਰਤਾ ਦੇ ਵਿੱਚ। ਤੁਹਾਡੇ ਰਿਸ਼ਤੇ ਪਵਿੱਤਰ ਹੋਣੇ ਚਾਹੀਦੇ ਆ, ਤੁਹਾਡਾ ਜਿਹੜਾ ਆਪਣੀਆਂ ਜੜ੍ਹਾਂ ਨਾਲ ਜੋੜੋਗੇ ਤਾਂ ਤੁਸੀਂ ਖੁਸ਼ ਰਹੋਗੇ। ਇਸ ਫਿਲਮ ਦੇ ਵਿੱਚ ਇਹੀ ਆ, ਅਤੇ ਇਸ ਤਰ੍ਹਾਂ ਦੀਆਂ ਫਿਲਮਾਂ ਬਣਾਉਣ ਦੀ ਲੋੜ ਆ। ਪੰਜਾਬੀ ਦੇ ਵਿੱਚ ਬਹੁਤ ਸਾਰੇ ਸਬਜੈਕਟ ਪਏ ਨੇ, ਪੰਜਾਬੀ ਦਾ ਇਤਿਹਾਸ ਦੇਖੋ ਨਾ ਕਿੰਨਾ ਅਮੀਰ ਆ, ਪੰਜਾਬ ਦਾ ਇਤਿਹਾਸ ਦੇਖੋ ਨਾ ਕਿੰਨਾ ਅਮੀਰ ਆ। ਜੇਕਰ ਮੈਂ ਕਹਾਂ ਵੀ ਇਤਿਹਾਸਕ ਪੱਖ ਤੋਂ ਦੇਖੀਏ, ਜਦੋਂ ਦੁਨੀਆ ਦੇ ਸਭ ਤੋਂ ਪ੍ਰਸਿੱਧ ਜਰਨੈਲਾਂ ਦੀ ਗੱਲ ਕੀਤੀ ਜਾਂਦੀ ਆ, ਉਹਨਾਂ ਦੀ ਜਦੋਂ ਰੈਂਕਿੰਗ ਕੀਤੀ ਜਾਂਦੀ ਆ, ਜੰਗਾਂ ਦੀ ਰੈਂਕਿੰਗ ਕੀਤੀ ਜਾਂਦੀ ਆ, ਜੰਗੀ ਜਰਨੈਲਾਂ ਦੀ ਰੈਂਕਿੰਗ ਕੀਤੀ ਜਾਂਦੀ ਹੈਗੀ ਆ, ਤਾਂ ਹਰੀ ਸਿੰਘ ਨਲੂਆ ਨੰਬਰ 1 'ਤੇ ਆਉਂਦਾ। ਜੇਕਰ ਰਾਜਿਆਂ ਦੀ ਗੱਲ ਕੀਤੀ ਜਾਵੇ ਜਾਂ ਰਾਜ ਪ੍ਰਬੰਧਾਂ ਦੀ ਗੱਲ ਕੀਤੀ ਜਾਵੇ, ਤਾਂ ਇਤਿਹਾਸਕਾਰਾਂ ਨੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਪ੍ਰਬੰਧ ਨੂੰ ਸਭ ਤੋਂ ਉੱਤਮ ਰਾਜ ਪ੍ਰਬੰਧ ਕਿਹਾ ਗਿਆ। ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿੱਚ ਇੱਕ ਵੀ ਬੰਦੇ ਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਪੰਜਾਬ ਦੇ ਵਿੱਚ ਪੰਜਾਬੀਆਂ ਦਾ ਜਿਹੜਾ ਕਲਚਰ ਆ, ਮੈਂ ਕਹਾਂਗਾ ਉਹ ਕਲਚਰ ਦੇ ਵਿੱਚ ਇੰਨੀ ਜ਼ਿਆਦਾ ਅਮੀਰੀ ਆ, ਜੇਕਰ ਉਹ ਫਿਲਮਾਂ ਦੇ ਜ਼ਰੀਏ ਜਾਂ ਸੀਰੀਅਲ ਦੇ ਜ਼ਰੀਏ, ਜਦੋਂ ਸ਼ੁਰੂਆਤ ਹੋਈ ਆ, ਮੈਂ ਕਹਾਂਗਾ ਪਹਿਲਾਂ ਮਸਤਾਨਾ ਫਿਲਮ ਆਈ, ਫਿਰ ਰਜਨੀ ਆਈ, ਹੁਣ ਇਹ ਆਈ। ਅੱਜ ਉਸ ਤੋਂ ਪਹਿਲਾਂ ਪਿੱਛੇ ਸਮੇਂ ਮਿੱਤਰ ਪਿਆਰੇ ਨੂੰ ਚਾਰ ਸਾਹਿਬਜ਼ਾਦੇ ਫਿਲਮਾਂ ਬਣੀਆਂ, ਫਿਲਮਾਂ ਬਣੀਆਂ ਨੇ, ਪਰ ਅਜੇ ਵੀ ਬਹੁਤ ਸਾਡੇ ਕੋਲ ਤਾਂ ਖਜ਼ਾਨਾ ਪਿਆ। ਜਿਹੜੇ ਡਾਇਰੈਕਟਰ ਨੇ ਉਹ ਵਪਾਰ ਤੋਂ ਥੋੜ੍ਹਾ ਜਿਹਾ ਹਟ ਕੇ, ਪੈਸੇ ਵਾਲੇ ਮਾਇੰਡ ਤੋਂ ਹਟ ਕੇ, ਉਹ ਇਸ ਜਦੋਂ ਜਿਵੇਂ ਫਿਲਮਾਂ ਬਣਾਉਣਗੇ ਤਾਂ ਲੋਕ ਜਿਹੜੇ ਇੱਥੋਂ ਦਾ ਦਰਸ਼ਕ ਆ, ਪੰਜਾਬ ਦੇ ਲੋਕ ਨੇ, ਉਹ ਜ਼ਰੂਰ ਉਹਨਾਂ ਨੂੰ ਰਿਸਪੋਂਸ ਕਰਨਗੇ। ਠੀਕ ਹੈ ਜੀ। ਰੈਣਾ ਸਾਹਿਬ, ਹਰਮਨ ਜੀ, ਆਪਾਂ ਅਰਦਾਸ ਸਰਬੱਤ ਦੇ ਭਲੇ ਦੀ ਫਿਲਮ ਦੇਖ ਕੇ ਆਏ ਹਾਂ, ਲੋਕਾਂ ਨੂੰ ਕਾਫੀ ਇਮੋਸ਼ਨਲ ਕੀਤਾ। ਮੈਨੂੰ ਤੁਹਾਡੀਆਂ ਅੱਖਾਂ ਦੇਖ ਕੇ ਪਤਾ ਲੱਗਦਾ ਕਿ ਤੁਸੀਂ ਵੀ ਬਹੁਤ ਇਮੋਸ਼ਨਲ ਹੋ, ਛੇਤੀ ਭਾਵੁਕ ਹੋ ਜਾਂਦੇ ਹੋ। ਕਿਵੇਂ ਦੀ ਲੱਗੀ ਫਿਲਮ, ਕੀ ਕਹਿਣਾ ਤੁਹਾਡਾ?
ਮੈਨੂੰ ਲੱਗਦਾ ਹੈ ਕਿ ਵੈਸੇ ਤਾਂ ਮਨੁੱਖ ਕੋਲ ਆਪਣੀ ਗੱਲ ਬਿਆਨ ਕਰਨ ਲਈ ਕਈ ਸਾਰੇ ਸ਼ਬਦ ਹੁੰਦੇ ਨੇ, ਪਰ ਇਸ ਫਿਲਮ ਦੇ ਅੱਗੇ ਤੁਸੀਂ ਨਿਸ਼ਬਦ ਹੋ ਜਾਂਦੇ ਹੋ, ਕਿਉਂਕਿ ਬਹੁਤ ਸਾਰੀਆਂ ਚੀਜ਼ਾਂ ਜਿਹੜੀਆਂ ਬਾਕੀ ਸਾਡੇ ਸਮਾਜ ਦੇ ਵਿੱਚ ਵਾਪਰਦੀਆਂ ਪਈਆਂ ਨੇ, ਕਿਵੇਂ ਅਸੀਂ ਰਿਸ਼ਤਿਆਂ ਤੋਂ ਦੂਰ ਹੁੰਦੇ ਜਾ ਰਹੇ ਹਾਂ, ਕਿਵੇਂ ਅਸੀਂ ਬਹੁਤ ਸਾਰੀਆਂ ਚੀਜ਼ਾਂ ਆਪਣੇ ਵਿੱਚੋਂ ਮਨਫੀ ਕਰ ਦਿੱਤੀਆਂ, ਕਿਵੇਂ ਅਸੀਂ ਦੂਸਰੇ ਨੂੰ ਜੱਜ ਕਰਨ ਦੇ ਲਈ ਮਿੰਟ ਨਹੀਂ ਲਾਉਂਦੇ, ਕਿਸੇ ਨੂੰ ਵੀ ਸਰਟੀਫਿਕੇਟ ਦੇਣ ਦੇ ਲਈ ਅਸੀਂ ਮਿੰਟ ਨਹੀਂ ਲਾਉਂਦੇ, ਉਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਉਹ ਜਦੋਂ ਇਹ ਫਿਲਮ ਤੁਸੀਂ ਵੇਖੋਗੇ ਤਾਂ ਮੈਨੂੰ ਲੱਗਦਾ ਬੰਦਾ ਆਪਣੀ ਸਵੈ ਪੜਚੋਲ ਕਰਦਾ ਕਿ ਮੈਂ ਕਿੱਥੇ ਗਲਤ ਹਾਂ, ਮੈਂ ਕੀ ਗਲਤੀ ਹਰ ਰੋਜ਼ ਕਰ ਰਿਹਾ ਹਾਂ ਅਤੇ ਕਿਹੜੀਆਂ ਕਿਹੜੀਆਂ ਗੱਲਾਂ ਮੈਨੂੰ ਆਪਣੇ ਆਪ ਦੇ ਅੰਦਰ ਸੁਧਾਰਨੀਆਂ ਚਾਹੀਦੀਆਂ ਨੇ। ਬਹੁਤ ਸੋਹਣੀ ਫਿਲਮ ਹੈ ਔਰ ਖਾਸ ਤੌਰ 'ਤੇ ਮੈਨੂੰ ਇਹ ਲੱਗਦਾ ਵੀ ਆਪਣੇ ਵੱਡੇ ਵਡੇਰਿਆਂ ਦੇ ਨਾਲ, ਆਪਣੇ ਪਰਿਵਾਰਕ ਜੀਆਂ ਦੇ ਨਾਲ ਜ਼ਰੂਰ ਇਸ ਫਿਲਮ ਨੂੰ ਵੇਖਣਾ ਚਾਹੀਦਾ ਹੈ। ਬੱਚੇ ਆਪਣੇ ਮਾਪਿਆਂ ਨੂੰ ਲੈ ਕੇ ਜ਼ਰੂਰ ਆਉਣ ਇਸ ਫਿਲਮ ਨੂੰ ਵੇਖਣ ਦੇ ਲਈ। ਬਾ ਕਮਾਲ ਫਿਲਮ। ਦੇਖੋ ਪੰਜਾਬੀ ਫਿਲਮਾਂ ਦਾ ਬਣਨਾ ਅਤੇ ਚੰਗੀਆਂ ਫਿਲਮਾਂ ਦਾ ਬਣਨਾ ਅਤੇ ਚੰਗੀਆਂ ਫਿਲਮਾਂ ਨੂੰ ਦੇਖਣਾ, ਇਹ ਤਿੰਨ ਵੱਖੋ ਵੱਖਰੇ ਪੜਾਅ। ਇਹ ਫਿਲਮ ਚੰਗੀ ਬਣੀ ਵੀ ਆ, ਚੰਗੇ ਤਰੀਕੇ ਨਾਲ ਲੋਕ ਦੇਖਣਗੇ ਵੀ, ਇਸ ਗੱਲ ਦੀ ਮੈਨੂੰ ਆਸ ਆ ਪੂਰੀ ਪੂਰੀ। ਅਗਲੀ ਗੱਲ ਇਹ ਆ ਵੀ ਇਹ ਫਿਲਮ ਜਿਹੜੇ ਸਿਨੇਮਾ ਘਰ ਦੇ ਵਿੱਚ ਵੀ ਆ ਕੇ ਉੱਥੇ ਚੋਲ ਮੋਲ ਕਰਨ ਵਾਲੇ ਉਹਨਾਂ ਦੀ ਨਹੀਂ ਹੈ। ਇਹ ਫਿਲਮ ਆਪਣੇ ਫੋਨ ਨੂੰ ਬੰਦ ਕਰਕੇ ਆਪਣੇ ਆਪ ਨੂੰ ਸਮਝਾਉਣ ਲਈ ਅਤੇ ਆਪਣੇ ਜਿਹੜੇ ਹੈਗੇ ਆਪਣੇ ਉਹਨਾਂ ਨੂੰ ਦਿਖਾਉਣ ਦੇ ਲਈ ਆ। ਇਹ ਫਿਲਮ ਦੇ ਵਿੱਚ ਤੁਹਾਨੂੰ ਮੇਰਾ ਖਿਆਲ ਆ ਵੀ ਜਦੋਂ ਤੁਸੀਂ ਫਿਲਮ ਦੇਖ ਹਟਦੇ ਆ, ਬੜੀ ਨਿਰਪੱਖ ਗੱਲ ਆ, ਗਿੱਪੀ ਨਾਲ ਮੇਰੀ ਉਦੋਂ ਤੋਂ ਨੇੜਤਾ ਜਦੋਂ ਤੋਂ ਉਹਨੇ ਪਹਿਲਾ ਗੀਤ ਗਾਇਆ, ਪਰ ਮੈਨੂੰ ਲੱਗਦਾ ਵੀ ਇਹ ਉਹਦੀ ਅਦਾਕਾਰੀ ਅਤੇ ਉਹਦੇ ਫਿਲਮ ਨਿਰਮਾਣ ਦਾ ਸਿਖਰ ਆ। ਇਹ ਫਿਲਮ ਕਮਰਸ਼ੀਅਲ ਤੌਰ ਦੇ ਉੱਤੇ ਕਿੱਥੇ ਖੜੂਗੀ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ, ਪਰ ਇਹ ਹਰ ਇੱਕ ਵਿਅਕਤੀ ਨੂੰ, ਆਪਣੀ ਮਾਂ ਨੂੰ, ਆਪਣੇ ਬਾਪ ਨੂੰ ਅਤੇ ਆਪਣਿਆਂ ਨੂੰ ਜਿਨ੍ਹਾਂ ਨੂੰ ਵੀ ਉਹ ਮੁਹੱਬਤ ਕਰਦਾ ਉਹਨਾਂ ਨੂੰ ਦਿਖਾਉਣ ਵਾਲੀ ਆ, ਅਤੇ ਇਹੋ ਜਿਹੀਆਂ ਫਿਲਮਾਂ ਬਣਨੀਆਂ ਚਾਹੀਦੀਆਂ। ਮੈਂ ਇਸ ਗੱਲ ਦੇ ਉੱਤੇ ਬੜਾ ਹੈਰਾਨ ਵੀ ਅਤੇ ਭਾਵੁਕ ਵੀ ਹਾਂ। ਮਸਤਾਨੇ ਫਿਲਮ ਦੇ ਵਿੱਚ ਅਖੀਰ ਦੇ ਉੱਤੇ ਅਰਦਾਸ ਵਾਲਾ ਦ੍ਰਿਸ਼ ਆਇਆ ਸੀ, ਉਦੋਂ ਸਾਰਾ ਸਿਨੇਮਾ ਹਾਲ ਖੜਾ ਹੋ ਗਿਆ ਸੀ। ਇਸ ਫਿਲਮ ਦੇ ਵਿੱਚ ਵੀ ਅਖੀਰ ਦੇ ਉੱਤੇ ਜਦੋਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਉੱਤੇ ਅਤੇ ਜਾ ਕੇ ਉੱਥੇ ਅਰਦਾਸ ਹੁੰਦੀ ਹੈ, ਸਾਰਾ ਸਿਨੇਮਾ ਖੜਾ ਸੀ ਅਤੇ ਹਰ ਇੱਕ ਅੱਖ ਦੇ ਵਿੱਚ ਨਵੀਂ ਨੱਚਦੀ ਸੀ। ਇਹ ਨਵੀਂ ਦਾ ਨੱਚਣਾ, ਹਾਲ ਦਾ ਭਰਨਾ, ਲੋਕਾਂ ਦੇ ਵੱਲੋਂ ਮੁਹੱਬਤ ਦੇਣੀ, ਇਹ ਪੰਜਾਬੀ ਸਿਨੇਮੇ ਵਾਸਤੇ ਇੱਕ ਸ਼ੁਭ ਸ਼ਗਨ ਆ। ਹੁਣੇ ਹੁਣੇ ਰਜਨੀ ਫਿਲਮ ਹਿੱਟ ਹੋ ਕੇ ਹਟੀ ਆ, ਇਸ ਫਿਲਮ ਦੇ ਸੁਪਰ ਹਿੱਟ ਹੋਣ ਦੀ ਮੈਨੂੰ 100% ਆਸ ਹੈ। ਨੈਣਾ ਜੀ, ਜਿੱਦਾਂ ਵੈਸੇ ਤਾਂ ਇੱਦਾਂ ਦੀਆਂ ਫਿਲਮਾਂ ਦੀ ਲੋੜ ਅੱਜ ਦੇ ਸਮਾਜ ਨੂੰ, ਮੈਂ ਹਰ ਕਿਸੇ ਨੂੰ ਇਹ ਸਵਾਲ ਕੀਤਾ, ਮੈਂ ਚਾਹੁੰਦੀ ਕਿ ਤੁਹਾਡਾ ਕੀ ਇਹਦੇ ਬਾਰੇ ਪੱਖ ਆ, ਜ਼ਰੂਰ ਮੈਂ ਜਾਣਾ ਤੁਹਾਡੇ ਦੋਨਾਂ ਦਾ। ਠੀਕ ਆ, ਇੱਦਾਂ ਦੀਆਂ ਫਿਲਮਾਂ ਬਣਦੀਆਂ, ਬਣਨੀਆਂ ਵੀ ਚਾਹੀਦੀਆਂ, ਪਰ ਕੀ ਇੱਦਾਂ ਦੀਆਂ ਫਿਲਮਾਂ ਨਾ ਬਣਾਈਏ, ਲਾਈਕ ਹਾਲਾਤ ਇੱਦਾਂ ਦੇ ਸੋਹਣੇ ਹੋ ਜਾਣ ਕਿ ਸਾਨੂੰ ਲੋੜ ਹੀ ਨਾ ਪਵੇ ਇੱਦਾਂ ਦੀਆਂ ਫਿਲਮਾਂ ਬਣਾਉਣ ਦੀ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਸਮਾਜ ਦੇ ਵਿੱਚ ਕੋਈ ਵੀ ਆਪਾਂ ਇੱਕ ਵਰਤਾਰੇ ਦੀ ਗੱਲ ਨਹੀਂ ਕਰਦੇ। ਸਮਾਜ ਦੇ ਵਿੱਚ ਅੱਜ ਦੁੱਧ ਦੀਆਂ ਦੁਕਾਨਾਂ ਵੀ ਅਤੇ ਦਾਰੂ ਦੀਆਂ ਵੀ ਆ। ਸਮਾਜ ਦੇ ਵਿੱਚ ਮੁੱਢ ਤੋਂ ਲੈ ਕੇ ਨੈਗੇਟਿਵ ਅਤੇ ਪੋਜ਼ਿਟਿਵ ਦੋਵੇਂ ਚੱਲਦੇ ਆ, ਉਹ ਪਰ ਆਪਾਂ ਜੀ ਵਿੱਚੋਂ ਪੋਜ਼ਿਟਿਵ ਚੀਜ਼ ਜਿਹੜੀ ਲੱਭਣੀ ਆ ਉਹ ਤੁਸੀਂ ਲੱਭ ਲੈਣੀ ਆ। ਉਹ ਜਿਵੇਂ ਨਾ ਕਹਿੰਦੇ ਹੁੰਦੇ ਵੀ ਇੱਕ ਵਾਰੀ ਮੇਰੇ ਕੋਲ ਕਿਸੇ ਨੇ ਉਦਾਹਰਣ ਦਿੱਤੀ ਸੀ ਬਈ, ਉਹ ਕਹਿੰਦੇ ਜਿਹੜੇ ਨਿਆਣੇ ਹੁੰਦੇ ਜਿਹੜੇ ਕਿ ਰੂੜੀਆਂ ਤੋਂ ਕੱਖ ਚੁੱਕਦੇ ਆ, ਜਿਹੜੇ ਕਿ ਲੋਹਾ ਇਕੱਠਾ ਕਰਦੇ ਵੀ ਸਾਨੂੰ ਕਾਬਲਾ ਮਿਲ ਜੇ, ਪੇਚ ਮਿਲ ਜੇ, ਮੇਖ ਮਿਲ ਜੇ, ਉਹ ਆਪਣੇ ਚੁੰਬਕ ਪੱਥਰ ਦੇ ਨਾਲ ਧਾਗਾ ਬੰਨ ਕੇ ਸਾਰੀ ਰੇੜੀ ਐਂ ਘੁੰਮਦੇ ਫਿਰਦੇ ਆ। ਆਥਣ ਤੱਕ ਉਹ ਕਿਲੋ ਡੇਢ ਕਿਲੋ ਜਿਹੜਾ ਲੋਹਾ ਇਕੱਠਾ ਕਰ ਲੈਂਦੇ ਰੋਟੀ ਜੋਗਾ। ਤੁਹਾਨੂੰ ਚੰਗੀ ਚੀਜ਼ ਤਾਂ ਸਮਾਜ ਦੇ ਵਿੱਚੋਂ ਇਉਂ ਚੁਗਣੀ ਪਊਗੀ। ਇਹ ਫਿਲਮਾਂ ਜਿਹੜੀਆਂ ਉਹ ਸਾਨੂੰ ਜੇ 250 ਰੁਪਈਆ ਲਾ ਕੇ ਅਤੇ 2.5 ਘੰਟੇ ਖਰਾਬ ਕਰਨ ਦਾ ਅਹਿਸਾਸ ਨਾ ਹੋਵੇ। ਇਹ ਫਿਲਮ ਅਤੇ ਇਹੋ ਜਿਹੀਆਂ ਫਿਲਮਾਂ ਜਾਂ ਭਵਿੱਖ ਦੇ ਵਿੱਚ ਹੋਰ ਵੀ ਬੜੀਆਂ ਚੰਗੀਆਂ ਬਣਨਗੀਆਂ, ਆਸ ਹੈ ਇਸ ਗੱਲ ਦੀ ਵੀ ਉਹ ਤੁਹਾਡੇ ਪੈਸੇ ਦੀ ਬਰਬਾਦੀ ਨਹੀਂ ਲੱਗਣਗੀਆਂ। ਇਹ ਫਿਲਮਾਂ ਤੁਹਾਨੂੰ ਸਿਖਾਉਂਦੀਆਂ ਅਤੇ ਸਮਝਾਉਂਦੀਆਂ। ਸਿਨੇਮਾ ਇਕੱਲਾ ਹਸਾਉਣ ਲਈ ਨਹੀਂ ਹੁੰਦਾ, ਇਕੱਲਾ ਇਸ਼ਕ ਪਕਾਉਣ ਲਈ ਹੁੰਦਾ ਨਹੀਂ, ਵੈਰ ਕੱਢਣ ਦੇ ਲਈ ਨਹੀਂ ਹੁੰਦਾ। ਸਿਨੇਮਾ ਸਮਾਜ ਨੂੰ ਕੋਈ ਨਾ ਕੋਈ ਸੇਧ ਵੀ ਦਿੰਦਾ ਅਤੇ ਇਹ ਇੱਕ ਸੇਧ ਵਾਲੀ ਫਿਲਮ ਹੋ ਨਿਬੜੂਗੀ। ਹਰਮਨ ਜੀ, ਵੈਸੇ ਤਾਂ ਫਿਲਮ ਸਾਰੀ ਹੀ ਸੋਹਣੀ ਆ, ਕਿਸੇ ਵੀ ਇੱਕ ਚੀਜ਼ ਨੂੰ ਅਸੀਂ ਸਾਈਡ 'ਤੇ ਨਹੀਂ ਕਰ ਸਕਦੇ, ਪਰ ਕਿਹੜਾ ਇੱਕ ਸੀਨ ਜਿਹੜਾ ਤੁਹਾਨੂੰ ਵੱਧ ਇਮੋਸ਼ਨਲ ਕੀਤਾ? ਮੈਨੂੰ ਲੱਗਦਾ ਮੈਂ ਦੱਸ ਦਿਆਂ ਫਿਰ ਭਾਵੁਕ ਹੋ ਜਾਊਂਗੀ। ਅਸਲ ਦੇ ਵਿੱਚ ਜੋ ਸਾਡੀ ਫਿਤਰਤ ਹੈ, ਗੁਰਪ੍ਰੀਤ ਘੁੱਗੀ ਹੋਰਾਂ ਦਾ ਇੱਕ ਡਾਇਲੋਗ ਆਉਂਦਾ ਫਿਲਮ ਦੇ ਵਿੱਚ, ਜਿਹਦੇ ਵਿੱਚ ਉਹ ਕਹਿੰਦੇ ਕਿ ਅਸੀਂ ਕਮਾਲ ਦੇ ਮਨੁੱਖ ਹਾਂ, ਅਸੀਂ ਔਰਤ ਤੋਂ ਸਦਾ ਪੁੱਤ ਦੀ ਆਸ ਕਰਦੇ ਹਾਂ,
ਤੇ ਇੱਕ ਗਾਂ ਮੱਝ ਤੋਂ ਸਦਾ ਅਸੀਂ ਕੱਟੀ ਦੀ ਵੱਛੀ ਦੀ ਆਸ ਕਰਦੇ ਹਾਂ, ਅਸੀਂ ਐਸੇ ਮਨੁੱਖ ਹਾਂ ਵੀ ਅਸੀਂ ਆਪਦਾ ਮਤਲਬ ਵੇਖਦੇ ਹਾਂ, ਅਸੀਂ ਮਤਲਬ ਪ੍ਰਸਤ ਲੋਕ ਹਾਂ। ਔਰ ਖਾਸ ਤੌਰ 'ਤੇ ਜਦੋਂ ਧੀਆਂ ਦੀ ਗੱਲ ਆਉਂਦੀ ਹੈ, ਕੁੜੀਆਂ ਦੀ ਗੱਲ ਆਉਂਦੀ ਹੈ, ਹੈ ਨਾ, ਇੱਕ ਕੁੜੀ ਹੋਣ ਦੇ ਨਾਤੇ ਤੁਸੀਂ ਉਹਨਾਂ ਗੱਲਾਂ ਨੂੰ ਮਹਿਸੂਸ ਕਰਦੇ ਹੋ ਅਤੇ ਫਿਰ ਉਹ ਚੀਜ਼ਾਂ ਤੁਹਾਡੇ, ਮੈਨੂੰ ਲੱਗਦਾ ਕਿ ਅੰਦਰੇ ਤੱਕ ਉਹ ਦਸਤਕ ਦਿੰਦੀਆਂ ਨੇ, ਹੈ ਨਾ। ਸੋ ਇਹ ਚੀਜ਼ਾਂ ਬਾਕੀ ਸਾਡੇ ਸਮਾਜ 'ਚ ਹੈਗੀਆਂ ਨੇ। ਜਿਵੇਂ ਤੁਸੀਂ ਪਹਿਲਾਂ ਗੱਲ ਕਰ ਰਹੇ ਸੀ ਵੀ ਕੁਛ ਐਸਾ ਹੋ ਜਾਵੇ ਵੀ ਇਹ ਫਿਲਮਾਂ ਬਣਨ ਹੀ ਨਾ, ਪਰ ਮਨੁੱਖ ਗਲਤੀਆਂ ਦਾ ਪੁਤਲਾ ਹੈ, ਇਹਨੇ ਗਲਤੀਆਂ ਕਰਨ ਤੋਂ ਬਾਜ਼ ਨਹੀਂ ਆਉਣਾ। ਮੈਂ ਵੀ ਵਿੱਚੀਆਂ, ਹਰ ਮਨੁੱਖ ਕਰਦਾ ਗਲਤੀਆਂ, ਹੈ ਨਾ, ਪਰ ਜੇਕਰ ਉਹ ਐਸਾ ਚੰਗਾ ਸਿਨੇਮਾ ਵੇਖ ਕੇ ਕੋਈ ਸੇਧ ਲੈ ਜਾਵੇ, ਆਪਣੀਆਂ ਗਲਤੀਆਂ ਨੂੰ ਸੁਧਾਰ ਲਵੇ, ਤਾਂ ਇਸ ਤੋਂ ਚੰਗੀ ਚੀਜ਼ ਹੋਰ ਕੋਈ ਵੀ ਨਹੀਂ। ਮੈਂ ਤੁਹਾਨੂੰ ਦੱਸਦਾ ਗਾ, ਇਹ ਤਾਂ ਦ੍ਰਿਸ਼ ਹੈ ਹੀ ਵਧੀਆ ਜਿਹੜੇ ਦੱਸਿਆ ਰਹੇ ਨੇ। ਅਸੀਂ ਘੁੱਗੀ ਬਾਈ ਨੇ ਸਾਨੂੰ ਉਦੋਂ ਵੀ ਜਿਹੜੇ ਚੱਜ ਦਾ ਵਿਚਾਰ ਦੇ ਵਿੱਚ ਵੀ ਇਸ ਦ੍ਰਿਸ਼ ਨੂੰ ਬਿਆਨ ਕੀਤਾ ਸੀ, ਪਰ ਜਿਹੜਾ ਇੱਕ ਦ੍ਰਿਸ਼ ਨਾ ਜਿਹਦੇ ਵਿੱਚ ਸਰਦਾਰ ਸੋਹੀ ਤੇ ਉਹਨਾਂ ਦੀ ਧਰਮ ਪਤਨੀ ਪਏ ਆ ਤੇ ਉਹ ਹਜ਼ੂਰ ਸਾਹਿਬ 'ਚ ਗਏ ਆ, ਦੋਵੇਂ ਮੰਜਿਆਂ 'ਤੇ ਪਏ ਆ, ਅਤੇ ਬਾਪੂ ਤੋਂ ਬੁੜੇ ਤੱਕ ਦਾ ਫਾਸਲਾ ਜਿਹੜਾ ਪੀੜ੍ਹੀ ਦੇ ਵਿੱਚ ਤੈਅ ਹੋ ਗਿਆ, ਜਿਹੜਾ ਦਲਾਨ ਦੇ ਵਿੱਚ ਮੰਜਾ ਡਿਆ, ਅਤੇ ਉਹ ਇੱਕ ਦੂਜੇ ਤੋਂ ਜਿਹੜੀ ਮਾਫ਼ੀ ਮੰਗਦੇ ਆ ਕਿ ਮੈਂ ਤੇਰਾ ਉਦੋਂ ਨਾਲ ਖੜ ਕੇ ਸਾਥ ਨਹੀਂ ਨਿਭਾ ਸਕਿਆ, ਉਹਨੂੰ ਵੀ ਪਤਾ ਹੁੰਦਾ ਮੇਰੇ ਸਿਰ ਦੇ ਸਾਈਂ ਦੇ ਨਾਲ ਕੀ ਧੱਕਾ ਹੋ ਰਿਹਾ, ਜ਼ਿਆਰਤੀ ਹੋ ਰਹੀ ਆ, ਉਹਨੂੰ ਵੀ ਪਤਾ ਹੁੰਦਾ ਮੇਰੀ ਧਰਮ ਪਤਨੀ ਨਾਲ ਕੀ ਹੋ ਰਿਹਾ, ਪਰ ਕਿਉਂਕਿ ਔਲਾਦ ਵੱਡੀ ਹੋ ਗਈ ਅਤੇ ਉਹਨਾਂ ਦੇ ਮੂਹਰੇ ਜ਼ੋਰ ਨਹੀਂ ਚੱਲਦਾ, ਉਹ ਇੱਕ ਭਾਵੁਕ ਕਰਨ ਵਾਲਾ ਦ੍ਰਿਸ਼ ਆ। ਅਤੇ ਇਹ ਮੇਰਾ ਖਿਆਲ ਆ ਵੀ ਸਾਡੀਆਂ ਨੇੜਤਾਵਾਂ ਨੂੰ ਵਧਾਉਣ 'ਚ ਵੀ ਯੋਗਦਾਨ ਪਾਵੇ। ਗੱਲ ਇਹ ਵੀ ਅਸੀਂ ਹਰ ਥਾਂ ਤੋਂ ਕੁਝ ਨਾ ਕੁਝ ਸਿੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਆ, ਇਸ ਥਾਂ ਤੋਂ ਮੈਂ ਕੁਝ ਨਾ ਕੁਝ ਆਪਦੇ ਪੱਲੇ ਨਾਲ ਬੰਨ੍ਹ ਕੇ ਚੱਲਿਆ ਜੀ। ਆਡੀਅੰਸ ਜਿਹੜੀ ਆ, ਵੈਸੇ ਤਾਂ ਉਹਨਾਂ ਨੇ ਆਉਣਾ ਹੀ ਆ, ਕੌਨਸੈਪਟ ਬਹੁਤ ਸੋਹਣਾ, ਪਹਿਲੇ ਦੋ ਜਿਹੜੇ ਪਾਰਟ ਆਏ ਸੀ ਉਹਨਾਂ ਨੂੰ ਵੀ ਬਹੁਤ ਪਸੰਦ ਕੀਤਾ, ਉਹਨਾਂ ਨੂੰ ਕੀ ਕਹੋਗੇ ਫਿਲਮ ਦੇ ਬਾਰੇ ਕਿ ਕਿਵੇਂ ਦੇਖਣ? ਦੇਖੋ, ਮੈਂ ਇਹ ਗੱਲ ਜ਼ਰੂਰ ਕਹੂੰਗੀ, ਬਹੁਤ ਸਾਰੀਆਂ ਫਿਲਮਾਂ ਇਹੋ ਜਿਹੀਆਂ ਹੁੰਦੀਆਂ ਨੇ ਜਿਨ੍ਹਾਂ ਦੀਆਂ ਜੋ ਤੁਸੀਂ ਮੁੱਖ ਝਲਕਾਂ ਵੇਖਦੇ ਹੋ ਅਤੇ ਮੁੱਖ ਝਲਕਾਂ ਵੇਖ ਕੇ ਬੰਦਾ ਪ੍ਰਭਾਵਿਤ ਹੋ ਜਾਂਦਾ, ਪਰ ਫਿਲਮ 'ਚ ਕਈ ਵਾਰ ਕੁਛ ਨਹੀਂ ਹੁੰਦਾ। ਪਰ ਇਸ ਫਿਲਮ ਦੇ ਵਿੱਚ ਮੈਂ ਇਹ ਦਾਅਵੇ ਨਾਲ ਕਹਿ ਸਕਦੀ ਹਾਂ ਵੀ ਮੁੱਖ ਝਲਕਾਂ ਦੇ ਵਿੱਚ ਜੋ ਕੁਝ ਹੈ ਉਹ ਵੀ ਬਾਕਮਾਲ ਹੈ, ਪਰ ਫਿਲਮ ਦੇ ਵਿੱਚ ਉਸ ਤੋਂ ਵੀ ਵੱਧ ਕੇ ਬਹੁਤ ਸਾਰੀਆਂ ਚੀਜ਼ਾਂ ਨੇ ਜਿਹੜੀਆਂ ਤੁਸੀਂ ਸਿਰਫ ਦੇਖ ਕੇ ਹੀ ਮਹਿਸੂਸ ਕਰ ਸਕਦੇ ਹੋ, ਦੇਖ ਕੇ ਹੀ ਉਹਨਾਂ ਚੀਜ਼ਾਂ ਨੂੰ ਤੁਸੀਂ ਕਹਿ ਲਓ ਵੀ ਜਿਵੇਂ ਮੈਂ ਕਿਹਾ ਵੀ ਸਵੈ ਪੜਚੋਲ ਕਰ ਸਕਦੇ ਹੋ। ਸੋ ਇਸ ਲਈ ਪਰਿਵਾਰਾਂ ਸਮੇਤ ਜ਼ਰੂਰ ਇਸ ਫਿਲਮ ਨੂੰ ਹਰ ਇੱਕ ਨੂੰ ਵੇਖਣਾ ਚਾਹੀਦਾ। ਰਹਿਣਾ ਜੀ, ਤੁਸੀਂ ਕੀ ਕਹੋਗੇ ਆਡੀਅੰਸ? ਦੇਖੋ, ਮੈਂ ਤਾਂ ਬੇਨਤੀ ਕਰ ਸਕਦਾ, ਦੇਖੋ ਹਰ ਬੰਦੇ ਦੇ ਸਮੇਂ ਦੀ ਕੀਮਤ ਆ, ਅਤੇ ਆਪਦਾ ਸਮਾਂ ਤੁਸੀਂ ਰੀਲਾਂ ਵੇਖਣ 'ਤੇ ਲਾਉਣਾ ਅਤੇ ਥੋੜ੍ਹਾ ਠੋਕਲੇ ਛੱਡਣ 'ਤੇ ਲਾਉਣਾ ਜਾਂ ਚੱਜ ਦੀ ਚੀਜ਼ ਦੇ ਲੇਖੇ ਲਾਉਣਾ, ਉਹ ਤੁਹਾਡੀ ਆਪਣੀ ਇੱਛਾ। ਪਰ ਮੈਨੂੰ ਲੱਗਦਾ ਬਈ ਇਹ ਫਿਲਮ ਦੇਖ ਕੇ ਕਿਸੇ ਨੂੰ ਇਹ ਨਹੀਂ ਲੱਗੂਗਾ ਕਿ ਅਸੀਂ ਰਿਵਿਊ ਗਲਤ ਦਿੱਤਾ, ਅਤੇ ਜੇਕਰ ਵੇਖ ਕੇ ਗਲਤ ਲੱਗੇ ਰਿਵਿਊ ਤਾਂ ਫਿਰ ਟਿੱਪਣੀ ਉਹੋ ਜਿਹੀ ਵੀ ਆਉਣੀ ਚਾਹੀਦੀ ਹੈ ਵੀ ਭਾਈ ਇਹ ਤਾਂ ਬਕਾਰ ਹੈ। ਪਰ ਜਿਹੜਾ ਬੰਦਾ ਕਹੂਗਾ ਜੀ ਕਿ ਫਿਲਮ ਚੰਗੀ ਨਹੀਂ ਲੱਗੀ, ਉਹਨੂੰ ਮੇਰਾ ਖਿਆਲ ਆ ਵੀ ਥੋੜ੍ਹਾ ਜਿਹਾ ਦਵਾਈ ਬੂਟੀ ਦੀ ਲੋੜ ਹੋਊਗੀ। ਮੇਰਾ ਨਿੱਜੀ ਤੌਰ 'ਤੇ ਖਿਆਲ ਇਹ ਆ, ਪਹਿਲਾਂ ਅਰਦਾਸ ਫਿਲਮ, ਫਿਰ ਅਰਦਾਸ ਕਰਾਂ, ਅਤੇ ਹੁਣ ਅਰਦਾਸ ਸਰਬੱਤ ਦੇ ਭਲੇ ਦੀ, ਜਿਹਨੇ ਸਾਰਿਆਂ ਨੂੰ ਇਮੋਸ਼ਨਲ ਕੀਤਾ। ਬਹੁਤ ਸਾਰੇ ਵਿਸ਼ੇ ਦੇ ਵਿੱਚ ਦਿਖਾਏ ਗਏ ਜੋ ਹਰ ਕਿਸੇ ਦੇ ਨਾਲ ਰਿਲੇਟ ਕਰਦੇ ਆ, ਜੇ ਪੂਰੀ ਫਿਲਮ ਨਹੀਂ ਜੋ ਵਿੱਚ ਵਿਸ਼ੇ ਸ਼ੇਅਰ ਕੀਤੇ ਗਏ ਆ, ਫਿਲਮਾਏ ਗਏ ਆ, ਉਹਨੇ ਹਰ ਕਿਸੇ ਨੂੰ ਇਮੋਸ਼ਨਲ ਕੀਤਾ ਆ। ਹਰ ਕੋਈ ਆਪਣੀ ਫੈਮਿਲੀ ਨੂੰ ਯਾਦ ਕਰ ਰਿਹਾ, ਕੌਣ ਕੌਣ ਮਾਪਿਆਂ ਦੇ ਉੱਤੇ ਕਈ ਵਾਰੀ ਅਣਜਾਣੇ ਦੇ ਵਿੱਚ ਵਰਿਆ ਆ, ਗੁੱਸਾ ਕੀਤਾ ਆ, ਉਹਨਾਂ ਨੂੰ ਵੀ ਫੀਲ ਹੋਇਆ ਕਿ ਜਾ ਕੇ ਸੌਰੀ ਫੀਲ ਤਾਂ ਜ਼ਰੂਰ ਕਰਨਾ ਆ। ਪਹਿਲੀਆਂ ਫਿਲਮਾਂ ਦੇ ਵਾਂਗ ਇਸ ਫਿਲਮ ਨੇ ਵੀ ਬਹੁਤ ਹੀ ਸੋਹਣਾ ਕੰਮ ਕੀਤਾ ਆ, ਅਤੇ ਬਹੁਤਿਆਂ ਨੂੰ ਮੈਸੇਜ ਵੀ ਜਾਊਗਾ। ਮੈਨੂੰ ਲੱਗਦਾ ਕਿ ਇੱਦਾਂ ਦੀਆਂ ਫਿਲਮਾਂ ਹੋਰ ਬਣਨੀਆਂ ਵੀ ਚਾਹੀਦੀਆਂ, ਪਰ ਉਮੀਦ ਇਹੀ ਆ ਕਿ ਲੋੜ ਵੀ ਨਾ ਪਵੇ, ਹਾਲਾਤ ਇੰਨੇ ਸੋਹਣੇ ਹੋ ਜਾਣ ਕਿ ਇੱਦਾਂ ਦੀਆਂ ਫਿਲਮਾਂ ਬਣਾਉਣ ਦੀ ਲੋੜ ਨਾ ਪਵੇ। ਜੇ ਲੋੜ ਆ ਤਾਂ ਫੈਮਿਲੀ ਦੇ ਨਾਲ ਬੈਠ ਕੇ, ਫੈਮਿਲੀ ਨੂੰ ਨਾਲ ਲੈ ਕੇ ਆਓ, ਮਾਪੇ ਆਪਣੇ ਬੱਚਿਆਂ ਨੂੰ, ਬੱਚੇ ਆਪਣੇ ਮਾਪਿਆਂ ਨੂੰ, ਇਹੋ ਜਿਹੇ ਵਿਸ਼ੇ ਵਾਲੀਆਂ ਫਿਲਮਾਂ ਦੇਖਣ ਦੇ ਲਈ ਜ਼ਰੂਰ ਆਉਣ, ਕਿਉਂਕਿ ਪੂਰੀ ਫਿਲਮ ਨਹੀਂ ਇੱਕ ਛੋਟੀ ਜਿਹੀ ਚੀਜ਼ ਤਾਂ ਨਾਲ ਲੈ ਕੇ ਹੀ ਜਾਂਦੇ ਹਾਂ, ਜੋ ਸਾਨੂੰ ਜੇ ਅਸੀਂ ਕਿਤੇ ਨਾ ਕਿਤੇ ਗਲਤ ਹਾਂ ਚੰਗੇ ਪਾਸੇ ਲਿਜਾਣ ਦੇ ਲਈ ਮੋਟੀਵੇਟ ਕਰਦੀ ਹੈ। ਬਾਕੀ 13 ਸਤੰਬਰ ਨੂੰ ਫਿਲਮ ਰਿਲੀਜ਼ ਹੋ ਰਹੀ ਆ, ਤੁਸੀਂ ਆਪਣੀ ਫੈਮਿਲੀ ਦੇ ਨਾਲ ਸਿਨੇਮਾ ਘਰਾਂ ਦੇ ਵਿੱਚ ਜ਼ਰੂਰ ਜਾਇਓ, ਤੁਸੀਂ ਨਿਰਾਸ਼ ਨਹੀਂ ਹੋਵੋਗੇ। ਉਮੀਦ ਆ ਕਿ
ਫਿਲਮ ਜਿਹੜੀ ਆ ਜਿੰਨੀ ਤੁਸੀਂ ਟਿਕਟ ਲਈ ਪੈਸੇ ਖਰਚੋਗੇ ਉਹ ਤੋਂ ਵੱਧ ਦੇ ਤੁਹਾਨੂੰ ਫੀਲ ਹੋਊਗਾ ਕਿ ਇਹ 250-300 ਮੁੱਲ ਜਿਹੜਾ ਟਿਕਟ ਦਾ ਉਹ ਤਾਂ ਕੁਛ ਵੀ ਨਹੀਂ ਆ, ਕਿਉਂਕਿ ਇਹੋ ਜਿਹੇ ਕੋਨਸੈਪਟ ਵਾਲੀਆਂ ਫਿਲਮਾਂ ਅਮੁੱਲ ਹੁੰਦੀਆਂ ਆ। ਬਾਕੀ ਆਪਣੀ ਫੀਡਬੈਕ ਜ਼ਰੂਰ ਦਿਓ ਜੇ ਤੁਸੀਂ ਫਿਲਮ ਦੇਖ ਕੇ ਆਓਗੇ। ਹੁਣ ਮੈਨੂੰ ਨੀਲਮ ਕੁਈਨ ਨੂੰ ਅਤੇ ਮੇਰੇ ਕੈਮਰਾਮੈਨ ਅਸ਼ੋਕ ਸਿੱਧੂ ਨੂੰ ਦਿਓ ਇਜਾਜ਼ਤ। ਤੁਸੀਂ ਦੇ ਦਰੋ ਪ੍ਰਾਈਮ ਏਸ਼ੀਆ ਟੀਵੀ, ਤੁਹਾਡਾ ਆਪਣਾ ਤੁਹਾਡੇ ਲਈ। ਟੇਕ ਕੇਅਰ, ਬਾਏ, ਸਤਿ ਸ਼੍ਰੀ ਅਕਾਲ।